ਸੰਤ ਸਿੰਘ ਸੇਖੋਂ ਦਾ ਕਹਾਣੀ ਸੰਗ੍ਰਹਿ ਹੈ। ਤੀਜਾ ਪੈਰ, ਪਹਿਲੀ ਕਹਾਣੀ, ਸ਼ਹਿਜ਼ਾਦਾ। ਅੰਮ੍ਰਿਤਸਰ ਸਟੇਸ਼ਨ ਤੋਂ ਕਲਕੱਤਾ ਮੇਲ ਸ਼ਾਮ ਦੇ 7:15-20 'ਚ ਚੱਲਣ ਨੂੰ ਤਿਆਰ ਖੜੀ ਸੀ। ਪਿਛਲੇ ਡੱਬਿਆਂ ਵਿੱਚੋਂ ਸੈਕਿੰਡ ਕਲਾਸ ਦੇ ਇੱਕ ਡੱਬੇ 'ਚ ਕੇਵਲ 2 ਸਵਾਰੀਆਂ ਹੀ ਬੈਠੀਆਂ ਸਨ। ਇੱਕ ਕੋਈ ਉੱਤਰ ਪ੍ਰਦੇਸ਼ ਦਾ ਮੁਸਲਮਾਨ ਜੋ ਪਾਕਿਸਤਾਨ 'ਚੋਂ ਆਪਣੇ ਕੁਝ ਸੰਬੰਧੀਆਂ ਨੂੰ ਮਿਲ ਕੇ ਆ ਰਿਹਾ ਸੀ, ਜਿਹਦੀ ਉਮਰ ਕੋਈ 60 ਸਾਲ ਤੋਂ ਉੱਪਰ ਟੱਪੀ ਹੋਈ ਜਾਪਦੀ ਸੀ, ਅਤੇ ਇੱਕ 5-6 ਸਾਲ ਦਾ ਮੁੰਡਾ। ਇਹ ਮੁੰਡਾ ਪਲੈਟਫਾਰਮ ਵੱਲ ਦੇ ਗੱਦੇ ਉੱਤੇ ਬੈਠਾ ਸੀ ਅਤੇ ਬੁੱਢਾ ਦੂਜੇ ਬੰਨੇ ਦੇ ਬਾਰੀਆਂ ਨਾਲ ਦੇ ਗੱਦੇ ਉੱਤੇ। ਮੈਂ ਮੋਕਲੀ ਥਾਂ ਵੇਖ ਕੇ ਉਸ ਡੱਬੇ ਵੱਲ ਨੂੰ ਔਲਿਆ, ਪਰ ਜਦੋਂ ਮੈਂ ਇੱਕ ਮੰਗਤਾ ਵੀ ਦਰਵਾਜ਼ੇ 'ਚ ਫਰਸ਼ ਉੱਤੇ ਬੈਠਾ ਦੇਖਿਆ ਤਾਂ ਮੇਰਾ ਚਿੱਤ ਕੁਝ ਭੈੜਾ ਜਿਹਾ ਹੋ ਗਿਆ। ਖੈਰ, ਮੈਂ ਉਸ ਬਜ਼ੁਰਗ ਵਾਲੇ ਗੱਦੇ ਉੱਤੇ ਇੱਕ ਪਾਸੇ ਬੈਠ ਗਿਆ। ਪਹਿਲਾਂ ਮੇਰਾ ਖਿਆਲ ਸੀ ਕਿ ਉਹ ਮੁੰਡਾ ਇਸ ਬਜ਼ੁਰਗ ਦੇ ਨਾਲ ਦਾ ਸੀ, ਪਰ ਪੁੱਛਣ 'ਤੇ ਬਜ਼ੁਰਗ ਨੇ ਨਾਂਹ ਕੀਤੀ ਅਤੇ ਮੈਂ ਸੋਚਿਆ ਕੋਈ ਹੋਰ ਸਵਾਰੀ ਉਹਦੇ ਨਾਲ ਹੋਏਗੀ ਜੋ ਕਿਧਰੇ ਪਲੈਟਫਾਰਮ ਉੱਤੇ ਘੁੰਮ ਰਹੀ ਹੋਏਗੀ। ਮੁੰਡੇ ਦਾ ਰੰਗ ਗੋਰਾ ਅਤੇ ਨਕਸ਼ ਬੜੇ ਕੋਮਲ ਜਿਹੇ ਸਨ। ਸਿਰ ਦੇ ਵਾਲ ਉਸ ਕੱਟੇ ਹੋਏ ਸਨ ਅਤੇ ਉਹ ਮੈਨੂੰ ਕੁਝ ਆਪਣੇ ਲੜਕੇ ਨਾਲ, ਜੋ ਉਸ ਵੇਲੇ 4 ਕੁ ਸਾਲਾਂ ਦਾ ਸੀ, ਸ਼ਕਲ ਸ਼ਬਾਤ ਵਿੱਚ ਮਿਲਦਾ ਜਿਹਾ ਲੱਗਿਆ। ਮੈਂ ਉਸ ਬਜ਼ੁਰਗ ਨਾਲ ਪਾਕਿਸਤਾਨ ਬਾਰੇ ਕੁਝ ਗੱਲਾਂ ਕੀਤੀਆਂ, ਪਰ ਉਪਰੀਆਂ। ਇੱਕ ਕਾਰਨ ਉਹਨਾਂ ਗੱਲਾਂ ਦੇ ਉਪਰੀਆਂ ਹੋਣ ਦਾ ਇਹ ਸੀ ਕਿ ਮੈਂ ਪਾਕਿਸਤਾਨ ਦੀ ਨਿੰਦਾ ਸੁਣ ਕੇ ਬਹੁਤ ਪ੍ਰਸੰਨ ਨਹੀਂ ਹੁੰਦਾ। ਜਿਸ ਆਸ ਨਾਲ ਬਹੁਤੇ ਲੋਕ ਕਿਸੇ ਵਿਦੇਸ਼ ਵਿੱਚੋਂ ਆ ਰਹੇ ਲੋਕਾਂ ਪਾਸੋਂ ਗੱਲਾਂ ਪੁੱਛਿਆ ਕਰਦੇ ਹਨ, ਮੈਨੂੰ ਯਕੀਨ ਹੈ ਪਾਕਿਸਤਾਨ ਦੇ ਲੋਕ ਸਾਡੇ ਜਿਹੇ ਹੀ ਗਰੀਬ, ਕਈ ਭਰਮਾਂ ਭੁਲੇਖਿਆਂ ਦਾ ਸ਼ਿਕਾਰ, ਪਰ ਆਪਣੇ ਮੂਲ 'ਚ ਸਾਡੇ ਲੋਕਾਂ ਵਰਗੇ ਹੀ ਸ਼ੁਭ ਭਾਵਨਾ ਵਾਲੇ ਹਨ। ਸ਼ਾਇਦ ਕੁਝ ਕਾਰਨਾਂ ਕਰਕੇ ਜਿਨ੍ਹਾਂ ਉੱਤੇ ਉਹਨਾਂ ਲੋਕਾਂ ਦਾ ਸਾਡੇ ਲੋਕਾਂ ਵਾਂਗ ਹੀ ਬਹੁਤਾ ਅਧਿਕਾਰ ਨਹੀਂ। ਉੱਥੇ ਕੁਝ ਜੀਵਨ ਦੀਆਂ ਲੋੜੀਂਦੀਆਂ ਵਸਤਾਂ ਸਾਡੇ ਦੇਸ਼ ਨਾਲੋਂ ਮਹਿੰਗੀਆਂ ਅਤੇ ਔਖੀਆਂ ਪ੍ਰਾਪਤ ਹੁੰਦੀਆਂ, ਅਤੇ ਕੁਝ ਸਸਤੀਆਂ ਅਤੇ ਸੌਖੀਆਂ ਅਤੇ ਮਹਿੰਗੀਆਂ ਅਤੇ ਦੁਰ ਪ੍ਰਾਪਤ ਉਹ ਹਨ ਜੋ ਸਧਾਰਨ ਲੋਕਾਂ ਨੇ ਖਰੀਦਣੀਆਂ ਹੁੰਦੀਆਂ, ਅਤੇ ਸਸਤੀਆਂ ਅਤੇ ਸੌਖੀਆਂ ਪ੍ਰਾਪਤ ਹੋਣ ਵਾਲੀਆਂ ਉਹ ਜੋ ਉਹਨਾਂ ਪਾਸ ਹਾੜੀ ਸੌਣੀ ਵੇਚਣ ਨੂੰ ਥੋੜ੍ਹੀਆਂ ਬਹੁਤੀਆਂ ਹੋ ਜਾਂਦੀਆਂ। ਅਤੇ ਨਾ ਹੀ ਉਹ ਬਜ਼ੁਰਗ ਮੈਨੂੰ ਪਾਕਿਸਤਾਨ ਬਾਰੇ ਕੁਝ ਦੱਸਣ ਲਈ ਬਹੁਤਾ ਉਤਾਵਲਾ ਸੀ। ਪਰ ਇੱਕ ਹੋਰ ਕਾਰਨ ਉਸ ਉਪਰੇਪਣ ਦਾ ਇਹ ਵੀ ਸੀ ਕਿ ਗੱਲਾਂ ਕਰਦੇ ਸਮੇਂ ਮੇਰਾ ਮਨ ਉਸ ਮੁੰਡੇ ਬਾਬਤ ਸੋਚਣ ਤੋਂ ਹਟ ਨਹੀਂ ਸੀ ਸਕਦਾ। ਉਸ ਮੁੰਡੇ ਨੇ ਘਸਮੈਲੇ ਕੱਪੜੇ ਪਾਏ ਸੀ, ਜਿਨ੍ਹਾਂ ਬਾਰੇ ਸਿਆਲ ਦੇ 7 ਦੇ ਨਿੰਮੇ ਜਿਹੇ ਚਾਨਣ 'ਚ ਇਹ ਕਹਿਣਾ ਔਖਾ ਸੀ ਕਿ ਉਹ ਮੈਲੇ ਸਨ ਕਿ ਗਰਮ। ਇੱਥੋਂ ਤੱਕ ਕਿ ਮੇਰੇ ਲਈ ਇਹ ਨਿਸ਼ਚਿਤ ਕਰਨਾ ਵੀ ਔਖਾ ਸੀ ਕਿ ਉਹਦੇ ਗਲ ਤੇੜ ਦੇ ਕੱਪੜੇ, ਕੋਟ ਪਤਲੂਨ ਸਨ ਜਾਂ ਝੱਗਾ ਅਤੇ ਪਜਾਮਾ, ਅਤੇ ਇਸ ਅਨਿਸ਼ਚੇ ਦਾ ਕਾਰਨ ਸ਼ਾਇਦ ਮੇਰੀ ਘੱਟ ਰਹੀ ਨਜ਼ਰ ਵੀ ਸੀ। ਉਹ ਮੁੰਡਾ ਇੱਕ ਚਮੜੇ ਦੀ ਚਮਕਦੀ ਜਿਹੀ ਪੇਟੀ ਨਾਲ ਖੇਡ ਰਿਹਾ ਸੀ, ਜੋ ਸ਼ਾਇਦ ਉਸਦਾ ਵਾਲੀ, ਜੋ ਸ਼ਾਇਦ ਪਲੈਟਫਾਰਮ ਉੱਤੇ ਕਿਸੇ ਨਾਲ ਕੋਈ ਗੱਲਬਾਤ ਕਰ ਰਿਹਾ ਸੀ, ਉਹਦੇ ਮਨ ਪਰਚਾਵੇ ਲਈ ਛੱਡ ਗਿਆ ਸੀ। ਗੱਡੀ ਨੇ 5 ਮਿੰਟ ਪਹਿਲਾਂ ਹੀ ਕੂਕ ਮਾਰੀ ਤਾਂ ਇਸ ਡੱਬੇ 'ਚ 2-3 ਸਵਾਰ ਹੋਰ ਆ ਗਏ। ਇਹਨਾਂ 'ਚ ਇੱਕ ਤਾਂ ਉਸ ਬਜ਼ੁਰਗ ਮੁਸਲਮਾਨ ਦਾ ਹੀ ਸੰਗੀ ਨੌਜਵਾਨ, ਉਹਦਾ ਕੋਈ ਪੁੱਤਰ ਭਤੀਜਾ ਸੀ। ਉਹ ਸੁਭਾਵਕ ਹੀ ਉਸ ਬਜ਼ੁਰਗ ਦੇ ਅਤੇ ਮੇਰੇ ਵਿਚਕਾਰ ਆ ਕੇ ਬੈਠ ਗਿਆ। ਦੂਜੇ 2 ਵਿਚਕਾਰਲੇ ਗੱਦੇ ਉੱਤੇ ਬੈਠ ਗਏ, ਪਰ ਜਦੋਂ ਅੰਦਰ ਆਏ ਤਾਂ ਉਸ ਮੰਗਤੇ ਨੇ ਮੁੰਡੇ ਨੂੰ ਗੱਦੇ ਤੋਂ ਉੱਤਰ ਜਾਣ ਦਾ ਜਿਵੇਂ ਇਸ਼ਾਰਾ ਕੀਤਾ, ਜੋ ਮੈਨੂੰ ਚੰਗਾ ਨਾ ਲੱਗਾ। ਉਸ ਮੰਗਤੇ ਨੂੰ ਕੀ ਲੋੜ ਸੀ ਜਾਂ ਅਧਿਕਾਰ ਸੀ ਨਵੀਆਂ ਆਈਆਂ ਸਵਾਰੀਆਂ ਦੀ ਖੁਸ਼ਾਮਤ ਵਿੱਚ ਉਸ ਬਾਲੜੇ ਨੂੰ ਉਹਦੀ ਥਾਂ ਤੋਂ ਉਤਾਰਨ ਦੀ? ਕਈਆਂ ਆਦਮੀਆਂ ਨੂੰ ਆਦਤ ਹੁੰਦੀ ਹੈ ਸੋਫੀਆਂ ਸਫੈਦ ਪੋਸ਼ ਲੋਕਾਂ ਦੀ ਝੋਲੀ ਚੁੱਕਣ ਦੀ, ਅਤੇ ਇਸ ਤਰ੍ਹਾਂ ਕਰਨ ਵਿੱਚ ਬਹੁਤ ਵਾਰੀ ਉਹ ਆਪਣੇ ਜਿਹੇ ਗਰੀਬਾਂ ਜਾਂ ਸਧਾਰਨ ਲੋਕਾਂ ਜਾਂ ਨਿਰਬਲ ਬੱਚਿਆਂ ਨਾਲ ਇੱਕ ਤਰ੍ਹਾਂ ਦੀ ਜ਼ਬਰਦਸਤੀ ਕਰਨ ਤੋਂ ਨਹੀਂ ਝਿਜਕਦੇ। ਪਰ ਜਦੋਂ ਗੱਡੀ ਚੱਲਣ ਲੱਗੀ ਤਾਂ 2-3 ਸਵਾਰੀਆਂ ਹੋਰ ਅੰਦਰ ਆ ਵੜੀਆਂ, ਜਿਨ੍ਹਾਂ 'ਚ ਉਸ ਮੁੰਡੇ ਦਾ ਵਾਲੀ ਕੋਈ ਨਹੀਂ ਸੀ।
ਉਸ ਵਾਰੀਆਂ ਹਾਲੇ ਉਸ ਮੁੰਡੇ ਬਾਰੇ ਕੁਝ ਝਿਜਕੀ ਰਹੀਆਂ ਸਨ ਕਿ ਉਸ ਮੰਗਤੇ ਨੇ ਝੱਟ ਨਾਲ ਉੱਠ ਕੇ ਮੁੰਡੇ ਨੂੰ ਪਕੜ ਕੇ ਗੱਦੇ ਤੋਂ ਲਾ ਲਿਆ। ਮੁੰਡੇ ਨੇ ਕੁਝ ਮਜ਼ਾਮਤ ਕੀਤੀ ਪਰ ਨਿਸਫਲ। ਮੰਗਤਾ ਉਹਨੂੰ ਚੁੱਕ ਕੇ ਆਪਣੇ ਕੋਲ ਦਰਵਾਜ਼ੇ 'ਚ ਲੈ ਆਇਆ। ਮੁੰਡਾ ਉਹ ਤੋਂ ਛੁੱਟਣ ਲਈ ਜ਼ੋਰ ਮਾਰ ਰਿਹਾ ਸੀ ਪਰ ਉਹ ਮੰਗਤਾ ਉਹਨੂੰ ਇਉਂ ਘੁੱਟੀ ਬੈਠਾ ਸੀ ਜਿਵੇਂ ਉਹ ਉਹਦਾ ਆਪਣਾ ਪੁੱਤਰ ਹੁੰਦਾ। ਮੈਂ ਵੇਖਿਆ ਮੁੰਡੇ ਦੇ ਗਲ 'ਚ ਫਟਿਆ ਪੁਰਾਣਾ ਕੋਟ ਸੀ ਅਤੇ ਹੇਠਾਂ ਤਨ ਉੱਤੇ ਕਮੀਜ਼ ਕੁੜਤਾ ਕੋਈ ਨਹੀਂ ਸੀ। ਤੇੜ ਵੀ ਇੱਕ ਪੁਰਾਣੀ ਪਤਲੂਨ ਸੀ ਜਿਹਦੀ ਇੱਕ ਲੱਤ ਧੁਰ ਧੁਰਾਉਂ ਉਧੜੀ ਜਾਂ ਫਟੀ ਹੋਈ ਸੀ। ਮੁੰਡਾ ਮੰਗਤੇ ਤੋਂ ਛੁੱਟਣ ਲਈ ਤਰਲੇ ਮਾਰ ਰਿਹਾ ਸੀ। ਕੁਝ ਚੂੰ ਚੂੰ ਵੀ ਕਰਦਾ ਸੀ ਪਰ ਬੋਲਦਾ ਕੁਝ ਨਹੀਂ ਸੀ। ਮੇਰਾ ਜੀ ਕਰੇ ਉਸ ਮੰਗਤੇ ਨੂੰ ਕਹਿਣ ਲਈ ਕਿ ਮੁੰਡੇ ਨੂੰ ਮੇਰੇ ਕੋਲ ਗੱਦੇ 'ਤੇ ਬੈਠ ਜਾਣ ਦੇਵੇ, ਪਰ ਮੈਨੂੰ ਇੰਨਾ ਹੌਸਲਾ ਨਾ ਹੋਇਆ। ਸ਼ਾਇਦ ਮੇਰੀ ਅੰਦਰਲੀ ਬੁੱਧੀ ਨੇ ਮੈਨੂੰ ਨਿਸ਼ਚਾ ਕਰਵਾ ਦਿੱਤਾ ਕਿ ਇਸ ਤਰ੍ਹਾਂ ਦੀ ਖੁੱਲ੍ਹ ਦਿਲੀ ਦਿਖਾਉਣ ਦਾ ਕਿਸੇ ਨੂੰ ਕੋਈ ਲਾਭ ਨਹੀਂ ਸੀ ਹੋ ਸਕਦਾ। ਜਦੋਂ ਮੁੰਡਾ ਉਸ ਮੰਗਤੇ ਪਾਸੋਂ ਹੋਰ ਤਰ੍ਹਾਂ ਸ਼ਾਂਤ ਨਾ ਹੋਇਆ ਤਾਂ ਉਹਨੇ ਆਪਣੇ ਉਹਦੇ ਕੋਟ ਜਿਹੇ ਹੀ ਫਟੇ ਪੁਰਾਣੇ ਕੋਟ 'ਚੋਂ ਕੁਝ ਰੋਟੀਆਂ ਕੱਢ ਲਈਆਂ, ਜਿਨ੍ਹਾਂ 'ਚੋਂ ਇੱਕ ਇੱਕ ਟੁੱਕਰ ਤੋੜ ਕੇ ਉਹਨੇ ਮੁੰਡੇ ਨੂੰ ਦੇ ਦਿੱਤਾ। ਉਸ ਨਾਲ ਮੁੰਡਾ ਟਿਕ ਗਿਆ ਅਤੇ ਦੋਵੇਂ ਜਣੇ ਰੋਟੀ ਖਾਣ ਲੱਗ ਪਏ। ਜਦੋਂ ਮੁੰਡਾ ਰੋਟੀ ਖਾ ਰਿਹਾ ਸੀ ਤਾਂ ਹੱਸ ਰਿਹਾ ਸੀ, ਲਾਚੜ ਕੇ ਮੰਗਤੇ ਨੂੰ ਕਦੀ ਤਫਾ ਜਾਂ ਬੈਠਾ ਬੈਠਾ ਲੱਤ ਦੀ ਹੁੱਝ ਵੀ ਮਾਰ ਦਿੰਦਾ, ਜੋ ਸਭ ਕੁਝ ਮੰਗਤਾ ਬੜੇ ਪਿਆਰ ਨਾਲ ਬਰਦਾਸ਼ਤ ਕਰ ਰਿਹਾ ਸੀ। ਹੁਣ ਉਹ ਦੋ ਮੰਗਤੇ ਨਹੀਂ ਸੀ, ਪਿਓ ਪੁੱਤਰ ਸੀ ਜੋ ਬੜੇ ਪਿਆਰ ਨਾਲ ਇਕੱਠੇ ਰੋਟੀ ਖਾ ਰਹੇ ਸੀ। ਪਰ ਮੇਰੇ ਮਨ 'ਚੋਂ ਉੱਕਾ ਨਹੀਂ ਨਿਕਲਦਾ ਸੀ ਕਿ ਇਹ ਮੁੰਡਾ ਉਸ ਮੰਗਤੇ ਨੇ ਕਿੱਧਰੋਂ ਚੁੱਕਿਆ ਹੋਇਆ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਸਾਰੇ ਲਾਡ ਮਲਹਾਰ ਨਾਲ ਉਹ ਮੁੰਡਾ ਹੱਸਣ ਅਤੇ ਪਸ਼ੂਆਂ ਵਾਂਗ ਸਧਾਰਨ ਆਵਾਜ਼ਾਂ ਕੱਢਣ ਤੋਂ ਬਿਨਾਂ ਬੋਲਚਾਲ ਕੁਝ ਨਹੀਂ ਸੀ ਰਿਹਾ। ਉਹ ਬੋਲਾ ਨਹੀਂ ਸੀ ਜਾਪਦਾ ਅਤੇ ਮੈਨੂੰ ਇਹ ਸ਼ੱਕ ਗੁਜ਼ਰ ਰਿਹਾ ਸੀ ਜਿਵੇਂ ਉਸ ਮੰਗਤੇ ਨੇ ਜਾਣ ਬੁੱਝ ਕੇ ਉਹਨੂੰ ਬੋਲਣਾ ਨਹੀਂ ਸੀ ਸਿਖਾਇਆ, ਜਿਹੜਾ ਸ਼ੱਕ ਸ਼ਾਇਦ ਵਿਗਿਆਨਕ ਦ੍ਰਿਸ਼ਟੀ ਤੋਂ ਨਿਰਮੂਲ ਹੋਵੇ। ਇਹ ਤੇਰਾ ਪੁੱਤਰ ਹੈ? ਮੈਂ ਉਸ ਮੰਗਤੇ ਨੂੰ ਪੁੱਛਿਆ। ਹਾਂ ਮੇਰਾ ਬੇਟਾ ਹੈ, ਉਹਨੇ ਹਿੰਦੁਸਤਾਨੀ 'ਚ ਉੱਤਰ ਦਿੱਤਾ। ਇਹਦੀ ਮਾਂ ਕਿੱਥੇ ਹੈ? ਮੈਂ ਫਿਰ ਉਹਨੂੰ ਪੰਜਾਬੀ 'ਚ ਹੀ ਪੁੱਛਿਆ ਕਿਉਂਕਿ ਮੈਨੂੰ ਪਤਾ ਸੀ ਪੰਜਾਬ 'ਚ ਆਪਣੇ ਦਿਨ ਲੰਘਾ ਰਿਹਾ, ਉਹ ਪੰਜਾਬੀ ਸਮਝ ਸਕਦਾ ਹੋਏਗਾ। ਦੌੜ ਗਈ, ਉਹਦਾ ਉੱਤਰ ਸੀ। ਇਸ ਉੱਤਰ ਤੋਂ ਮੈਨੂੰ ਉਸ ਉੱਤੇ ਤਰਸ ਵੀ ਆਇਆ ਪਰ ਨਾਲ ਮੇਰੇ ਇਸ ਸ਼ੰਕੇ ਨੂੰ ਵੀ ਕੁਝ ਆਧਾਰ ਮਿਲ ਗਿਆ ਕਿ ਸ਼ਾਇਦ ਉਹ ਮੁੰਡਾ ਉਸ ਮੰਗਤੇ ਨੇ ਚੁੱਕਿਆ ਹੋਇਆ ਹੀ ਸੀ। ਇੱਕ 5-6 ਸਾਲ ਦਾ ਮੁੰਡਾ ਜੋ ਮੇਰੇ ਆਪਣੇ 4 ਕੁ ਸਾਲ ਦੇ ਪੁੱਤਰ ਨਾਲ ਸ਼ਕਲ ਸ਼ਬਾਹ 'ਚ ਮਿਲਦਾ ਜੁਲਦਾ ਸੀ ਅਤੇ ਜਿਹਨੂੰ ਮੈਂ ਸ਼ਾਮ ਦੇ ਅੱਧ ਚਾਨਣ ਦਾ ਸਦਕਾ ਅਤੇ ਉਹਦੇ ਫਟੇ ਪੁਰਾਣੇ ਕੱਪੜਿਆਂ ਦਾ ਸਦਕਾ ਜੋ ਕਿਸੇ ਸ਼ਰੀਫ ਜ਼ਾਦੇ ਦਾ ਉਤਾਰ ਸਨ ਅਤੇ 2nd ਕਲਾਸ ਦੇ ਡੱਬੇ 'ਚ ਗੱਦੇ ਉੱਤੇ ਬੈਠਾ ਵੇਖ ਕੇ ਇੱਕ ਸ਼ਰੀਫ ਜ਼ਿਆਦਾ ਸਮਝੀ ਬੈਠਾ ਸੀ, ਹੁਣ ਇੱਕ ਮੰਗਤੇ ਦਾ ਪੁੱਤਰ ਅਸਲੀ ਜਾਂ ਚੁੱਕਿਆ ਹੋਇਆ ਬਣਿਆ ਬੈਠਾ ਸੀ। ਉਹਨੂੰ ਛੱਡ ਕੇ ਜਿਹਦੀ ਮਾਂ ਸ਼ਾਇਦ ਕਿਸੇ ਹੋਰ ਮੰਗਤੇ ਜਾਂ ਮੰਗਤੇ ਜਿਹੇ ਮਜ਼ਦੂਰ ਨਾਲ ਨੱਸ ਗਈ ਸੀ ਅਤੇ ਮੇਰੇ ਮਨ ਉੱਤੇ ਕਰੁਣਾ ਦਾ ਜਾਣੋ ਇੱਕ ਬੱਦਲ ਉਸਰਿਆ ਖਲੋਤਾ ਸੀ। ਉਹ ਅੱਧਖੜ ਉਮਰ ਦਾ ਮੰਗਤਾ ਆਪਣੀ ਉਮਰ ਦੇ 35-40 ਸਾਲ ਕਿਸ ਆਸ ਦੇ ਸਹਾਰੇ ਜਿਉਂਦਾ ਰਿਹਾ ਸੀ ਅਤੇ ਅਗਲੇ 30-35-40 ਕਿਸ ਆਸ ਦੇ ਸਹਾਰੇ ਜੀਵੇਗਾ। ਕਹਿੰਦੀ ਹੈ ਕਿ ਆਸ ਨਾਲ ਜਹਾਨ ਕਾਇਮ ਹੈ, ਪਰ ਜਿਨ੍ਹਾਂ ਦਾ ਜਹਾਨ ਆਸ ਤੋਂ ਬਿਨਾਂ ਵੀ ਚੱਲ ਰਿਹਾ ਉਹਨਾਂ ਬਾਰੇ ਤੁਸੀਂ ਕੀ ਆਖੋਗੇ? ਮਹਾਂਕਵੀ ਗਾਲਿਬ ਨੇ ਇੱਕ ਥਾਂ ਕਿਹਾ ਹੈ, ਮੁਨੱਸਰ ਮਰਨੇ ਪਰ ਹੈ ਜਿਸਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀਏ। ਅਤੇ ਜਿਹਦਾ ਜਹਾਨ ਭਿੱਖਿਆ ਉੱਤੇ, ਉਸ ਭਿੱਖਿਆ ਉੱਤੇ ਜੋ ਉਹਨੂੰ ਫਟੇ ਪੁਰਾਣੇ ਘਸਮੈਲੇ ਕੱਪੜੇ ਅਤੇ ਰੋਟੀ ਦੇ 2-4 ਟੁਕੜੇ ਹੀ ਮਸਾਂ ਦਿੰਦੀ ਹੈ ਕਾਇਮ ਹੈ, ਉਸ ਲਈ ਮੌਤ ਦੇ ਕੀ ਅਰਥ ਹੈ? ਇਹ ਗੱਲ ਗਾਲਿਬ ਦੀ ਕਥੀ ਨਾ ਉਮੀਦੀ ਨਾਲੋਂ ਵੀ ਵਧੇਰੇ ਦੇਖਣ ਵਾਲੀ ਗੱਲ ਸੀ। ਪਰ ਨਹੀਂ, ਸ਼ਾਇਦ ਮੰਗਤੇ ਦਾ ਨਿਰਾਸ਼ ਜਹਾਨ ਇਸ ਮੁੰਡੇ ਦੇ ਸਹਾਰੇ ਕਾਇਮ ਸੀ ਕਿ ਇਸ ਮੰਗਤੇ ਨੂੰ ਅਤੇ ਇਸ ਮੁੰਡੇ ਨੂੰ ਆਸ ਦੇ ਜਹਾਨ ਵਿੱਚ ਲਿਆਉਣ ਦਾ ਕੋਈ ਸਾਧਨ ਨਹੀਂ। ਮੈਂ ਪੁੱਛ ਰਿਹਾ ਸਾਂ ਉਹਨਾਂ ਸ਼ਕਤੀਆਂ ਪਾਸੋਂ ਜਿਨ੍ਹਾਂ ਦੇ ਅਧਿਕਾਰ 'ਚ ਇਸ ਵੇਲੇ ਵੀ
ਵਧੇਰੇ ਔਖੀਆਂ ਸੈਂਕੜੇ ਸਮੱਸਿਆਵਾਂ ਦੇ ਸੁਲਝਾਅ ਹਨ। ਇਹ 35-40 ਸਾਲ ਦਾ ਮੰਗਤਾ ਕਿਸੇ ਕਾਰਖਾਨੇ 'ਚ ਕੰਮ ਕਰਨ ਵਾਲਾ ਇੱਕ ਮਜ਼ਦੂਰ ਬਣ ਰਿਹਾ ਸੀ। ਮੇਰੀ ਕਲਪਨਾ ਵਿੱਚ ਜਿਸ ਪਾਸੋਂ ਉਹਦੀ ਇਸਤਰੀ ਨੂੰ ਨੱਸ ਜਾਣ ਦੀ ਲੋੜ ਨਹੀਂ ਸੀ, ਕਿਉਂਕਿ ਇਹ ਕਾਰਖਾਨੇ 'ਚ 8 ਘੰਟੇ ਕੰਮ ਕਰਕੇ ਘਰ ਆਉਂਦਾ ਸੀ। ਇਹਦੇ ਸੀਨੇ 'ਚੋਂ ਤਾਣ ਹੁੰਦਾ ਸੀ ਜਿਹਨੂੰ ਇਸਤਰੀਆਂ ਪਿਆਰ ਕਰਦੀਆਂ ਹਨ, ਅਤੇ ਜਿਸ ਦੀ ਦਿਨ ਦੀ ਥਕਾਵਟ ਨੂੰ ਆਪਣੇ ਨਿੱਘੇ ਪ੍ਰੇਮ ਨਾਲ ਦੂਰ ਕਰ ਸਕਣ ਦਾ ਉਹਨਾਂ ਨੂੰ ਮਾਣ ਹੈ। ਜਿਸ ਦੂਜੇ ਮੰਗਤੇ ਜਾਂ ਮੰਗਤੇ ਜਿਹੇ ਮਜ਼ਦੂਰ ਨਾਲ ਇਸ ਆਦਮੀ ਦੀ ਇਸਤਰੀ ਨੱਸ ਗਈ ਸੀ, ਉਹਨੇ ਮੇਰੀ ਕਲਪਨਾ ਵਿੱਚ ਜਦੋਂ ਉਸ ਇਸਤਰੀ ਨੂੰ ਪਹਿਲਾਂ ਕਾਮ ਨਾਲ ਲੀਨ ਮਖੌਲ ਕੀਤਾ ਸੀ ਤਾਂ ਉਹਨੇ ਬੜੇ ਠਰਮੇ ਨਾਲ ਆਖ ਦਿੱਤਾ ਸੀ, ਵੀਰ ਅਜਿਹਾ ਮਖੌਲ ਤੂੰ ਕਿਸੇ ਹੋਰ ਨਾਲ ਕਰ ਜਿਸ ਤੋਂ ਤੈਨੂੰ ਮੇਰਾ ਤੇਰਾ ਮਨ ਵਾਂਛਿਆ ਪਿਆਰ ਮਿਲ ਸਕੇ। ਮੈਂ ਤਾਂ ਆਪਣਾ ਪਿਆਰ ਕਿਸੇ ਤੇਰੇ ਜਿਹੇ ਨੂੰ ਦੇ ਚੁੱਕੀ ਹਾਂ ਅਤੇ ਇਸ ਦੇ ਚੁੱਕਣ 'ਤੇ ਮੈਂ ਖੁਸ਼ ਹਾਂ, ਪਰ ਨਹੀਂ, ਇਹ ਮੰਗਤਾ ਮੇਰੀ ਕਲਪਨਾ ਦੇ ਉਪਰੋਕਤ ਜਹਾਨ ਵਿੱਚੋਂ ਸ਼ਾਇਦ ਅਜਿਹਾ ਗੁਜ਼ਰ ਚੁੱਕਾ ਸੀ, ਇਹਦੇ ਫਿਰ ਉਸ ਵਿੱਚ ਆਉਣ ਦੀ ਆਸ ਨਹੀਂ ਸੀ। ਹਾਂ, ਉਹ ਮੁੰਡਾ ਉਸ ਨਾਲ ਹਾਲੇ ਮੇਰੀ ਕਲਪਨਾ ਦੇ ਜਹਾਨ ਵਿੱਚ, ਜੋ ਇਹਨਾਂ ਮੰਗਤਿਆਂ ਦੇ ਜਹਾਨ ਨਾਲੋਂ ਵੱਖਰਾ ਵਾਸਤਵ ਦਾ ਜਹਾਨ ਵੀ ਹੈ, ਬੜੀ ਥਾਂ ਸੀ। ਸ਼ਾਇਦ ਦੇਸ਼ ਦੀ 3ਜੀ 5 ਸਾਲਾ ਯੋਜਨਾ ਇਸ ਮੁੰਡੇ ਨੂੰ ਇਹਦੇ ਨਿਮਨ ਵਾਸਤਵ ਦੇ ਜਹਾਨ ਵਿੱਚੋਂ, ਜਿਸ ਵਿੱਚ ਹੀ ਨਰਕ ਦੇ ਠੀਕ ਅਰਥ ਅੰਕਿਤ ਹਨ, ਉਠਾ ਕੇ ਵਾਸਤਵ ਦੇ ਜਹਾਨ 'ਚ, ਜਿਹਨੂੰ ਕੋਈ ਕਲਪਨਾ ਦਾ ਜਹਾਨ ਕਹਿ ਦਿੰਦੇ ਹੈ, ਲਿਆ ਕੇ ਸ਼ਰੀਫ ਜ਼ਿਆਦਾ ਬਣਾ ਦੇ। ਮੈਂ ਇਸ ਤਰ੍ਹਾਂ ਸੋਚ ਹੀ ਰਿਹਾ ਸੀ ਕਿ ਉਸ ਮੁੰਡੇ ਨੇ ਮੁੰਡੇ ਦੇ ਉਹ ਫਟੇ ਪੁਰਾਣੇ ਕੋਟ ਪਤਲੂਨ ਇੱਕ ਨਵਾਂ ਨਕੋ ਟਵੀਟ ਦਾ ਸੂਟ ਬਣ ਗਏ, ਜਿਨ੍ਹਾਂ ਦੇ ਹੇਠ ਉਸ ਮੁੰਡੇ ਦੇ ਤਨ ਉੱਤੇ ਕਮੀਜ਼ ਸੀ, ਜਿਸ ਉੱਤੇ ਕਿਸੇ ਦੇ ਪਿਆਰ ਦਾ ਸੋਹਣਾ ਉਣਿਆ ਹੋਇਆ ਸਵੈਟਰ ਸੀ, ਅਤੇ ਉਹ ਮੁੰਡਾ ਉਸ ਸੈਕਿੰਡ ਕਲਾਸ ਦੇ ਡੱਬੇ 'ਚ ਗੱਦੇ 'ਤੇ ਬੈਠਾ ਇੱਕ ਸੋਹਣੀਆਂ ਤਸਵੀਰਾਂ ਵਾਲੀ ਪੁਸਤਕ ਦੇ ਵਰਕੇ ਪਲਟ ਰਿਹਾ ਸੀ। ਇਸ ਰੂਪ 'ਚ ਮੈਨੂੰ ਉਹ ਆਪਣੇ 4 ਕੁ ਸਾਲ ਦੇ ਪੁੱਤਰ ਜਿੰਨਾ ਹੀ ਸੋਹਣਾ ਲੱਗਦਾ ਸੀ, ਜੋ ਸ਼ਕਲ ਸ਼ਬਾਤ ਵਿੱਚ ਜਾਣੋ ਇੱਕ ਸ਼ਹਿਜ਼ਾਦਾ ਹੀ ਤਾਂ ਸੀ। ਉਹ ਮੰਗਤਾ ਉਸ ਡੱਬੇ 'ਚ ਕੋਈ ਨਹੀਂ ਸੀ। ਧੰਨਵਾਦ। ਅਗਲੀ ਕਹਾਣੀ ਹੈ ਪੁਰਾਣਾ ਝਗੜਾ ਅਤੇ ਨਵਾਂ ਮੇਲ। ਢੇਰ ਚਿਰ ਪਹਿਲਾਂ ਦੀ ਗੱਲ ਹੈ, ਸਿਰਫ ਦੇਸ਼ ਦੀ ਵੰਡ ਅਤੇ ਉਹਦੇ ਨਾਲ ਵਰਤੀਆਂ ਦਿਲ ਕੰਬਾ ਦੇਣ ਵਾਲੀਆਂ ਦੁਰਘਟਨਾਵਾਂ ਤੋਂ ਝੱਟ ਪਹਿਲਾਂ ਦੀ ਨਹੀਂ, ਜਿਵੇਂ ਅੱਜ ਕੱਲ੍ਹ ਦੀਆਂ ਬਹੁਤੀਆਂ ਗੱਲਾਂ ਆਮ ਕਰਕੇ ਹੁੰਦੀਆਂ ਹਨ, ਸਗੋਂ ਉਸ ਸਮੇਂ ਦੀ ਜਦੋਂ ਹਾਲੇ ਇਸ ਵੰਡ ਸਮੇਂ ਦੇ ਬੁੱਢੇ ਹੋ ਰਹੇ ਤੀਵੀਆਂ ਪੁਰਖ ਜਵਾਨੀ ਚੜ੍ਹ ਰਹੇ ਸਨ, ਅਤੇ ਜਦੋਂ ਉਹਨਾਂ ਵਿੱਚੋਂ ਉਹ ਜਿਹੜੇ ਕੋਈ ਮਕਾਨ ਉਸਾਰਦੇ, ਕੋਈ ਆਪਣਾ ਬੀਮਾ ਕਾਗਜ਼ਾਂ ਨੂੰ ਮੁੜ ਮੁੜ ਪੜਤਾਲਦੇ, ਅਤੇ ਕੋਈ ਆਪਣੇ ਨੌਜਵਾਨ ਧੀਆਂ ਪੁੱਤਰਾਂ ਨੂੰ ਇਸ ਸੰਸਾਰ ਦੀ ਅਸਾਰਤਾ ਅਤੇ ਇਸ ਵਿਚਲੇ ਝਗੜਿਆਂ ਝੇੜਿਆਂ ਦੀ ਨਿਰਾਰਥਕਤਾ ਉੱਤੇ ਸਮਝਾਉਂਦੇ ਨਹੀਂ ਥੱਕਦੇ, ਅਜਿਹੇ ਫਿਕਰਾਂ ਤੋਂ ਆਜ਼ਾਦ ਸਨ। ਇਸ ਤਰ੍ਹਾਂ ਇਹ ਬਟਵਾਰੇ ਨਾਲੋਂ ਵੀ ਕਰੁਣਾਮਈ ਇੱਕ ਸਮ੍ਰਿਤੀ ਹੈ, ਜਿਹਦਾ ਵਰਣਨ ਕਰਨ ਲੱਗਿਆਂ ਦਿਲ ਨੂੰ ਇੱਕ ਕਲੇਸ਼ ਜਿਹਾ ਹੁੰਦਾ ਹੈ। ਇੱਕ ਨਵਾਂ ਵਿਆਹਿਆ ਜੋੜਾ, ਜਿਨ੍ਹਾਂ ਦਾ ਵਿਆਹ ਕੋਈ 2-3 ਸਾਲ ਹੰਢਿਆ ਹੋਇਆ ਹੋਏਗਾ, ਲਾਹੌਰ ਦੇ ਸਟੇਸ਼ਨ ਤੋਂ ਬੰਬਈ ਮੇਲ ਦੇ 3ਜੇ ਦਰਜੇ 'ਤੇ ਡੱਬੇ 'ਚ ਚੜ੍ਹਿਆ। ਨੌਜਵਾਨ ਨੇ ਤਿੱਖੀ ਨੋਕਦਾਰ ਬਦਾਮੀ ਰੰਗ ਦੀ ਪੱਗ ਬੰਨ੍ਹੀ ਸੀ, ਅੰਗਰੇਜ਼ੀ ਢੰਗ ਦਾ ਕੋਟ ਪਤਲੂਨ ਦਾ ਸੂਟ ਪਹਿਨਿਆ ਸੀ, ਦਾੜ੍ਹੀ ਉਹਦੀ ਮਸਾਂ ਇੱਕ ਨਵੇਂ ਗਰਾਸੀ ਪਲਾਟ ਦੇ ਘਾਹ ਵਰਗੀ ਸੀ। ਉਹਨੀ ਦਿਨੀ ਬੰਬਈ ਮੇਲ ਕੋਈ 7:30 ਵਜੇ ਸਵੇਰੇ ਲਾਹੌਰ ਸਟੇਸ਼ਨ ਤੋਂ ਚੱਲਦੀ ਹੁੰਦੀ ਸੀ। ਲੁਧਿਆਣੇ, ਦਿੱਲੀ, ਬੰਬਈ ਵੱਲ ਨੂੰ ਗਰਮੀਆਂ ਦੀ ਰੁੱਤ ਸੀ ਅਤੇ 7:30 ਚੌਖੇ ਦਿਨ ਰਹਿੰਦਿਆਂ ਵੱਜਦੇ ਸਨ, ਨਹੀਂ ਤਾਂ ਸ਼ਾਇਦ ਇਹ ਨੌਜਵਾਨ ਜੋੜਾ ਇਸ ਗੱਡੀ ਉੱਤੇ ਅੱਪੜ ਹੀ ਨਾ ਸਕਦਾ, ਕਿਉਂਕਿ ਜਵਾਨੀ 'ਚ ਨੀਂਦ ਗੱਡੀ ਦੇ ਸਫ਼ਰ ਨਾਲੋਂ ਵਧੇਰੀ ਪਿਆਰੀ ਲੱਗਦੀ ਹੈ। ਪਰ ਹੁਣ ਜਦੋਂ ਇਹ ਜੋੜਾ ਬੰਬਈ ਮੇਲ ਦੇ 1-3 ਦਰਜੇ 'ਚ ਆ ਵੜਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਬੰਬਈ ਮੇਲ ਦੇ 3ਜੇ ਦਰਜੇ 'ਚ ਸਫ਼ਰ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ।
ਜਿਸ ਵਿੱਚੋਂ ਹੁਣੇ ਉਹ ਆ ਰਹੇ ਸਨ, ਉਹ ਜ਼ਰੂਰ ਕਿਸੇ ਮਾਸੀ ਫੁੱਫੀ ਦੇ ਘਰੋਂ ਮਿਲ ਕੇ ਜਾਂ ਕਿਸੇ ਦਿਨ ਤਿਉਹਾਰ ਤੋਂ ਹੋ ਕੇ ਆ ਰਹੇ ਸਨ। ਗੱਡੀ ਖਚਾ ਖਚ ਭਰੀ ਹੋਈ ਸੀ ਤੇ 40 ਦੀ ਥਾਂ ਬੈਠੇ 60 ਮੁਸਾਫਰਾਂ 'ਚ ਨਜ਼ਰ ਦੌੜਾ ਕੇ ਵੇਖਿਆ, ਕਿਧਰੇ ਕੋਈ ਜਗ੍ਹਾ ਨਹੀਂ ਸੀ ਜਿਹਦੀ ਦਿਸਦੀ ਜਾਂ ਬਣ ਸਕਦੀ। ਸਗੋਂ 2-4 ਮੁਸਾਫਰ ਡੱਬੇ ਦੇ ਦੂਜੇ ਦਰਵਾਜ਼ੇ 'ਚ ਖੜ੍ਹੇ ਸਨ ਅਤੇ ਉਹ ਜਾਪਦਾ ਸੀ ਜਿਵੇਂ ਦਰਵਾਜ਼ਾ ਖਾਲੀ ਉਹਨਾਂ ਦੇ ਆ ਕੇ ਖੜੋ ਜਾਣ ਲਈ ਹੀ ਸੀ। ਪਰ ਇਹ ਨੌਜਵਾਨ ਅਜਿਹਾ ਸਾਹਸੀਨ ਨਹੀਂ ਸੀ ਅਤੇ ਫਿਰ ਉਹਦੀ ਪਿਆਰੀ ਸਾਥਣ ਉਹਦੇ ਨਾਲ ਸੀ ਜਿਹਨੂੰ ਉਹਨੇ ਇਸ ਤਰ੍ਹਾਂ ਇਸ ਸੰਸਾਰ ਦੀਆਂ ਗੱਡੀਆਂ ਦੇ ਦਰਵਾਜ਼ਿਆਂ 'ਚ ਖਲੋਤੇ ਰੱਖਣ ਲਈ ਨਹੀਂ ਸੀ ਵਿਆਹਿਆ। ਸੋ ਅੰਨੇ ਵਾਹ ਦੂਜੇ ਪਾਸੇ ਬੈਠੇ ਮੁਸਾਫਰਾਂ ਵਿੱਚ ਨੂੰ ਘੁੱਸ ਗਿਆ ਅਤੇ ਉਹਦੀ ਮੁਟਿਆਰ ਸਾਥਣ ਵੀ ਉਹਦੇ ਪਿੱਛੇ ਕੁਝ ਕਦਮ ਵੱਧ ਗਈ। ਪਰ ਉਹਨੂੰ ਛੇਤੀ ਦੋ ਜ਼ਰਾ ਪੁਰਾਣੀ ਉਮਰ ਦੀਆਂ ਇਸਤਰੀਆਂ ਨੇ ਆਪਣੇ ਵਿਚਕਾਰ 2 ਇੰਚ ਵਿੱਥ ਬਣਾ ਕੇ ਸੁਕੇੜ ਕੇ ਬਿਠਾ ਲਿਆ। ਸ਼ਾਇਦ ਉਹਨਾਂ ਨੂੰ ਉਸ ਕੁੜੀ ਦਾ ਪਤਲੀ ਸੀਖ ਜਿਹੀ ਹੋਣਾ ਚੰਗਾ ਲੱਗਾ। ਨੌਜਵਾਨ ਨੇ ਪਿੱਛੇ ਨਜ਼ਰ ਮੋੜ ਕੇ ਵੇਖਿਆ। ਆਪਣੀ ਸਾਥਣ ਨੂੰ ਇਸ ਤਰ੍ਹਾਂ ਬੈਠੀ ਵੇਖ ਕੇ ਉਹਦੀ ਕੁਝ ਤਸੱਲੀ ਹੋ ਗਈ, ਪਰ ਉਹਦਾ ਆਤਮ ਅਭਿਮਾਨ ਹਾਲੇ ਸੰਤੁਸ਼ਟ ਨਹੀਂ ਸੀ ਹੋਇਆ। ਉਹਨੇ ਆਪਣੇ ਅੱਗੇ ਫਿਰ ਨਜ਼ਰ ਮਾਰੀ ਤਾਂ ਇੱਕ ਥਾਂ ਇੱਕ ਮੋਟੇ ਚੌੜੇ ਆਦਮੀ ਨੂੰ ਲੰਮਾ ਪਿਆ ਵੇਖਿਆ। ਉਸ ਉੱਤੇ ਤਾਂ ਉਹਨੂੰ ਜਾਣੋ ਇੱਕ ਹੁੱਜ ਜਿਹੀ, ਇੱਕ ਚੋਭ ਜਿਹੀ ਵੱਜੀ। ਉਹ 5-7 ਵਿਚਕਾਰਲੇ ਮੁਸਾਫਰਾਂ ਦੇ ਪੈਰ ਲਤਾੜਦਾ ਉਸ ਆਦਮੀ ਕੋਲ ਜਾ ਪਹੁੰਚਾ ਤੇ ਇੱਕ ਬਨਾਵਟੀ ਹਲੀਮੀ ਨਾਲ ਕਹਿਣ ਲੱਗਾ, ਖਾਨ ਸਾਹਿਬ ਜ਼ਰਾ ਜਗ੍ਹਾ ਦਿਓ ਨਾ। ਉਸ ਆਦਮੀ ਨੇ ਉਹਦੀ ਗੱਲ ਕੋਈ ਨਾ ਗੌਲੀ ਤਾਂ ਉਹਨੇ ਜ਼ਰਾ ਕੁਰਾਗ ਹੋ ਕੇ ਫਿਰ ਆਖਿਆ, ਭਾਈ ਲੇਟੋ ਨਹੀਂ ਜਗ੍ਹਾ ਦਿਓ, ਔਰ ਜਗ੍ਹਾ ਦੇਖ ਲਓ। ਉਸ ਆਦਮੀ ਨੇ ਤਾਂ ਕੁਝ ਆਪਣੀ ਜਾਤੀ ਦੇ ਘੁਮੰਡ ਤੋਂ ਅਤੇ ਕੁਝ ਆਪਣੀ ਨਿੱਜੇ ਸੁਭਾਅ ਦੀ ਸੁਸਤੀ ਨਾਲ ਜਵਾਬ 'ਚ ਆਖ ਛੱਡਿਆ ਅਤੇ ਆਪਣੀਆਂ ਲੱਤਾਂ ਨੂੰ ਸਗੋਂ ਨਿਸਲ ਕਰਕੇ ਸਿੱਧਾ ਜਿਹਾ ਲੇਟ ਗਿਆ। ਉਸ ਮੁਸਾਫਰ ਦੇ ਇਸ ਵਤੀਰੇ ਨੇ ਨੌਜਵਾਨ ਦੇ ਜਾਤੀ ਅਭਿਮਾਨ ਨੂੰ ਵੀ ਜਾਣੋ ਜਗਾ ਦਿੱਤਾ ਅਤੇ ਜਦੋਂ ਇੱਕ ਵਾਰੀ ਫਿਰ ਮੰਗ ਕਰਨ 'ਤੇ ਵੀ ਉਸ ਆਦਮੀ ਨੇ ਉਸ ਲਈ ਥਾਂ ਨਾ ਛੱਡੀ ਤਾਂ ਝੱਟ ਦੇ ਕੇ ਉਹਦੇ ਢਿੱਡ ਉੱਤੇ ਹੀ ਬੈਠ ਗਿਆ। ਕੋਲ ਬੈਠੇ ਮੁਸਾਫਰਾਂ ਉੱਤੇ ਜਿਨ੍ਹਾਂ 'ਚੋਂ ਕਰੀਬ ਕਰੀਬ ਸਾਰੇ ਗਰੀਬ ਦੁਕਾਨਦਾਰ ਸ਼੍ਰੇਣੀ ਜਾਂ ਗਰੀਬ ਕਿਰਤੀ ਸ਼੍ਰੇਣੀ ਦੇ ਸਨ, ਇੱਕ ਸੰਨਾਟਾ ਜਿਹਾ ਛਾ ਗਿਆ। ਕੋਈ ਆਦਮੀ ਥਾਂ ਨਾ ਮਿਲਣ 'ਤੇ ਕਿਸੇ ਦੂਜੇ ਢਿੱਡ ਉੱਤੇ ਵੀ ਬੈਠ ਜਾਇਆ ਕਰਦਾ ਅਤੇ ਫਿਰ ਇੱਕ ਮੋਟੇ ਠੁੱਲੇ ਆਦਮੀ ਦੇ ਢਿੱਡ ਉੱਤੇ। ਉਹ ਹੈਰਾਨ ਸੀ, ਭਾਵੇਂ ਉਹ ਆਦਮੀ ਇੱਕ ਤੂੜੀ ਦੇ ਕੋਠੇ ਵਾਂਗ ਭਰੇ ਡੱਬੇ 'ਚ ਲੰਮਾ ਪਿਆ ਵੀ ਸਭ ਨੂੰ ਖਿਜਾ ਰਿਹਾ ਸੀ। ਮੁਟਿਆਰ ਨੇ ਆਪਣੇ ਪਤੀ ਨੂੰ ਇਸ ਤਰ੍ਹਾਂ ਝਗੜੇ ਦਾ ਮੁੱਢ ਬੰਨਦੇ ਵੇਖਿਆ ਜ਼ਰੂਰ, ਪਰ ਨਵੀਂ ਵਿਆਹੀ ਸ਼ਰਮ ਦੇ ਨੱਢੇ ਸ਼ੋਹ ਦੇ ਭੈ ਨੇ ਉਹਦੀ ਜ਼ਬਾਨ 'ਤੇ ਜਾਣੋ ਤਾਲਾ ਮਾਰਿਆ ਸੀ। ਉਹਦੀਆਂ ਅੱਖਾਂ ਨੇ ਆਪਣੇ ਪੁਆੜਿਆਂ ਹੱਥੇ ਨੱਢੇ ਵੱਲ ਤੱਕਿਆ ਜਿਵੇਂ ਉਹਨਾਂ ਰਾਹੀਂ ਉਹ ਆਖ ਰਹੀ ਹੋਵੇ ਕਿ ਭਾਵੇਂ ਮੈਂ 2 ਇੰਚ ਥਾਂ ਉੱਤੇ ਹੀ ਇਹਨਾਂ ਦੋ ਬੁੱਢੀਆਂ ਦੇ ਗੋਡਿਆਂ ਵਿੱਚ ਘਰ ਸੁੱਕੜੀ ਬੈਠੀ ਹਾਂ, ਅਤੇ ਜੇ ਤੂੰ ਜ਼ਰੂਰ ਬੈਠਣਾ ਹੀ ਹੈ ਤਾਂ ਮੈਂ ਤੈਨੂੰ ਵੀ ਇੱਥੇ ਆਪਣੇ ਆਪ ਹੋਰ ਸੁਕੇੜ ਕੇ ਸ਼ਾਇਦ ਬਿਠਾ ਸਕਦੀ ਹਾਂ। ਪਰ ਉਹਦੀਆਂ ਅੱਖਾਂ ਦੀ ਉਹ ਮੂਕ ਬੇਨਤੀ ਅਜਿਹੀ ਖੱਚ ਵਿੱਚ ਉਹਦੇ ਪਤੀ ਤੱਕ ਪਹੁੰਚ ਨਹੀਂ ਸੀ ਸਕਦੀ। ਤਾਂ ਵੀ ਸੁਭਾਵਕ ਹੀ ਝਗੜੇ ਦੇ ਭੈ ਨੇ ਉਸ ਤੋਂ ਥਾਂ ਛੁਡਾ ਦਿੱਤੀ ਅਤੇ ਉੱਠ ਕੇ ਆਪਣੇ ਪੈਰਾਂ ਉੱਤੇ ਖੜ੍ਹੀ ਹੋ ਗਈ, ਜਿਵੇਂ ਉਹਦੇ ਅੰਦਰਲੇ 'ਚ ਕਿਸੇ ਸ਼ੈ ਨੇ ਇਰਾਦਾ ਕੀਤਾ ਹੋਏ ਕਿ ਜੇ ਅਜਿਹੀ ਘੜੀ ਆ ਹੀ ਗਈ ਹੈ ਤਾਂ ਬਿਜਲੀ ਵਾਕਰ ਕੁੱਦ ਕੇ ਆਪਣੇ ਪਤੀ ਦੀ ਸਹਾਇਤਾ ਲਈ ਪਹੁੰਚ ਜਾਏਗੀ। ਬੁੱਢੀਆਂ ਇੰਨੀਆਂ ਸੁਸਤ ਸਨ ਕਿ ਉਹਨਾਂ ਨੇ ਉਹਨੂੰ ਬੈਠ ਜਾਣ ਲਈ ਫਿਰ ਨਾ ਆਖਿਆ। ਉਹ ਲੰਮਾ ਪਿਆ ਆਦਮੀ ਭਾਵੇਂ ਅੱਖੜ ਅਤੇ ਅਭਿਮਾਨੀ ਸੀ, ਪਰ ਇੰਨਾ ਸੁਸਤ ਵੀ ਸੀ ਕਿ ਉਹਨੇ ਲੜਾਈ ਦਾ ਦੂਜਾ ਕਦਮ ਚੁੱਕਣ ਤੋਂ ਪਹਿਲਾਂ ਉਹਦੀ ਤਾੜਨਾ ਕਰਨ ਉੱਤੇ ਸੰਤੋਖ ਕਰ ਲਿਆ। ਸਰਦਾਰ ਹੋਸ਼ ਕਰੋ, ਹਮ ਲੜਾਈ ਕਰੇਗਾ। ਨੌਜਵਾਨ ਨੇ ਸੁਭਾਵਕ ਹੀ ਉੱਤਰ ਦਿੱਤਾ, ਹਮ ਵੀ ਲੜਾਈ ਕਰੇਗਾ। ਆਖ ਤਾਂ ਦਿੱਤਾ ਪਰ ਜਦੋਂ ਉਸ ਆਦਮੀ ਦੇ ਅਤੇ ਆਪਣੇ ਵਿੱਤ ਵੱਲ ਖਿਆਲ ਕਰਕੇ ਦੇਖਿਆ ਤਾਂ ਉਹਦਾ ਦਿਲ ਡਰ ਜਿਹਾ ਗਿਆ। ਉਹ ਲੰਮਾ ਪਿਆ ਆਦਮੀ ਉਹ ਤੋਂ ਵੱਖਰੀ ਜਾਤੀ ਦਾ ਸੀ,
ਜਿਸ ਕਰਕੇ ਉਹਦੀ ਜਾਤੀ ਭਾਵ ਨੇ ਉਹਨੂੰ ਵੰਗਾਰ ਦਿੱਤੀ। ਕੀ ਤੂੰ ਉਹ ਤੋਂ ਡਰ ਜਾਏਗਾ? ਇਹ ਠੀਕ ਹੈ, ਜੇ ਹੱਥੋਂ ਪਾਈ ਤੱਕ ਨੌਬਤ ਪਹੁੰਚੀ ਤਾਂ ਇਹ 20 ਵਿਸਵੇ ਤੇਰੇ ਨਾਲੋਂ ਤਕੜਾ ਹੈ। ਉਹਨੇ ਮੰਨਿਆ, ਪਰ ਜੇ ਤੂੰ ਹੌਸਲਾ ਨਾ ਛੱਡੇ ਤਾਂ ਸ਼ਾਇਦ ਗੱਲ ਉਤੋਂ ਪਹਿਲਾਂ ਹੀ ਮੁੱਕ ਜਾਏ। ਸ਼ਾਇਦ ਇਹ ਪਾਸ ਬੈਠੇ ਮੁਸਾਫਰ ਹੀ ਕੋਈ ਵਿੱਚ ਬਚਾਓ ਕਰਾ ਦੇਣ, ਪਰ ਉਹ ਸਾਰੇ ਮੁਸਾਫਰ ਇਉਂ ਸੁਣ ਬੈਠੇ ਸੀ ਜਿਵੇਂ ਸੱਪ ਸੁੰਘ ਗਿਆ ਹੁੰਦਾ। ਲੰਮੇ ਪਏ ਆਦਮੀ ਨੇ ਆਪਣਾ ਢਿੱਡ ਜ਼ਰਾ ਕੁ ਹਿਲਾਇਆ, ਜਿਵੇਂ ਉਹ ਨੌਜਵਾਨ ਨੂੰ ਪਰਾਂ ਛੰਡ ਦੇਣਾ ਚਾਹੁੰਦਾ ਹੋਵੇ, ਪਰ ਨੌਜਵਾਨ ਜ਼ਰਾ ਕਰੜਾ ਹੋ ਕੇ ਉਸੇ ਤਰ੍ਹਾਂ ਜੰਮਿਆ ਰਿਹਾ। ਕੁੜੀ ਨੇ ਆਵਾਜ਼ ਦੇਣੀ ਚਾਹੀ, ਸਰਦਾਰ ਜੀ ਉਰਾਂ ਜਾਓ, ਕੀ ਲੈਣਾ ਇਸ ਝਗੜੇ 'ਚੋਂ, ਪਰ ਉਹਦੇ ਸੰਗ 'ਚੋਂ ਆਵਾਜ਼ ਕੋਈ ਨਾ ਨਿਕਲੀ। ਉਹਨੂੰ ਇਉਂ ਜਾਪਿਆ ਜਿਵੇਂ ਉਹਦਾ ਪਤੀ ਉਸ ਵੱਲ ਵੇਖ ਰਿਹਾ ਸੀ ਅਤੇ ਉਹਦੀਆਂ ਅੱਖਾਂ ਕਹਿ ਰਹੀਆਂ ਸੀ ਕਿ ਮੇਰੇ ਇਸ ਤਰ੍ਹਾਂ ਫਾਥੇ ਹੋਣ ਦੀ ਅਸਲ ਜ਼ਿੰਮੇਵਾਰ ਤੂੰ ਹੀ ਹੈ। ਪਰ ਉਸ ਨੌਜਵਾਨ ਨੂੰ ਸ਼ਾਇਦ ਇਹ ਭੁੱਲ ਗਿਆ ਸੀ ਕਿ ਉਹਦੀ ਪਤਨੀ ਵੀ ਕੁੱਕੜੀ ਵਾਂਗ ਉਹਦੀਆਂ ਕੁੱਕੜ ਝਪਟਾਂ ਨੂੰ ਵੇਖ ਰਹੀ ਸੀ। ਉਸ ਲੰਮੇ ਪਏ ਆਦਮੀ ਦਾ ਇੱਕ ਸਾਥੀ ਵੀ ਉਹਦੇ ਸਾਹਮਣੇ ਉਹ ਥਾਂ 'ਤੇ ਬੈਠਾ ਸੀ, ਪਰ ਨੌਜਵਾਨ ਨੂੰ ਪ੍ਰਤੀ ਨਾਇਕ ਦੇ ਇਸ ਤਰ੍ਹਾਂ ਮਿੱਤਰ ਸਹਿਤ ਹੋਣ ਦਾ ਸ਼ਾਇਦ ਗਿਆਨ ਨਹੀਂ ਸੀ। ਉਸ ਲੰਮੇ ਪਏ ਆਦਮੀ ਨੇ ਲੇਟੇ ਲੇਟੇ ਉਸ ਆਪਣੇ ਮਿੱਤਰ ਵੱਲ ਦੇਖਿਆ, ਪਰ ਉਸ ਮਿੱਤਰ ਦੀਆਂ ਅੱਖਾਂ ਜਾਂ ਜ਼ੁਬਾਨ 'ਚੋਂ ਉਹਨੂੰ ਸੋਝੀ ਹੋਈ ਕਿ ਇਸ ਝਗੜੇ ਵਿੱਚ ਉਹਦਾ ਭਾਗ ਇੰਨਾ ਅਯੋਗ ਸੀ ਕਿ ਉਹਦਾ ਸਾਥੀ ਵੀ ਉਹਦਾ ਸਮਰਥਨ ਨਹੀਂ ਸੀ ਕਰ ਰਿਹਾ। ਤਾਂ ਵੀ ਉਹਨੇ 2-4 ਵਾਰੀ ਹੋਰ ਆਪਣੇ ਆਕਰਮਕ ਨੂੰ ਹਮ ਲੜਾਈ ਕਰੇਗਾ ਦੀ ਧਮਕੀ ਦਿੱਤੀ, ਜਿਹਦਾ ਜਵਾਬ ਉਹਨੂੰ ਹਮ ਵੀ ਲੜਾਈ ਕਰੇਗਾ ਮਿਲਦਾ ਰਿਹਾ। ਉਸ ਨੌਜਵਾਨ ਨੂੰ ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਜਿੱਤ ਅਤੇ ਹਾਰ ਦੇ ਇਸ ਦਰਮਿਆਨੀ ਰੱਸੇ ਨਾਲ ਉਹਦਾ ਗਲ ਘੁੱਟਿਆ ਜਾ ਰਿਹਾ ਸੀ। ਉਹ ਹੱਥ ਪੈਰ ਤਾਂ ਮਾਰ ਰਿਹਾ ਸੀ, ਪਰ ਉਹਦਾ ਹੱਥ ਇਸ ਰੱਸੇ ਦੀ ਗਲ ਘੋਟੂ ਗੰਢ ਤੱਕ ਨਹੀਂ ਸੀ ਪਹੁੰਚ ਸਕਦਾ। ਹੁਣ ਉਹਨੇ ਆਪਣੀ ਵਹੁਟੀ ਵੱਲ ਵੀ ਦੇਖਿਆ ਅਤੇ ਉਹਨੂੰ ਆਪਣੇ ਥਾਂ 'ਤੇ ਖੜੀ ਦੇਖ ਕੇ ਉਹਦਾ ਗਲਾ ਹੋਰ ਵੀ ਘੁਟੀਨ ਲੱਗਾ। ਪਰ ਉਹ ਹਮ ਵੀ ਲੜਾਈ ਕਰੇਗਾ ਦਾ ਮੰਤਰ ਉਚਾਰਨ ਤੋਂ ਬਿਨਾਂ ਇਸ ਆਪੱਤੀ 'ਚੋਂ ਨਿਕਲਣ ਦਾ ਹੋਰ ਕੋਈ ਸਾਧਨ ਵੀ ਨਹੀਂ ਸੀ ਕਰ ਸਕਦਾ। ਉਹਨੂੰ ਆਪਣੇ ਆਪ ਉੱਤੇ ਅਤੇ ਆਪਣੀ ਪਤਲੀ ਜਿਹੀ ਹਵਾ ਦਾ ਜ਼ੋਰ ਬੁੱਲਾ ਵੀ ਨਾ ਸਹਾਰ ਸਕਣ ਵਾਲੀ ਵਹੁਟੀ ਉੱਤੇ ਤਰਸ ਆ ਗਿਆ ਸੀ। ਪਰ ਉਹਦੇ ਪਿੱਛੇ 200 ਸਾਲ ਦਾ ਜਾਤੀ ਅਭਿਮਾਨ ਦਾ ਭੂਤ ਖੜਾ ਸੀ ਜੋ ਉਹਨੂੰ ਅੱਗੇ ਹੀ ਅੱਗੇ ਧੱਕ ਰਿਹਾ ਸੀ, ਜੋ ਉਹਦੇ ਗਲ ਵਿਚਾਲੇ ਰੱਸੇ ਨੂੰ ਹੋਰ ਵੀ ਗਲ ਘੋਟਵਾਂ ਕਰ ਰਿਹਾ ਸੀ। ਉੱਧਰ ਉਸ ਲੰਮੇ ਪਏ ਆਦਮੀ ਦੇ ਦਿਲ 'ਚ ਕੀ ਬੀਤ ਰਹੀ ਸੀ? ਸ਼ਾਇਦ ਉਹਦੇ ਪਿੱਛੇ ਵੀ ਕੋਈ 1 ਜਾਂ 2 ਭੂਤ ਆਪਣੇ ਮੰਤਵ ਅਨੁਸਾਰ ਉਹਨੂੰ ਦਬਾ ਰਹੇ ਸੀ। ਪਰੰਤ ਉਹਦੇ ਮਨ 'ਚ ਕਿਸੇ ਵਰਤਮਾਨ ਪ੍ਰਸਥਿਤੀ ਨੇ ਪਤਾ ਨਹੀਂ ਕੀ ਸੁਮੱਤ ਉਪਜਾ ਦਿੱਤੀ ਕਿ ਉਹਨੇ ਇੱਕ ਸਮਝੌਤੇ ਵਾਲੀ ਖਿੱਝ ਜਿਹੀ ਨਾਲ ਆਪਣੇ ਸਾਥੀ ਨੂੰ ਆਖਿਆ, ਅੱਛਾ ਤੁਮ ਯਹਾਂ ਆ ਜਾਓ, ਹਮ ਇਸੇ ਆਪਣੇ ਪਾਸ ਨਹੀਂ ਬਿਠਾਏਗਾ। ਅਤੇ ਉਹ ਜ਼ਰਾ ਕੁਛ ਉੱਠ ਬੈਠਣ ਲਈ ਹਿੱਲਿਆ। ਨੌਜਵਾਨ ਨੂੰ ਇਹ ਮਨਜ਼ੂਰ ਸੀ। ਉਸ ਆਦਮੀ ਦੇ ਢਿੱਡ ਤੋਂ ਉੱਠ ਖੜਾ ਹੋਇਆ। ਉਸ ਆਦਮੀ ਦਾ ਸਾਥੀ ਆਪਣੇ ਥਾਂ ਤੋਂ ਉੱਠ ਕੇ ਉਸ ਨਾਲ ਆ ਬੈਠਾ ਅਤੇ ਨੌਜਵਾਨ ਉਹਦੀ ਥਾਂ ਬੈਠ ਗਿਆ। ਅਤੇ ਦੋ ਭੂਤਾਂ ਦਾ ਝਗੜਾ ਕਿਸੇ ਵਰਤਮਾਨ ਮਾਨਵ ਭਾਵ ਦੀ ਕਿਰਪਾ ਨਾਲ ਸੁਖੀ ਸਾਂਦੀ ਨੇ ਜਿੱਠਿਆ ਗਿਆ। ਪਰ ਦੂਜਿਆਂ ਨੂੰ ਜੋ ਇਸ ਸਾਰੀ ਘਟਨਾ ਦੇ ਦਰਸ਼ਕ ਸਨ, ਇਸ ਸਾਰੇ ਝਗੜੇ 'ਚ ਉਸ ਮੋਟੇ ਚੌੜੇ ਗ੍ਰਾਂਡੀਲ ਆਦਮੀ ਦੀ ਹਾਰ ਦਿਸਦੀ ਸੀ ਅਤੇ ਉਹਨਾਂ ਦੇ ਚਿਹਰਿਆਂ ਉੱਤੇ ਸੰਨਾਟਾ ਚੁੱਕਿਆ ਗਿਆ ਸੀ। ਉਹਨਾਂ ਵਿੱਚੋਂ ਇੱਕ ਨੇ ਤਾਂ ਇੱਕ ਤਰ੍ਹਾਂ ਦੇ ਜਿੱਤ ਭਾਵ ਨਾਲ ਇਹ ਵੀ ਆਖਤਾ ਇਹਨਾਂ ਨੂੰ ਇਹ ਹੀ ਠੀਕ ਕਰ ਸਕਦੇ ਨੇ, ਪਰ ਉਹਦਾ ਇਹ ਕਹਿਣਾ ਨੌਜਵਾਨ ਦੇ ਅਤੇ ਦੂਜੇ ਦੋਹਾਂ ਉਹਦੇ ਵਿਰੋਧੀਆਂ ਨੂੰ ਬੁਰਾ ਲੱਗਾ। ਅਰੇ ਤੁਮੇ ਇਸੇ ਕਿਹਾ, ਗ੍ਰਾਂਡੀਲ ਆਦਮੀ ਦੇ ਸਾਥੀ ਨੇ ਉਸ ਆਖਣ ਵਾਲੇ ਨੂੰ ਝਾੜ ਪਾਈ। ਭਾਈ ਸਾਡਾ ਭਰਾਵਾਂ ਵਾਕਰ ਜੇਕਰ ਸਮਝੌਤਾ ਹੋ ਗਿਆ ਤੂੰ ਜ਼ਰੂਰ ਲੜਾਈ ਕਰਵਾ ਕੇ ਖੁਸ਼ ਹੋਣਾ ਸੀ। ਨੌਜਵਾਨ ਨੇ ਵੀ ਉਹਨੂੰ ਤਾੜਨਾ ਦਿੱਤੀ, ਪਰ ਇਸ ਨਾਲ ਉਹਨਾਂ ਦੋ ਆਦਮੀਆਂ ਅਤੇ ਉਸ ਨੌਜਵਾਨ 'ਚ ਇਹ ਹਲਕੀ ਜਿਹੀ ਮਿੱਤਰਤਾ ਦਾ ਵਾਤਾਵਰਨ ਪੈਦਾ ਹੋ ਗਿਆ। ਕਹਾਂ ਜਾਣਾ ਖਾਨ, ਉਹਨੇ ਆਪਣੇ ਵਿਰੋਧੀ ਦੇ ਸਾਥੀ ਪਾਸੋਂ ਪੁੱਛਿਆ। ਪਹਿਲੇ ਨਾਲ ਗੱਲ ਕਰਨ ਦਾ ਹਾਲੇ ਉਹਦਾ ਹੀਆ ਨਹੀਂ ਸੀ ਪੈਂਦਾ। ਇਹੋ ਮੁਗਲਪੁਰੇ, ਉਸ ਦੂਜੇ ਨੇ ਪੰਜਾਬੀ 'ਚ ਜਵਾਬ ਦਿੱਤਾ। ਤਾਂ ਬਸ ਇੰਨੇ ਖਾਤਰ ਇਹ ਸਭ ਝਗੜਾ ਕੀਤਾ? ਨੌਜਵਾਨ ਨੇ ਹੱਸ ਕੇ ਆਖਿਆ।
ਉਹਦੇ ਹੱਸਣ ਨਾਲ ਉਹਦੀ ਇਸ ਗੱਲ ਵਿੱਚੋਂ ਚੋਗ ਨਿਕਲ ਗਈ ਸੀ। ਦੂਜੇ ਦੋਵੇਂ ਵੀ ਉਸ ਉੱਤੇ ਹੱਸ ਪਏ। ਵਾਹਾਂ ਕਿਆ ਕੰਮ ਕਰਦੇ ਹੋ, ਨੌਜਵਾਨ ਨੇ ਫਿਰ ਪੁੱਛਿਆ। ਦੂਜੇ ਦੋਵਾਂ ਨੇ ਦੱਸਿਆ ਕਿ ਮੁਗਲਪੁਰੇ ਰੇਲਵੇ ਵਰਕਸ਼ਾਪ 'ਚ ਕੰਮ ਕਰਦੇ ਹੈ। ਫਿਰ ਉਹਨਾਂ ਨੇ ਨੌਜਵਾਨ ਨੂੰ ਪੁੱਛਿਆ, ਤੂੰ ਕਿਆ ਕੰਮ ਕਰਦੇ ਹੋ? ਮੈਂ ਤਾਂ ਰੇਲ ਕੇ ਉਸ ਵਰਕਸ਼ਾਪ ਮੇਂ ਕਈ ਵਾਰ ਆਇਆ ਕਰਤਾ ਹੂੰ। ਨੌਜਵਾਨ ਨੇ ਆਪਣੀ ਬਾਬਤ ਦੱਸਿਆ, ਉਸ ਵਰਕਸ਼ਾਪ ਦੇ ਮਜ਼ਦੂਰ ਯੂਨੀਅਨ 'ਚ ਕੁਝ ਦਿਲਚਸਪੀ ਲੈਂਦਾ ਰਿਹਾ ਸੀ, ਜਿਸ ਲਈ 2-3 ਵਾਰ ਉਹਨੂੰ ਉੱਥੇ ਜਾਣਾ ਪਿਆ ਸੀ। ਇਸੀ ਲਈ ਹਮ ਤੁਮਸੇ ਨਹੀਂ ਲੜਾ। ਉਸ ਪਹਿਲੇ ਗਰਾਂਡੀਲ ਆਦਮੀ ਨੇ ਹੁਣ ਉਸ ਨਾਲ ਸਭ ਨਾਰਾਜ਼ਗੀ ਦੂਰ ਕਰਕੇ ਆਖਿਆ, ਹਮ ਤੁਮੇ ਕੁਛ ਕੁਛ ਪਹਿਚਾਨਤਾ ਥਾ। ਨੌਜਵਾਨ ਇਸ ਉੱਤੇ ਫਿਰ ਹੱਸਿਆ ਅਤੇ ਉਹਨਾਂ ਦਾ ਮਿੱਤਰਤਾ ਦਾ ਸੰਬੰਧ ਜਾਣੇ ਕੁਝ ਹੋਰ ਪਕੇਰਾ ਹੋ ਗਿਆ। ਅਬ ਕਭੀ ਫਿਰ ਆਇਆ ਤੋ ਤੁਮੇ ਜ਼ਰੂਰ ਮਿਲੂੰਗਾ। ਤੁਮਹਾਰਾ ਨਾਮ ਕਿਆ ਹੈ? ਦੂਜਿਆਂ ਨੇ ਆਪਣੇ ਨਾਂ ਨਾ ਦੱਸੇ। ਜਬ ਵਹਾਂ ਮਿਲੋਗੇ ਤੋ ਬਤਾਏਂਗੇ, ਇੱਕ ਨੇ ਆ ਕੇ ਟਾਲ ਦਿੱਤਾ। ਨੌਜਵਾਨ ਨੇ ਵੀ ਉਹਨਾਂ ਦੇ ਨਾਂ ਜਾਣਨ ਉੱਤੇ ਇਸਰਾਰ ਨਾ ਕੀਤਾ। ਨਾਲੇ ਇੰਨੇ ਵਿੱਚ ਮੁਗਲਪੁਰੇ ਦਾ ਸਟੇਸ਼ਨ ਆ ਚੁੱਕਾ ਸੀ ਅਤੇ ਗਰਾਂਡੀਲ ਆਦਮੀ ਅਤੇ ਉਹਦਾ ਸਾਥੀ ਆਪਣੀਆਂ ਥਾਵਾਂ ਤੋਂ ਉੱਠ ਖੜ੍ਹੇ ਸਨ। ਅਬ ਰਾਣੀ ਕੋ ਵੀ ਪਾਸ ਬੁਲਾ ਲਓ। ਉਹਨਾਂ 'ਚੋਂ ਦੂਜੇ ਨੇ ਜਾਂਦੇ ਜਾਂਦੇ ਹਲਕੇ ਜਿਹੇ ਮਖੌਲ ਨਾਲ ਉਸ ਨੌਜਵਾਨ ਦੀ ਦੂਰ ਬੈਠੀ ਵਹੁਟੀ ਵੱਲ ਇਸ਼ਾਰਾ ਕਰਕੇ ਆਖਿਆ, ਜਿਵੇਂ ਆਖ ਰਿਹਾ ਹੋਵੇ, ਅਸਾਂ ਉਹਦੀ ਖਾਤਰ ਤੇਰੇ ਪਾਸੋਂ ਇਹ ਹਾਰ ਮੰਨ ਲਈ ਹੈ, ਤੂੰ ਕਿਸੇ ਹੋਰ ਗੱਲ ਦੇ ਅਭਿਮਾਨ ਵਿੱਚ ਨਾ ਰਹੀਂ। ਧੰਨਵਾਦ। ਅਗਲੀ ਕਹਾਣੀ ਹੈ ਇੱਕ ਨਿੱਕਾ ਜਿਹਾ ਦੁਖਾਂਤ। ਦਵਿੰਦਰ ਸਿੰਘ ਦਾ 16 ਸਾਲਾਂ ਦਾ ਪੁੱਤਰ ਘਰ ਕੁੱਕੜੀਆਂ ਰੱਖ ਕੇ ਆਂਡੇ ਖਾਣ ਦੇ ਸ਼ੌਕ ਨਾਲ 4 ਕੁੱਕੜੀਆਂ ਅਤੇ ਕੁੱਕੜ ਦੁੱਧ ਚਿੱਟੇ ਲੈਗ ਹੌਰਨ ਨਸਲ ਦੇ 25 ਰੁਪਇਆਂ ਨੂੰ ਖਰੀਦ ਲੈ ਆਇਆ। ਘਰ 'ਚ ਵਾਹਵਾ ਰੌਣਕ ਹੋ ਗਈ ਸੀ। 5 ਦੁੱਧ ਚਿੱਟੇ ਕੁੱਕੜ, ਲਾਲ ਰੱਤੀਆਂ ਕਲਗੀਆਂ ਵਾਲੇ, ਜਿੱਧਰ ਜਾਣ ਲੋਕਾਂ ਦਾ ਧਿਆਨ ਖਿੱਚਣ। ਇਹਨਾਂ 'ਚ 2 ਕੁੱਕੜੀਆਂ ਦਾ ਆਉਣ ਵਾਲੇ ਦਿਨ ਤੋਂ ਹੀ ਆਂਡੇ ਦਿੰਦੀਆਂ ਸਨ ਅਤੇ ਦੂਜੀਆਂ ਵੀ ਕੁਝ ਦਿਨਾਂ ਪਿੱਛੋਂ ਦੇਣ ਲੱਗ ਪਈਆਂ ਸਨ। ਇੱਕ ਅੱਧੀ ਦਾ ਦਿਨ ਖੁੰਝ ਕੇ ਹਰ ਰੋਜ਼ ਘਰ 'ਚ 3 ਚਿੱਟੇ ਵੱਡੇ ਵੱਡੇ ਆਂਡੇ ਪੈਦਾ ਹੋ ਜਾਣ ਲੱਗੇ। ਭਾਂਡੇ ਮਾਂਜਣ ਆਉਣ ਵਾਲੀ ਬੁੱਢੀ ਨੇ ਦਵਿੰਦਰ ਸਿੰਘ ਦੀ ਪਤਨੀ ਪਾਸ ਇਹਨਾਂ ਕੁੱਕੜਾਂ ਦੀ ਨਿਰਾਲੀ ਸੁੰਦਰਤਾ ਦਾ ਚਰਚਾ ਕਰਦੇ ਹੋਏ ਇਹਨਾਂ ਨੂੰ ਭੈੜੀ ਨਜ਼ਰ ਤੋਂ ਬਚਾਉਣ ਦੀ ਚੇਤਾਵਨੀ ਕੀਤੀ ਅਤੇ ਇਹਨਾਂ ਦੇ ਦੁੱਧ ਚਿੱਟੇ ਖੰਭਾਂ ਉੱਤੇ ਹਰੇ ਨੀਲੇ ਰੰਗ ਦੇ ਛਿੱਟੇ ਪਾ ਦਿੱਤੇ। ਜਿਹੜੀ ਗੱਲ ਦਵਿੰਦਰ ਸਿੰਘ ਨੂੰ ਇੱਕ ਪਲ ਭੈੜੀ ਲੱਗਦੀ, ਦੂਜੇ ਪਲ ਸੋਹਣੀ। ਆਖਰ ਜੇ ਗੋਰੇ ਚਿੱਟੇ ਪੁੱਤਰ ਦੀ ਧੀ ਦਾ ਮੂੰਹ ਸਿਰ ਧੋ ਸੁਆਰ ਕੇ ਮਾਵਾਂ ਨਜ਼ਰ ਤੋਂ ਬਚਾਉਣ ਲਈ ਮੱਥੇ 'ਤੇ ਕਾਲਖ ਦਾ ਟਿੱਕਾ ਲਾ ਦਿੰਦੀਆਂ ਤਾਂ ਇਹਨਾਂ ਕੁੱਕੜੀਆਂ 'ਤੇ ਹਰੇ ਨੀਲੇ ਰੰਗ ਦੇ ਛਿੱਟੇ ਮਾਰ ਦੇਣ 'ਚ ਕੀ ਬੁਰਾਈ ਸੀ? ਆਪਣੇ ਪੁੱਤਰ ਦਾ ਗੋਰਾ ਚਿੱਟਾ ਰੰਗ ਜੇ ਚੰਗਾ ਲੱਗਦਾ ਤਾਂ ਉਸ ਉੱਤੇ ਲਗਾਇਆ ਕਾਲਖ ਦਾ ਦਾਗ ਕੀ ਉਦੋਂ ਵੀ ਚੰਗੇਰਾ ਨਹੀਂ ਲੱਗਦਾ? ਮੁੱਢ ਕਦੀਮ ਤੋਂ ਇਹ ਸਾਡੇ ਲੋਕਾਂ ਦਾ ਪੈਰ ਵਿੱਚ ਸੂਲ ਦਾ ਕੰਡਾ ਲਗਾ ਕੇ ਸੂਲੀ ਤੋਂ ਬਚਣ ਦਾ ਢੰਗ ਵੀ ਕਿਹਾ ਚਲਾ ਆਉਂਦਾ। ਦਵਿੰਦਰ ਸਿੰਘ ਸੋਚਦਾ ਕਿ ਇਹ ਹਰੇ ਨੀਲੇ ਚਿੱਟੇ ਇਹਨਾਂ ਦੁੱਧ ਚਿੱਟੇ ਸਰੀਰਾਂ ਉੱਤੇ ਬਿੱਲੀ ਕੁੱਤੇ ਦੇ ਦੰਦਾਂ ਦੇ ਨਿਸ਼ਾਨਾਂ ਦਾ ਪ੍ਰਤੀਕ ਹਨ, ਜੋ ਪ੍ਰਤੀਕ ਆਪਣੇ ਘਾਤਕ ਵਾਸਤਵ ਦਾ ਇੱਕ ਨਿਰਦੋਖ ਰੂਪ ਹੈ। ਪਰ ਕੀ ਵਿਧਾਤਾ ਇਸ ਤਰ੍ਹਾਂ ਵਾਸਤਵ ਦੀ ਥਾਂ ਚਿੰਨ੍ਹ ਪ੍ਰਤੀਕ ਨਾਲ ਸੰਤੁਸ਼ਟ ਹੋ ਜਾਂਦਾ ਹੈ? ਨਹੀਂ ਹੁੰਦੀ ਹੋਏਗੀ ਜਾਂ ਹੋ ਜਾਂਦੀ ਹੋਏਗੀ। ਬਹੁਤ ਵਾਰੀ ਉਹਦੇ ਦੁੱਧ ਚਿੱਟੇ ਕੁੱਕੜ ਬਿੱਲੀਆਂ ਕੁੱਤਿਆਂ ਤੋਂ ਸ਼ਾਇਦ ਇਹਨਾਂ ਹਰੇ ਨੀਲੇ ਕਾਲੇ ਛਿੱਟਿਆਂ ਦਾ ਸਦਕਾ ਹੀ ਬਚੇ ਰਹਿੰਦੇ ਚੱਲੇ ਆ ਰਹੇ ਸਨ। ਇਹਨਾਂ ਕੁੱਕੜੀਆਂ 'ਚ 2 ਜ਼ਰਾ ਵਡੇਰੀਆਂ ਸਨ ਦੂਜੀਆਂ ਨਾਲੋਂ ਅਤੇ ਇਹਨਾਂ ਨਾਲ ਕੁੱਕੜ ਰੱਸਿਆ ਮਿਚਿਆ ਹੋਇਆ ਸੀ। ਉਹ ਦੂਜੀਆਂ ਦੇ ਕੁੱਕੜੀਆਂ ਨੂੰ ਨੇੜੇ ਨਹੀਂ ਸੀ ਆਉਣ ਦਿੰਦੀਆਂ, ਆਪਣੇ ਨਾਲੋਂ ਵੀ ਵਧੇਰੇ ਕੁੱਕੜ ਦੇ ਨੇੜੇ। ਅਤੇ ਉਹਨਾਂ 2 ਛੋਟੀਆਂ ਵਿੱਚੋਂ ਇੱਕ ਤਾਂ ਜਾਣੋ ਹਾਲੇ ਕੁੜੀ ਜਿਹੀ ਸੀ, ਲੰਮੀ ਪਤਲੀ, ਸ਼ਾਇਦ ਇਸ ਕਾਰਨ ਦੂਜੀਆਂ ਨਾਲੋਂ ਇੱਕ ਵੱਖਰੀ ਭਾਂਤ ਸੁੰਦਰ। ਉਹਦੇ ਨਾਲ ਉਹ 2 ਵੱਡੀਆਂ ਕੁੱਕੜੀਆਂ ਆਪ ਵੀ ਭਰਵੇਂ ਸੁੰਦਰ ਸਰੀਰ ਵਾਲੀਆਂ ਸੀ, ਜ਼ਰਾ ਵਧੇਰੇ ਈਰਖਾ ਕਰਦੀਆਂ ਸੀ। ਉਹਨਾਂ ਦੇ ਅਤੇ ਕੁੱਕੜ ਦੇ ਜਦੋਂ
ਨੇੜੇ ਆਉਂਦੀ ਦਵਿੰਦਰ ਸਿੰਘ ਤੇ ਉਹਦੀ ਪਤਨੀ ਉਹ ਪ੍ਰਤੀਤ ਕਰਦੇ ਜਿਵੇਂ ਉਹ ਕਿਸੇ ਸ਼ਰਾਰਤ ਦੇ ਭਾਵ ਨਾਲ ਅਜਿਹਾ ਕਰਦੀ ਸੀ, ਕੇਵਲ ਦੂਜਿਆਂ ਨੂੰ ਦੁਖਾਉਣ ਲਈ। ਤੇ ਦਵਿੰਦਰ ਸਿੰਘ ਤੇ ਉਹਦੀ ਪਤਨੀ ਉਸ ਉੱਤੇ ਜ਼ਰਾ ਹੌਲਾ ਜਿਹਾ ਮੁਸਕਰਾ ਛੱਡਦੇ, ਸ਼ਾਇਦ ਉਹਨਾਂ ਦੇ ਆਪਣੇ ਬੀਤੇ ਜੀਵਨ 'ਚੋਂ ਕਿਸੇ ਘਟਨਾ ਦਾ ਪ੍ਰਤੀਕ ਸੀ ਇਹਨਾਂ ਕੁੱਕੜੀਆਂ ਦੀ ਈਰਖਾ ਤੇ ਹਲਕੀ ਜਿਹੀ ਮਾਸੂਮ ਜਿਹੀ ਉਸ ਛੋਟੀ ਕੁੱਕੜੀ ਦੀ ਸ਼ਰਾਰਤ। ਕੁਝ ਦਿਨ ਪਿੱਛੋਂ ਇੱਕ ਦਿਨ ਉਹਨਾਂ ਦੀ ਵਡੇਰੀਆਂ ਉਹਨਾਂ ਦੋ ਵਡੇਰੀਆਂ 'ਚੋਂ ਇੱਕ ਕੁੱਕੜੀ ਬਾਹਰੋਂ ਫਿਰ ਕੇ ਘਰ ਪਰਤੀ ਤਾਂ ਉਹਦੀ ਲਾਲ ਰੱਤੀ ਕਲਗੀ ਲਹੂ ਲੁਹਾਨ ਹੋਈ ਹੋਈ ਸੀ। ਇਉਂ ਜਾਪਦਾ ਸੀ ਜਿਵੇਂ ਕਿਸੇ ਬੰਦੇ ਨੇ ਉਹਨੂੰ ਪਕੜ ਕੇ ਉਹਦੀ ਲਾਲ ਰੱਤੀ ਕਲਗੀ ਉੱਤੇ ਆਪਣੇ ਕਿਸੇ ਕੁੱਕੜ ਕੁੱਕੜੀ ਪਾਸੋਂ ਚੁੰਝਾਂ ਮਰਵਾਈਆਂ ਹੋਣ। ਸ਼ਾਇਦ ਇਹਦਾ ਕਾਰਨ ਉਸ ਬੰਦੇ ਦਾ ਉਸ ਕੁੱਕੜੀ ਨਾਲ ਹਸਦ ਹੋਵੇ। ਜੇ ਕਿਸੇ ਦੁੱਧ ਚਿੱਟੀ ਸੁੰਦਰ ਕੁੱਕੜੀ ਨੂੰ ਉਸ ਭਾਂਡੇ ਮਾਂਜਣ ਆਉਣ ਵਾਲੀ ਮਾਈ ਦੇ ਕਥਨ ਅਨੁਸਾਰ ਕਿਸੇ ਬੰਦੇ ਦੀ ਨਜ਼ਰ ਲੱਗ ਸਕਦੀ ਹੈ ਤਾਂ ਉਹ ਬੰਦਾ ਉਸ ਨਾਲ ਹਸਦ ਵੀ ਰੱਖ ਸਕਦਾ ਹੈ। ਦਵਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਜ਼ਰਾ ਕੁਝ ਵਿਅੰਗਮਈ ਢੰਗ ਨਾਲ ਸਮਝਾਇਆ, ਹਸਦ ਹੀ ਹੈ ਨਾ, ਬੰਦੇ ਨੂੰ ਬੰਦੇ ਨਾਲ ਹੋ ਸਕਦਾ ਹੈ, ਕੁੱਕੜੀ ਨੂੰ ਕੁੱਕੜੀ ਨਾਲ ਹੋ ਸਕਦਾ ਹੈ, ਤੇ ਸ਼ਾਇਦ ਬੰਦੇ ਨੂੰ ਕੁੱਕੜੀ ਨਾਲ ਹੋ ਸਕਦਾ ਹੈ। ਪਰ ਇਸ ਦੁਰਘਟਨਾ ਦੀ ਉਹਨਾਂ ਨੂੰ ਕੁਝ ਸਮਝ ਨਹੀਂ ਸੀ ਆਉਂਦੀ, ਕਿਉਂਕਿ ਇਹ ਕੁੱਕੜੀ ਕੁੱਕੜ ਥੋੜ੍ਹਾ ਸੀ ਜਿਹੜੀ ਕਿਸੇ ਦੂਜੇ ਕੁੱਕੜ ਨਾਲ ਡਟ ਕੇ ਲੜਾਈ ਕਰਕੇ ਉਹ ਰੱਤੋ ਰੱਤ ਘਾਇਲ ਹੋ ਕੇ ਆਉਂਦੀ। ਕੁੱਕੜੀਆਂ ਇਹ ਉਹ ਨਹੀਂ ਲੜਦੀਆਂ ਹੁੰਦੀਆਂ, ਦਵਿੰਦਰ ਸਿੰਘ ਨੇ ਆਖਿਆ ਤੇ ਉਹਦੀ ਪਤਨੀ ਨੇ ਸ਼ਾਇਦ ਕਹਿ ਕੇ ਮੰਨ ਲਿਆ। ਦੂਜੀਆਂ ਕੁੱਕੜੀਆਂ ਨੂੰ ਉਸ ਘਾਇਲ ਕੁੱਕੜੀ ਤੋਂ ਜਿਵੇਂ ਡਰ ਆਉਂਦਾ ਸੀ, ਉਹਦੀ ਪੁਰਾਣੀ ਸਾਥਣ ਵੀ ਹੁਣ ਉਹ ਤੋਂ ਬੇਮੁੱਖ ਹੋ ਗਈ ਸੀ। ਪਰ ਇੱਕ ਦੋ ਦਿਨ ਪਿੱਛੇ ਉਹਦੇ ਘਾਵ ਠੀਕ ਹੋ ਗਏ, ਦੂਜੀਆਂ ਕੁੱਕੜੀਆਂ ਦਾ ਡਰ ਵੀ ਲੱਥ ਗਿਆ। ਹੁਣ ਇਸ ਪਰਿਵਾਰ 'ਚ ਕੁਝ ਵਧੇਰੇ ਰਸ ਪੈਦਾ ਹੁੰਦਾ ਜਾ ਰਿਹਾ ਸੀ ਤੇ ਵਡੇਰੀਆਂ ਤੇ ਛੁਟੇਰੀਆਂ ਕੁੱਕੜੀਆਂ ਵਿਚਲਾ ਭੇਦਭਾਵ ਵੀ ਦੂਰ ਹੋ ਗਿਆ ਜਾਪਦਾ ਸੀ। ਪਰ ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ। ਇੱਕ ਦੋ ਦਿਨਾਂ ਪਿੱਛੋਂ ਹੀ ਉਹ ਕੁੱਕੜੀ ਢਿੱਲੀ ਪੈ ਗਈ ਤੇ ਰਾਤ ਨੂੰ ਉਹਨੂੰ ਦੂਜੇ ਕੁੱਕੜਾਂ ਤੋਂ ਵੱਖ ਬੰਦ ਕੀਤਾ ਗਿਆ। ਪਰ ਸਵੇਰ ਵੇਲੇ ਜਦੋਂ ਉਹਦਾ ਟੋਕਰਾ ਚੁੱਕਿਆ ਗਿਆ ਤਾਂ ਉਸਨੇ ਦੋ ਕੁ ਵਾਰ ਖੰਭ ਫਟ ਕੇ ਤੇ ਠੰਡੀ ਹੋ ਗਈ। ਘਰ ਵਾਲਿਆਂ ਨੂੰ ਇੰਨੀ ਸੋਝੀ ਤਾਂ ਹੋ ਗਈ ਸੀ ਜਿਸ ਨਾਲ ਉਹਨਾਂ ਨੇ ਰਾਤ ਨੂੰ ਉਹਨੂੰ ਦੂਜੀਆਂ ਕੁੱਕੜੀਆਂ ਤੋਂ ਵੱਖ ਤਾੜਿਆ। ਪਰ ਇਹ ਸੰਦੇਹ ਨਾ ਹੋਇਆ ਕਿ ਕੁੱਕੜੀਆਂ ਦੀ ਛੂਤ ਦੀ ਬਿਮਾਰੀ ਨਾਲ ਮੋਈ ਸੀ, ਜਾਂ ਜੇ ਥੋੜ੍ਹਾ ਬਹੁਤ ਇਹ ਸੰਦੇਹ ਹੋਇਆ ਵੀ ਤਾਂ ਉਹਨਾਂ ਨੇ ਬਹੁਤਾ ਗੋਲਿਆ ਨਾ। ਛੂਤ ਦੀਆਂ ਬਿਮਾਰੀਆਂ ਹੁੰਦੀਆਂ ਨੇ ਪਰ ਸਾਰਿਆਂ ਨੂੰ ਥੋੜ੍ਹਾ ਲੱਗ ਜਾਂਦੀਆਂ ਨੇ। ਇਸ ਆਸਰੇ ਨੇ ਉਹਨਾਂ ਨੂੰ ਦੂਜੇ ਕੁੱਕੜਾਂ ਬਾਰੇ ਖਬਰਦਾਰ ਨਾ ਹੋਣ ਦਿੱਤਾ। ਦੂਜੇ ਹੀ ਭਲਕ ਦੂਜੀ ਕੁੱਕੜੀ ਬਿਮਾਰ ਹੋ ਗਈ। ਸ਼ਾਮ ਨੂੰ ਤੀਜੀ ਉਸ ਛੋਟੀ ਕੁੜੀ ਕੁੱਕੜੀ ਤੋਂ ਵੱਖਰੀ, ਉਸੇ ਤਰ੍ਹਾਂ ਗਰਦਨ ਸੁੱਟ ਬੈਠੀ। ਹੁਣ ਘਰ ਵਾਲਿਆਂ ਨੂੰ ਫਿਕਰ ਹੋਇਆ। ਆਹਾਰ ਪਾਰ ਤਾਂ ਪਹਿਲੀ ਕੁੱਕੜੀ ਦਾ ਵੀ ਕਾਫ਼ੀ ਕੀਤਾ ਗਿਆ ਸੀ ਤੇ ਲਾਲ ਦਵਾਈ ਵੀ ਦਿੱਤੀ ਗਈ ਸੀ, ਪਰ ਇਹਨਾਂ ਕੁੱਕੜੀਆਂ ਲਈ ਤਾਂ ਹੁਣ ਡਾਕਟਰੀ ਸਲਾਹ ਵੀ ਲਈ ਗਈ ਸੀ। ਟੀਕੇ ਦੇ ਅਸਰ ਤੋਂ ਇਹ ਹੁਣ ਬਾਹਰ ਜਾ ਚੁੱਕੀਆਂ ਸੀ, ਸੋ ਡਾਕਟਰ ਨੇ ਕੇਵਲ ਦਵਾਈ ਵਰਤਣ ਦੀ ਸਲਾਹ ਦਿੱਤੀ, ਜੋ ਬੜੇ ਪ੍ਰੇਮ ਭਾਵ ਨਾਲ ਇਹਨਾਂ ਨੂੰ ਦਿੱਤੀ ਗਈ, ਪਰ ਕੁਝ ਗੋਲੀਆਂ ਤੇ ਪਾਊਡਰ। ਪਰ ਸਵੇਰ ਹੋਈ ਤਾਂ ਇਹਨਾਂ 'ਚ ਕੋਈ ਫਰਕ ਨਾ ਦੇਖਿਆ ਗਿਆ, ਸਗੋਂ ਹਾਲਤ ਕੁਝ ਵਧੇਰੇ ਹੀ ਖਰਾਬ ਜਾਂਦੀ ਸੀ। ਦਵਿੰਦਰ ਸਿੰਘ ਨੂੰ ਹੁਣ ਬਹੁਤ ਫਿਕਰ ਹੋਇਆ, ਕੁਝ ਕੁੱਕੜੀਆਂ ਦੀ ਭੈੜੀ ਹਾਲਤ ਵੇਖ ਕੇ, ਕੁਝ ਇਸ ਲਈ ਕਿ ਹੁਣ ਐਤਵਾਰ ਦਾ ਦਿਨ ਸੀ ਤੇ ਉਹਨੂੰ ਫਿਕਰ ਕਰਨ ਦੀ ਵਿਹਲ ਸੀ, ਨਾਲੇ ਬਿਮਾਰਾਂ ਨਾਲੋਂ ਵਧੇਰੇ ਹੁਣ ਬਾਕੀ ਦੇ ਦੋ ਰਾਜੀ ਕੁੱਕੜ ਤੇ ਛੋਟੀ ਨਵ ਯੋਵਨਾ ਕੁੱਕੜੀ ਫਿਕਰ ਦੀ ਮੰਗ ਕਰਦੇ ਸੀ। ਪਿਛਲੀ ਰਾਤ ਇਹ ਦੋਵੇਂ ਇਕੱਲੇ ਖੁੱਡੇ 'ਚ ਬੰਦ ਰਹੇ ਸਨ ਤੇ ਹੁਣ ਜਦੋਂ ਸਵੇਰ ਨੂੰ ਇਹ ਦੋਵੇਂ ਇਕੱਠੇ ਫਿਰਦੇ ਸਨ ਤਾਂ ਉਸ ਕੁੱਕੜੀ ਦੇ ਟੱਪਣ ਨੱਚਣ ਤੋਂ ਦਵਿੰਦਰ ਸਿੰਘ ਨੂੰ ਇਉਂ ਲੱਗਦਾ ਸੀ ਜਿਵੇਂ ਉਹਨੂੰ ਕੋਈ ਜਿੱਤ ਦਾ ਅਹਿਸਾਸ ਹੁੰਦਾ ਹੈ। ਆਖਿਰ ਜਵਾਨੀ ਤੇ ਉਮਰ ਦਾ ਕੀ ਮੁਕਾਬਲਾ। ਉਹਨੇ ਆਪਣੀ ਉਮਰ ਢਲ ਰਹੀ ਪਤਨੀ ਨੂੰ ਲਗਾ ਕੇ ਕਿਹਾ। ਉਮਰ ਤਾਂ ਉਹਦੀ ਆਪਣੀ ਵੀ ਢਲ ਰਹੀ ਸੀ ਪਰ ਉਹ ਪੁਰਖ ਸੀ। ਜਵਾਨੀ ਥੋੜ੍ਹੇ ਚਿਰ ਪਿੱਛੋਂ ਜਾਂ ਬਹੁਤੇ ਚਿਰ ਪਿੱਛੋਂ ਅੰਤ ਉਮਰ ਉੱਤੇ ਵਿਜੇ ਪਾ ਹੀ ਲੈਂਦੀ ਹੈ। ਇਸ ਛੋਟੀ ਕੁੱਕੜੀ ਦਾ ਅੱਜ ਉਸ ਕੁੱਕੜ ਦੀ ਕੇਵਲ ਪਤਨੀ ਹੋਣਾ ਦਵਿੰਦਰ ਸਿੰਘ ਨੂੰ ਉਹਦੀ ਚੜ੍ਹਦੀ ਜਵਾਨੀ ਦੀ ਜਿੱਤ ਪ੍ਰਤੀਤ ਹੋ ਰਹੀ ਸੀ।
ਪਰ ਛੂਤ ਦੀ ਬਿਮਾਰੀ ਵੀ ਬੜੀ ਨਾਮਰਾਦ ਹੁੰਦੀ ਹੈ। ਉਹਨੇ ਸੋਚਿਆ ਅਤੇ ਇਉਂ ਪ੍ਰਤੀਤ ਕੀਤਾ ਜਿਵੇਂ ਮੌਤ ਉਸ ਕੁੱਕੜੀ ਦੇ ਪਿੱਛੇ ਘਾਤ ਲਾਈ ਬੈਠੀ ਹੁੰਦੀ ਹੈ। ਇਹ ਸੋਹਰੀ ਵੀ ਕੁੱਕੜ ਦੇ ਉਦਾਲੇ ਇਉਂ ਟੱਪਦੀ ਫਿਰਦੀ ਹੈ। ਉਹਨੇ ਸੋਚਿਆ ਜਿਵੇਂ ਛੁੱਟੀ ਆਏ ਸੈਨਿਕ ਦੀ ਨਵੀਂ ਮੁਕਲਾਈ ਵਹੁਟੀ ਆਪਣੇ ਗੱਭਰੂ ਉਦਾਲੇ। ਜਦੋਂ ਸੱਸ ਨਨਾਣ ਕੋਈ ਘਰ ਨਾ ਹੋਵੇ ਜਾਂ ਜਦੋਂ ਉਹਨੂੰ ਸੱਸ ਨਨਾਣ ਪਾਸੋਂ ਛੁਡਾ ਕੇ ਛਾਉਣੀ ਆਪਣੇ ਪਾਸੇ ਲਿਆਉਂਦਾ ਹੈ, ਕਿੰਨੀਆਂ ਗੱਲਾਂ ਵਿੱਚ ਇਹ ਨੀਵੇਂ ਜੀਵ ਮਨੁੱਖ ਨਾਲ ਮਿਲਦੇ ਹਨ। ਅਤੇ ਸਭ ਤੋਂ ਵੱਧ ਜੀਵਨ ਦੇ ਇਸ ਵਿਲਾਸ ਕਰਮ 'ਚ ਬਹੁਤ ਵਿਚਾਰੇ ਮਨੁੱਖਾਂ ਲਈ ਤਾਂ ਜੋ ਇਸ ਦੁਨੀਆਂ 'ਚ ਵੱਡੀ ਬਹੁ ਗਿਣਤੀ 'ਚ ਹਨ, ਇਸ ਆਪਣੇ ਸਾਥੀ ਦੇ ਉਦਾਲੇ ਘੁੰਮਣ ਨੱਚਣ ਤੋਂ ਬਿਨਾਂ ਹੋਰ ਕੋਈ ਵਿਲਾਸ ਕਰਮ ਵੀ ਨਹੀਂ। ਦਵਿੰਦਰ ਸਿੰਘ ਨੂੰ ਮਹਾਤਮਾ ਕਬੀਰ ਦਾ ਕਥਨ ਚੇਤੇ ਆਇਆ, ਕਹਾ ਨਰ ਗਰਦਸ ਥੋਰੀ ਬਾਤ, ਮਨ ਦਸ ਨਾਜ ਟਕਾ ਚਾਰ ਗਾਂਠੀ, ਐਡੋ ਟੇਡੋ ਜਾਤ। ਕਬੀਰ ਜੀ ਦਾ ਇੱਥੇ ਬਿਲਕੁਲ ਹੀ ਮਾਰਕਸਵਾਦੀ ਹੋ ਗਏ ਜਾਪਦੇ। ਉਹਨੇ ਵਿਅੰਗ ਨਾਲ ਸੋਚਿਆ, ਪਰ ਟੇਢਾ ਤਾਂ ਮਨੁੱਖ ਨੂੰ 10 ਮਣ ਅਨਾਜ ਨਾਲੋਂ ਵਧੇਰੇ 20 ਸਾਲ ਦੀ ਉਮਰ ਤੋਰਦੀ ਹੈ। ਇਸ ਨਵ ਯੋਵਨਾ ਪਾਸ ਤਾਂ ਕੇਵਲ ਜਵਾਨੀ ਜਵਾਨੀ ਹੈ ਅਤੇ ਇਹਦੇ ਪੈਰ ਭੋਇਂਦੇ ਨਹੀਂ ਲੱਗਦਾ, ਪਰ ਪੋਟਾ ਵੀ ਦਾੜਿਆਂ ਨਾਲ ਭਰਿਆ ਚਾਹੀਦਾ ਹੈ, ਫਿਰ ਉਹਨੇ ਆਪ ਹੀ ਮੋੜ ਕੀਤਾ ਕਿ ਉਸ ਕੁੱਕੜੀ ਦੇ ਭਰੇ ਹੋਏ ਪੋਟੇ ਵੱਲ ਤੱਕਿਆ, ਜਿਹਨੂੰ ਕੱਲ੍ਹ ਦਾਣਿਆਂ ਦਾ ਹਿੱਸਾ ਵੀ ਭਾਵੇਂ ਵਧੇਰਾ ਹੀ ਮਿਲ ਗਿਆ ਸੀ। ਕੀ ਮੈਂ ਇਸ ਲਈ ਇਸ ਨਵੀਂ ਮੁਕਲਾਈ ਮੁਟਿਆਰ ਨੂੰ ਅਤੇ ਇਹਦੇ ਗੱਭਰੂ ਨੂੰ ਘਾਤ ਲਾਈ ਬੈਠੀ ਮੌਤ ਤੋਂ ਬਚਾ ਸਕਦਾ? ਇਹਨਾਂ ਪਾਸ ਸ਼ਾਇਦ ਅੱਜ ਦਾ ਦਿਨ ਹੀ ਹੈ ਮੌਤ ਤੋਂ ਬਚਣ ਦੇ ਸਾਧਨ ਕਰਨ ਦਾ। ਜੇ ਇਹਨਾਂ ਨੂੰ ਟੀਕਾ ਕਰਵਾ ਦਿੱਤਾ ਜਾਏ ਤਾਂ ਇਹ ਸ਼ਾਇਦ ਬਚ ਜਾਣ। ਭਾਵੇਂ ਜਦੋਂ ਕੱਲ੍ਹ ਡਾਕਟਰ ਪਾਸੋਂ ਦਵਾਈ ਮੰਗਾਈ ਸੀ ਤਾਂ ਉਹਨੇ ਕਿਹਾ ਸੀ ਕਿ ਟੀਕੇ ਦਾ ਹੁਣ ਕੋਈ ਲਾਭ ਨਹੀਂ ਕਿਉਂਕਿ ਲਾਗ ਤਾਂ ਹੁਣ ਲੱਗ ਚੁੱਕੀ ਹੈ। ਉਹਦੇ ਆਪਣੇ 20-25 ਕੁੱਕੜ ਕੁਝ ਸਾਲ ਹੋਏ ਇਸ ਬਿਮਾਰੀ ਨਾਲ ਮਰ ਕੇ ਹੀ ਰਹੇ ਸਨ ਟੀਕੇ ਕਰਨ ਦੇ ਬਾਵਜੂਦ, ਪਰ ਦਵਾਈ ਉਹਨੂੰ ਜਬ ਤੱਕ ਸਾਸ ਤਬ ਤੱਕ ਆਸ ਦੇ ਅਸੂਲ ਉੱਤੇ ਚੱਲਦਿਆਂ ਦੇ ਦਿੱਤੀ। ਦਵਿੰਦਰ ਸਿੰਘ ਦੀ ਆਸ ਇਹ ਤੋਂ ਵੀ ਵਧੇਰੇ ਤਕੜੀ ਸੀ। ਉਹਦਾ ਮਨ ਸ਼ਾਦੀ ਦਿੰਦਾ ਸੀ ਕਿ ਜੇ ਇਹਨਾਂ ਨੂੰ ਹੁਣ ਟੀਕਾ ਹੋ ਜਾਏ ਤਾਂ ਇਹ ਬਚ ਜਾਣਗੇ। ਉਹਨੂੰ ਉਸ ਕੁੱਕੜੀ ਦੀ ਜਵਾਨੀ ਉੱਤੇ ਇੰਨਾ ਭਰੋਸਾ ਸੀ, ਪਰ ਭਾਵੇਂ ਅੱਜ ਐਤਵਾਰ ਸੀ, ਉਹਨੇ ਆਪਣੇ ਕੰਮ ਉੱਤੇ ਜਾਣਾ ਸੀ, ਤਾਂ ਵੀ ਉਸ ਪਾਸ ਉਸ ਜੋੜੇ ਨੂੰ ਡਾਕਟਰ ਪਾਸ ਲਿਜਾਣ ਦੀ ਵਿਹਲ ਨਹੀਂ ਸੀ। 9 ਵਜੇ ਸਵੇਰੇ ਉਹਨੇ ਇੱਕ ਪ੍ਰਤਿਸ਼ਠਿਤ ਘਰ ਲੜਕੀ ਦੇ ਆਨੰਦ ਕਾਰਜ 'ਤੇ ਜਾਣਾ ਸੀ। ਉਸ ਪਾਸੋਂ ਰਾਤੀ ਮਿਲਣੀ 'ਤੇ ਨਹੀਂ ਸੀ ਜਾ ਹੋਇਆ। ਉਹ ਤੋਂ ਪਿੱਛੋਂ 11 ਵਜੇ ਉਹਨਾਂ ਦੇ ਸਾਹਿਤ ਮੰਡਲ ਦੀ ਅੰਤਰਿਮ ਸਮਿਤੀ ਦੀ ਇਕੱਤਰਤਾ ਸੀ ਅਤੇ 2 ਵਜੇ ਬਾਅਦ ਦੁਪਹਿਰ ਉਸੇ ਮੰਡਲ ਦੀ ਸਧਾਰਨ ਸਮਿਤੀ ਦੀ ਵਾਰਸ਼ਿਕ ਇਕੱਤਰਤਾ। ਇਹ ਇਕੱਤਰਤਾ ਉਸ ਲਈ ਉਸ ਪ੍ਰਤਿਸ਼ਠਿਤ ਘਰ ਦੇ ਵਿਆਹ ਨਾਲੋਂ ਵੀ ਸ਼ਾਇਦ ਵਧੇਰੇ ਜ਼ਰੂਰੀ ਸੀ। ਉਸ ਪਾਸੋਂ ਉਸ ਅਭਾਗ ਜੋੜੇ ਨੂੰ ਡਾਕਟਰ ਦੇ ਲੈ ਜਾਣ ਦੀ ਵਿਹਲ ਨਹੀਂ ਸੀ ਕੱਢੀ ਜਾ ਸਕਦੀ। ਉਹਨੂੰ ਵਿਹਲ ਨਾ ਸੀ, 16 ਸਾਲ ਦਾ ਮੁੰਡਾ ਕੋਈ ਨਿਆਣਾ ਨਹੀਂ ਹੁੰਦਾ, ਉਹਨੂੰ ਵੀ ਅੱਜ ਛੁੱਟੀ ਸੀ। ਦਵਿੰਦਰ ਸਿੰਘ ਨੇ ਕੱਲ੍ਹ ਵੀ ਆਪਣੀ ਪਤਨੀ ਨੂੰ ਕਿਹਾ ਸੀ ਕਿ ਐਤਵਾਰ ਸਵੇਰੇ ਮੁੰਡਾ ਵਿਹਲਾ ਹੋਏਗਾ ਤਾਂ ਡਾਕਟਰ ਪਾਸੋਂ ਰਾਜੀ ਕੁੱਕੜੀਆਂ ਨੂੰ ਟੀਕਾ ਕਰਵਾ ਲਿਆ। ਅੱਜ ਉਹ ਸਵੇਰੇ ਉੱਠਣ ਸਮੇਂ ਤੋਂ ਹੀ ਤੱਕ ਇੱਦਾਂ ਕਰਨ ਡਿਆ ਸੀ, ਕਾਕਾ ਅੱਜ ਘੋਲ ਨਾ ਕਰ, ਹੁਣ ਇਹਨਾਂ ਕੁੱਕੜਾਂ ਨੂੰ ਹਸਪਤਾਲ ਲੈ ਜਾ ਅਤੇ ਟੀਕਾ ਕਰਵਾ ਲਿਆ। ਉਹ ਕਈ ਵਾਰ ਕਹਿ ਚੁੱਕਾ ਸੀ ਜ਼ਰੂਰ ਜਾਵਾਂਗਾ ਜੀ, ਮੁੰਡਾ ਕਹਿ ਛੱਡਦਾ ਸੀ, ਪਰ ਹੋ ਸਕਦਾ ਅੱਜ ਐਤਵਾਰ ਡਾਕਟਰ ਹਸਪਤਾਲ ਨਾ ਹੋਵੇ। ਉਹ ਇਹ ਜੇ ਬਿਮਾਰ ਲਈ ਐਤਵਾਰ ਨਹੀਂ ਤਾਂ ਡਾਕਟਰ ਦੀ ਛੁੱਟੀ ਲਈ ਕਿਵੇਂ ਹੋ ਸਕਦਾ? ਉਹਨੇ ਅੰਤ ਖਿੱਚ ਕੇ ਮੁੰਡੇ ਨੂੰ ਸਮਝਾਇਆ, ਡਾਕਟਰ ਕੀ ਆਖ ਅਤੇ ਛੁੱਟੀ ਕੀ ਆਖ? ਦਵਿੰਦਰ ਸਿੰਘ ਦਾ ਵਿਸ਼ਵਾਸ ਸੀ ਕਿ ਇਸੇ ਲਈ ਤਾਂ ਉਹ ਆਪ ਡਾਕਟਰ ਨਹੀਂ ਸੀ ਬਣਿਆ। ਉਹ FSC ਮੈਡੀਕਲ ਗਰੁੱਪ 'ਚ ਪਹਿਲੇ ਦਰਜੇ 'ਚ ਪਾਸ ਹੋਇਆ ਸੀ ਅਤੇ ਪਹਿਲੇ 7-8 ਪਾਸ ਹੋਣ ਵਾਲਿਆਂ ਮੁੰਡਿਆਂ 'ਚੋਂ ਸੀ। ਆਪਣੇ ਸਕੂਲ ਦੇ ਹੈੱਡ ਮਾਸਟਰ ਦੇ ਕਹਿਣ 'ਤੇ ਉਹ ਅਖੀਰਲੇ ਦਿਨ ਲਾਹੌਰ ਭਾਰਤ ਦਾ ਇੱਕ ਚੌਥਾ ਪਾਵਰ ਹੀ ਤਾਂ ਸੀ।
ਮੈਡੀਕਲ ਕਾਲਜ 'ਚ ਆਪਣੀ ਦਰਖਾਸਤ ਵੀ ਪਹੁੰਚਦੀ ਕਰ ਆਇਆ ਸੀ, ਪਰ ਜਦੋਂ ਫਿਰ ਮਹੀਨੇ ਕੁ ਪਿੱਛੋਂ ਉਹਨੂੰ ਮੁਲਾਕਾਤ ਦਾ ਸੱਦਾ ਆਇਆ ਤਾਂ ਹੈੱਡ ਮਾਸਟਰ ਦੀ ਸਲਾਹ ਨੂੰ ਪਿਛਾਂ ਸੁੱਟ ਕੇ ਅਤੇ ਆਪਣੇ ਮਨ ਦੀ ਮੰਨ ਕੇ ਉਹ ਮੁਲਾਕਾਤ ਲਈ ਗਿਆ ਨਹੀਂ ਸੀ। ਉਹਨੂੰ ਇੱਕ ਡਾਕਟਰ ਦਾ ਕੰਮ ਬਹੁਤ ਔਖਾ ਲੱਗਦਾ ਸੀ। ਮੇਰੇ ਪਾਸੋਂ ਤਾਂ ਜੇ ਸਾਰੇ ਬਾਜ਼ਾਰ ਨੂੰ ਅੱਗ ਲੱਗੀ ਹੋਵੇ ਤਾਂ ਵੀ ਅੱਧੀ ਰਾਤ ਉੱਠ ਨਹੀਂ ਹੁੰਦਾ, ਉਹ ਆਖਦਾ ਸੀ। ਤੜਕੇ ਦੀ ਗੱਡੀ ਨਹੀਂ ਸੀ ਕਦੀ ਚੜ੍ਹਿਆ ਅਤੇ ਪਿੱਛੋਂ ਜਾ ਕੇ ਜਦੋਂ ਇੱਕ ਟੱਬਰਦਾਰ ਵੀ ਬਣ ਗਿਆ ਤਾਂ ਇੱਕ ਰਾਤ ਉਹਦੇ ਗੁਆਂਢੀ ਦੇ ਚੋਰ ਚੋਰ ਆਖਣ ਅਤੇ ਚੋਰਾਂ ਦੇ ਮਗਰ ਨੱਸਣ ਉੱਤੇ ਵੀ ਉਹ ਬਿਸਤਰੇ 'ਚੋਂ ਨਹੀਂ ਸੀ ਉੱਠਿਆ। ਨੱਸਿਆ ਚੋਰ ਵੀ ਕਦੇ ਕਿਸੇ ਨੇ ਪਕੜਿਆ? ਉਸ ਆਪਣੀ ਪਤਨੀ ਨੂੰ ਆਖਿਆ ਸੀ ਜੋ ਉਹਨੂੰ ਲੋਕ ਇਲਾਜ ਦੀ ਖਾਤਰ ਹੀ ਗਲੀ 'ਚ ਮੱਛਰਦਾਨੀਆਂ ਦੀਆਂ ਸੂਟੀਆਂ ਨਾਲ ਸ਼ਸਤਰ ਬੰਦ ਇਕੱਠੇ ਹੋਏ ਬੁੱਢਿਆਂ ਅਤੇ ਮੁੰਡਿਆਂ 'ਚ ਖਲੋਣ ਲਈ ਆਖ ਰਹੀ ਸੀ। ਮੈਨੂੰ ਇਹ ਪਖੰਡ ਨਹੀਂ ਆਉਂਦੇ, ਉਹਨੇ ਉੱਤਰ ਦਿੱਤਾ ਸੀ। ਨਾਲੇ ਚੋਰ ਦਾ ਇਲਾਜ ਤਾਂ ਇੱਕੋ ਘਰ 'ਚ ਚੋਰ ਜੋਗੀ ਕੋਈ ਚੀਜ਼ ਨਾ ਰੱਖਣਾ, ਇਹ ਉਹਦਾ ਵਿਸ਼ਵਾਸ ਸੀ ਜਿਸ ਉੱਤੇ ਉਹ ਹੁਣ ਤੱਕ 45-46 ਸਾਲ ਦੀ ਉਮਰ ਤੱਕ ਤਾਂ ਪਰਪੱਕ ਚੱਲਿਆ ਆਉਂਦਾ ਸੀ। ਇਸ ਪਰਪੱਕਤਾ ਦਾ ਇੱਕ ਕਾਰਨ ਸ਼ਾਇਦ ਇਹ ਵੀ ਸੀ ਕਿ ਉਸ ਪਾਸ ਚੋਰ ਜੋਗੀ ਚੀਜ਼ ਕਦੀ ਹਾਲੀ ਤੱਕ ਬਚੀ ਨਹੀਂ ਸੀ। ਖੈਰ ਇਹ ਤਾਂ ਗੱਲ ਵਿੱਚ ਹੀ ਚੱਲ ਗਈ। ਅਸਲ 'ਚ ਤਾਂ ਦਵਿੰਦਰ ਸਿੰਘ ਦੇ ਡਾਕਟਰ ਨਾ ਬਣਨ ਬਾਰੇ ਗੱਲ ਹੋ ਰਹੀ ਸੀ ਅਤੇ ਉਹ ਤੋਂ ਵੀ ਅੱਗੇ ਗੱਲ ਤਾਂ ਇਹ ਸੀ ਕਿ ਮੁੰਡੇ ਦਾ ਇਹ ਕਹਿਣਾ ਕਿ ਐਤਵਾਰ ਦੇ ਦਿਨ ਸ਼ਾਇਦ ਡਾਕਟਰ ਹਸਪਤਾਲ 'ਚ ਨਾ ਮਿਲੇ ਵਾਧੂ ਜਿਹਾ ਬਹਾਨਾ ਸੀ। ਇਹੋ ਜਿਹੇ ਬਹਾਨਿਆਂ ਦੀ ਦਵਿੰਦਰ ਸਿੰਘ ਅੱਗੇ ਕੁਝ ਨਹੀਂ ਸੀ ਵਟੀਂਦੀ। ਚੰਗਾ ਜੀ, ਜਾਵਾਂਗਾ ਜ਼ਰੂਰ, ਮੁੰਡੇ ਨੇ ਉਹਨੂੰ ਵਿਸ਼ਵਾਸ ਦਵਾਇਆ। ਇੱਥੇ ਮੇਰੇ ਇੱਕ ਦੋਸਤ ਮੁੰਡੇ ਪਾਸ ਵੀ ਬੜੇ ਕੁੱਕੜ ਨੇ, ਮੈਂ ਉਹਦੇ ਕੋਲੋਂ ਪੁੱਛ ਲਵਾਂ। ਇਹ ਫਿਰ ਕੱਚੀ ਗੱਲ ਸੀ। ਦਵਿੰਦਰ ਸਿੰਘ ਉਹਨੂੰ ਰੱਦ ਕਰਨ ਹੀ ਲੱਗਾ ਸੀ ਕਿ ਉਹਦੀ ਪਤਨੀ ਨੇ ਅੱਗੋਂ ਆਖ ਦਿੱਤਾ, ਕੋਈ ਨਹੀਂ, ਉਸ ਮੁੰਡੇ ਪਾਸੋਂ ਵੀ ਇਹਨੂੰ ਪਤਾ ਕਰ ਲੈਣ ਦਿਓ, ਟੀਕਾ ਜ਼ਰੂਰ ਕਰਾ ਦਿਆਂਗੇ ਕੁੱਕੜਾਂ ਨੂੰ ਜੇ ਡਾਕਟਰ ਹਸਪਤਾਲ 'ਚ ਹੋਇਆ ਤਾਂ। ਉਹ ਹਸਪਤਾਲ 'ਚ ਨਹੀਂ ਹੋਏਗਾ ਤਾਂ ਘਰ ਹੋਏਗਾ, ਅਤੇ ਘਰ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੇ ਹਸਪਤਾਲਾਂ ਵਿੱਚ ਹੀ ਹੁੰਦੇ ਨੇ। ਮੈਨੂੰ ਪਤਾ ਹੈ ਜੀ, ਮੁੰਡੇ ਨੇ ਆਖ ਕੇ ਦਵਿੰਦਰ ਸਿੰਘ ਨੂੰ ਯਕੀਨ ਜਾਂ ਘੱਟੋ ਘੱਟ ਚੁੱਪ ਕਰਾ ਦਿੱਤਾ ਅਤੇ ਉਹ ਬਾਈਸਾਈਕਲ 'ਤੇ ਲੱਤ ਰੱਖ ਕੇ ਆਪਣੇ ਪ੍ਰਤਿਸ਼ਠ ਮੰਦਰ ਮਿੱਤਰ ਦੇ ਘਰ ਆਨੰਦ ਕਾਰਜ 'ਤੇ ਚਲਾ ਗਿਆ। ਮੁੰਡਾ ਕਾਲਜ 'ਚ ਪਹਿਲੇ ਸਾਲ ਦਾ ਵਿਦਿਆਰਥੀ ਸੀ ਅਤੇ ਆਪਣੇ ਇੱਕ ਹਮ ਜਮਾਤੀ ਦੇ ਘਰ ਉਹਦਾ ਆਉਣ ਜਾਣ ਸੀ। ਇਸ ਘਰ ਦੇ ਕਈ ਮੁੰਡੇ ਕੁੜੀਆਂ ਕਾਲਜਾਂ 'ਚ ਪੜ੍ਹਦੇ ਸੀ, ਉਹ ਮੁੰਡੇ ਦੇ ਦੋਸਤ ਸਨ ਅਤੇ ਉਹਨਾਂ ਦੀਆਂ ਭੈਣਾਂ ਇਹਦੀਆਂ ਭੈਣਾਂ, ਅਤੇ ਉਹਨਾਂ ਦੇ ਘਰ ਇਹਦਾ ਦਿਲ ਬਹੁਤ ਲੱਗ ਜਾਂਦਾ ਸੀ। ਬਹੁਤ ਐਤਵਾਰ ਇਹਦੇ ਉਸੇ ਘਰ ਲੰਘਦੇ। ਦਵਿੰਦਰ ਸਿੰਘ ਹਾਲੀ ਘਰੋਂ ਨਿਕਲੇ ਹੀ ਸੀ ਕਿ ਮੁੰਡੇ ਦਾ ਉਹ ਹਮ ਜਮਾਤੀ ਉਹਨੂੰ ਸੱਦਣ ਆ ਗਿਆ। ਉਹ ਯਾਰ, ਆ ਸਾਡੀਆਂ ਕੁੱਕੜੀਆਂ ਨੂੰ ਬਿਮਾਰੀ ਹੋ ਗਈ ਹੈ, ਪਿਤਾ ਜੀ ਆ ਗਏ ਨੇ ਇਹਨਾਂ ਨੂੰ ਟੀਕਾ ਲਵਾਉਣ ਲਈ ਡੰਗਰਾਂ ਦੇ ਹਸਪਤਾਲੋਂ। ਮੁੰਡੇ ਨੇ ਬਹੁਤ ਲਾਚਾਰੀ ਜਿਹੀ ਨਾਲ ਕਿਹਾ, ਟੀਕੇ ਦੀ ਕੀ ਲੋੜ ਹੈ? ਉਸ ਹਮ ਜਮਾਤੀ ਨੇ ਉੱਤਰ 'ਚ ਆਖਿਆ, ਉਹ ਬਹਾਦਰ ਸਿੰਘ ਦੇ ਕਿੰਨੀਆਂ ਕੁੱਕੜੀਆਂ ਨੇ, ਉਹ ਕੋਈ ਦਵਾਈ ਦਿੰਦੇ ਹੁੰਦੇ ਨੇ? ਆ ਉਹ ਤੋਂ ਪੁੱਛ ਲੈਂਦੇ ਹਾਂ। ਮੁੰਡੇ ਨੂੰ ਇਸ ਉੱਤਰ ਤੋਂ ਕੁਝ ਢਾਰਸ ਜਿਹੀ ਵੱਜ ਗਈ ਅਤੇ ਪਿਤਾ ਦੀਆਂ ਤਾਕੀਦਾਂ ਦੇ ਬੰਨ ਢਿੱਲੇ ਹੋ ਗਏ। ਉਹ ਦੋਵੇਂ ਝੱਟ ਬਹਾਦਰ ਸਿੰਘ ਪਾਸ ਗਏ। ਬਹਾਦਰ ਸਿੰਘ ਨੇ ਵੀ ਉਹਨਾਂ ਨਾਲ ਤੁਰਾਉਣ ਵਿੱਚ ਕੋਈ ਢਿੱਲ ਨਾ ਕੀਤੀ। ਉਹਨੇ ਆ ਕੇ ਬਿਮਾਰ ਕੁੱਕੜੀਆਂ ਨੂੰ ਵੇਖਿਆ ਅਤੇ ਆਖਿਆ, ਕੋਈ ਗੱਲ ਨਹੀਂ, ਸਾਡੀਆਂ ਕੁੱਕੜੀਆਂ ਵੀ ਹੁਣੇ ਇਸੇ ਤਰ੍ਹਾਂ ਬਿਮਾਰ ਹੋ ਕੇ ਹਟੀਆਂ ਨੇ। ਮੈਂ ਤਾਂ ਉਹਨਾਂ ਨੂੰ ਲਾਲ ਦਵਾਈ ਅਤੇ ਬਾਇਓਜ਼ੋਲ ਦੀਆਂ ਟਿੱਕੀਆਂ ਦਿੰਦਾ ਸੀ, ਗੁੜ ਅਤੇ ਲਸਣ 'ਚ ਮਿਲਾ ਕੇ, ਸਾਰੀਆਂ ਠੀਕ ਹੋ ਗਈਆਂ। ਉਹ ਦਵਾਈ ਤਾਂ ਅਸੀਂ ਵੀ ਦਿੰਦੇ ਹਾਂ। ਮੁੰਡੇ ਦੀ ਮਾਤਾ ਨੇ ਕੁਝ ਮੁੰਡੇ ਨੂੰ ਡੰਗਰਾਂ ਦੇ ਹਸਪਤਾਲ ਜਾਣ ਦੇ ਕਲੇਸ਼ ਤੋਂ ਬਚਾਉਣ ਲਈ ਅਤੇ ਕੁਝ ਸੱਚ ਦੇ ਆਸਰੇ ਖਾਸ ਤਸੱਲੀ ਨਾਲ ਆਖਿਆ, ਬਸ ਜੀ ਫਿਰ ਰਾਜੀ ਹੋ ਜਾਣਗੇ। ਬਹਾਦਰ ਸਿੰਘ ਨੇ ਅੱਗੋਂ ਹੋਰ ਤਸੱਲੀ ਕਰਾ ਦਿੱਤੀ, ਨਹੀਂ ਤਾਂ ਕੱਲ੍ਹ ਸਾਡੇ ਘਰ ਉਸੇ ਹਸਪਤਾਲ ਦਾ ਕੰਪਾਊਂਡਰ ਆਏਗਾ, ਉਸ ਪਾਸੋਂ ਟੀਕੇ ਕਰਵਾ ਲਵਾਂਗੇ, ਅਸੀਂ ਵੀ ਅਤੇ ਤੁਸੀਂ ਵੀ। ਇਹ ਗੱਲ ਤਾਂ ਅੱਠਾਂ ਪਾਸਿਆਂ ਤੋਂ ਪੱਕੀ ਸੀ। ਮੁੰਡੇ ਅਤੇ ਉਹਦੀ ਮਾਤਾ ਦੀ ਅਜਿਹੀ ਪੂਰੀ ਤਸੱਲੀ ਹੋ ਗਈ ਕਿ ਉਹਨਾਂ ਨੂੰ ਭੁੱਲ ਹੀ ਗਿਆ ਕਿ ਦਵਿੰਦਰ ਸਿੰਘ ਕੀ ਕੁਝ ਉਸ ਗਰੀਬ ਜੋੜੇ ਬਾਰੇ ਕਹਿ ਕੇ ਗਿਆ ਸੀ। ਨਾਲੇ ਸੰਸਾਰ 'ਚ ਕਿਸੇ ਤੋਂ ਆਪਣਾ ਸਾਥ ਨਿਭ ਸਕੇ ਉਹੀ ਬਥੇਰਾ, ਹੋਰਾਂ ਦੇ ਸਾਥਾਂ ਦੇ ਜਿੰਮੇ ਕਾਹਨੂੰ ਕੋਈ ਚੁੱਕੇ।
ਤੇ 16 ਸਾਲ ਦੇ ਮੁੰਡੇ ਗਿਆਤ ਜਾਂ ਅਗਿਆਤ ਭਾਤ ਆਪਣਾ ਸਾਥ ਲੱਭਣ ਦੀ ਧੁੰਨ 'ਚ ਹੁੰਦੇ ਆ। ਸੋ ਮੁੰਡਾ ਕੁੱਕੜੀਆਂ ਨੂੰ ਮਾਂ ਦੇ ਅਤੇ ਉਸ ਪਾਸ ਕੁੱਟ ਬਣਾ ਕੇ ਰੱਖੀ ਹੋਈ ਦਵਾਈ ਦੇ ਸਹਾਰੇ ਛੱਡ ਕੇ ਆਪਣੀ ਹਮਜਬਾਤੀ ਨਾਲ ਚਲਾ ਗਿਆ। ਦਵਿੰਦਰ ਸਿੰਘ ਦੀ 8 ਵਜੇ ਰਾਤ ਤੱਕ ਘਰ ਵਾਪਸ ਆ ਗਿਆ। ਸਾਹਿਤ ਮੰਡਲ ਦੀ ਇਕੱਤਰਤਾ ਕੋਈ 5 ਵਜੇ ਖਤਮ ਹੋਈ ਅਤੇ ਅੱਧਾ ਘੰਟਾ ਹੋਰ ਚਾਹ 'ਚ ਲੱਗ ਗਿਆ, ਜਿਹਦਾ ਪ੍ਰਬੰਧ ਮੰਡਲ ਵੱਲੋਂ ਕੀਤਾ ਸੀ। ਉਹ ਤੋਂ ਪਿੱਛੋਂ ਦਵਿੰਦਰ ਸਿੰਘ ਕੁਝ ਦੋਸਤਾਂ ਨਾਲ ਇੱਕ ਮਿੱਤਰ ਦੀ ਕੋਠੀ 'ਚ ਗੱਲਾਂ ਕਰਦਾ ਰਿਹਾ, ਜਿੱਥੋਂ ਹਨੇਰੇ ਹੋਏ ਘਰ ਮੁੜਿਆ। ਮੈਨੂੰ ਪਤਾ ਮੁੰਡੇ ਨੇ ਅਤੇ ਉਹਦੀ ਮਾਂ ਨੇ ਕੁੱਕੜੀਆਂ ਨੂੰ ਟੀਕਾ ਨਹੀਂ ਕਰਾਇਆ ਹੋਣਾ। ਉਹ ਬਾਈਸਾਈਕਲ 'ਤੇ ਚਲਾ ਆਉਂਦਾ ਮਨ ਨਾਲ ਦਾਈਏ ਬਣ ਰਿਹਾ ਸੀ। ਜੇ ਉਹਨੂੰ ਉਹ ਮਨ ਮੁੜ ਕੇ ਪੁੱਛਦਾ, ਭਲਿਆ ਲੋਕਾਂ ਜੇ ਤੈਨੂੰ ਇਹ ਪਤਾ ਹੀ ਸੀ ਤਾਂ ਤੂੰ ਉਹਨਾਂ ਉੱਤੇ ਇੱਕ ਨਵ ਯੋਜਨਾ ਦੀ ਜਵਾਨੀ ਦੇ ਸੁਹਾਗ ਜਿਹੇ ਮਹੱਤਵਪੂਰਨ ਮਾਮਲੇ ਨੂੰ ਛੱਡ ਕੇ ਕਿਉਂ ਆਇਆ? ਤਾਂ ਉਸ ਪਾਸੇ ਤੋਂ ਬਿਨਾਂ ਕੋਈ ਜਵਾਬ ਨਹੀਂ ਸੀ ਕਿ ਪਤਾ ਸ਼ਬਦ ਤੋਂ ਉਹਦਾ ਭਾਵ ਡਰ ਸੀ। ਅਤੇ ਇਸ ਤਰ੍ਹਾਂ ਕਹਿ ਕੇ ਉਹ ਆਪਣੇ ਆਪ ਨੂੰ ਉਸ ਡਰ ਦੀ ਸੱਚਮੁੱਚ ਮੁਲਾਕਾਤ ਲਈ ਤਿਆਰ ਕਰ ਰਿਹਾ ਸੀ। ਉਹਦਾ ਹਾਲੇ ਆਸ ਵੀ ਕਾਇਮ ਸੀ ਕਿ ਉਹਦੇ ਤਕਰੀਬਨ ਅੱਧੇ ਡਰਾਂ ਵਾਕਰ ਇਹ ਡਰ ਵੀ ਭਾਵੇਂ ਡਰਪੋਕ ਅਤੇ ਝੂਠਾ ਹੀ ਨਿਕਲੇ। ਮੈਨੂੰ ਪਤਾ ਆ ਕਿ ਉਹ ਇਸ ਡਰ ਨੂੰ ਨਹੀਂ ਆਪਣੀ ਆਸ ਨੂੰ ਵੰਗਾਰ ਰਿਹਾ ਸੀ, ਇਹ ਉਹਦਾ ਇੱਕ ਮਾਨਸਿਕ ਕਰਤੱਵ ਸੀ। ਪਰ ਘਰ ਆਉਣ ਉੱਤੇ ਆਸ ਤੋਂ ਵਿਰੁੱਧ ਉਹਦਾ ਇਹ ਡਰ ਸੱਚਾ ਸਿੱਧ ਹੋਇਆ। ਦੋਵੇਂ ਬਿਮਾਰ ਕੁੱਕੜੀਆਂ ਮਰ ਚੁੱਕੀਆਂ ਅਤੇ ਦਫਨਾਈਆਂ ਜਾ ਚੁੱਕੀਆਂ ਸਨ ਅਤੇ ਇਹ ਜੋੜਾ ਵੀ ਕੁਝ ਢਿੱਲਾ ਜਿਹਾ ਹੀ ਖੁੱਡੇ 'ਚ ਤਾੜਿਆ ਗਿਆ ਸੀ। ਉਸ ਰਾਤ ਦਵਿੰਦਰ ਸਿੰਘ ਨੂੰ ਨੀਂਦ ਥੋੜ੍ਹੀ ਆਈ। ਉਹ ਮੁੰਡੇ ਨਾਲ ਜਦੋਂ 10 ਕੁ ਵਜੇ ਵਾਪਸ ਆਇਆ, ਲੜਿਆ ਨਾ, ਕੇਵਲ ਇੰਨਾ ਕਹਿ ਕੇ ਸੰਤੋਖ ਕਰ ਗਿਆ, ਭਾਈ ਤੂੰ ਆਪਣੀ ਨਸਲ ਦੇ ਕੁੱਕੜਾਂ ਅਤੇ ਕੁੱਕੜੀਆਂ ਨੂੰ ਛੱਡ ਕੇ ਇਹਨਾਂ ਵਿਚਾਰੇ ਗਰੀਬਾਂ ਦੀ ਨੌਕਰੀ ਕਿੱਥੋਂ ਕਰ ਸਕਦਾ ਸੀ? ਕਿਉਂਕਿ ਝੱਟ ਹੀ ਉਹਨੂੰ ਇਹ ਸਵਾਲ ਥੋੜ੍ਹੇ ਜਿਹੇ ਫਰਕ ਨਾਲ, ਪਰ ਜਿਸ ਥੋੜ੍ਹੇ ਜਿਹੇ ਫਰਕ ਨੇ ਇਹਦਾ ਪ੍ਰਭਾਵ ਵੀ ਬਦਲ ਆਪਣੇ ਆਪ ਉੱਤੇ ਘਟਦਾ ਪ੍ਰਤੀਤ ਹੋਇਆ। ਫਿਰ ਤਾਂ ਉਹ ਆਪ ਵੀ ਆਪਣੀ ਨਸਲ ਦੇ ਕੁੱਕੜ ਕੁੱਕੜੀਆਂ 'ਚ ਹੀ ਰਿਹਾ ਸੀ, ਭਾਵੇਂ ਉਹਦੀ ਦਿਲਚਸਪੀ ਉਹਨਾਂ ਦਿਨਾਂ 'ਚ ਉਨੀ ਜਿਉਂਦੀ ਜਾਗਦੀ ਅਤੇ ਅਰਥ ਭਰਪੂਰ ਨਹੀਂ ਸੀ ਜਿੰਨੀ ਇੱਕ 16 ਸਾਲ ਦੇ ਯੁਗ ਦੀ ਹੋ ਸਕਦੀ ਹੈ। ਅੱਛਾ ਬਈ, ਚੜ੍ਹਦੀ ਜਵਾਨੀ ਨੂੰ ਸਭ ਚੌੜਾ ਮਾਫ਼ ਨੇ, ਉਹਨੇ ਆਪਣੇ ਮੁੰਡੇ ਬਾਰੇ ਨਿੱਘ ਨਾਲ ਭਰ ਕੇ ਆਖਿਆ। ਇਹ ਜਵਾਨੀ ਉਸ ਕੁੱਕੜੀ ਦੀ ਜਵਾਨੀ ਨਾਲੋਂ ਵਧੇਰੇ ਉਹਦੀ ਆਪਣੀ ਸੀ ਅਤੇ ਇਸ ਉੱਤੋਂ ਕਈ ਅਜਿਹੀਆਂ ਕੁੱਕੜੀਆਂ ਦੀ ਜਵਾਨੀ ਵਾਰੀ ਜਾ ਸਕਦੀ ਸੀ। ਪਰ ਇਹ ਸੋਹਰੀ ਕੁੱਕੜੀ ਮੈਨੂੰ ਇੱਕ ਮਨੁੱਖ ਜੋੜੀ ਵਾਕਰ ਕਿਉਂ ਪ੍ਰਤੀਤ ਹੋ ਰਹੀ ਹੈ? ਉਹਨੇ ਨੀਂਦ ਰਹਿਤ ਰਾਤ ਤੋਂ ਕਈ ਵਾਰ ਪੁੱਛਿਆ। ਉਹਨੇ ਕਈ ਵਾਰ ਇਹੋ ਜਿਹੀਆਂ ਕੁੱਕੜ ਕੁੱਕੜੀਆਂ ਆਪ ਮਾਰ ਕੇ ਖਾਧੇ ਸੀ। ਉਹਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਜੇ ਇੱਕ ਗੁਆਂਢੀ ਦੀ ਗੱਲ ਮੰਨ ਕੇ ਉਹ ਇਹਨਾਂ ਦੋਹਾਂ ਨੂੰ ਝਟਕ ਛੱਡਦਾ ਅਤੇ ਸਾਹਿਤ ਮੰਡਲ 'ਚ ਬਾਹਰੋਂ ਆਏ ਮਿੱਤਰਾਂ ਨੂੰ ਸੱਦ ਕੇ ਖੁਆ ਛੱਡਦਾ, ਉਹਨੂੰ ਇਹ ਅਫਸੋਸ ਨਹੀਂ ਸੀ ਹੋਣਾ। ਹੁਣ ਜਦ ਸਵੇਰੇ ਮੈਂ ਇਹਨਾਂ ਨੂੰ ਖੁੱਡੇ 'ਚ ਮਰੇ ਪਏ ਵੇਖਾਂਗਾ ਤਾਂ ਮੇਰਾ ਦਿਲ ਇੱਕ ਵਾਰੀ ਤਾਂ ਬੈਠ ਹੀ ਜਾਏਗਾ। ਜੇ ਮੈਂ ਇਹਨਾਂ ਨੂੰ ਵੱਢ ਲੈਂਦਾ ਤਾਂ ਮੈਨੂੰ ਨਿਸ਼ਚੈ ਹੈ ਕਿ ਮੇਰਾ ਦਿਲ ਇੰਨਾ ਭੈੜਾ ਨਾ ਪੈਂਦਾ। ਉਹ ਸੋਚ ਰਿਹਾ ਸੀ ਕਿ ਇਹ ਕੇਵਲ ਇੱਕੋ ਆਰਥਿਕ ਸਮੱਸਿਆ ਹੈ, ਕਿ ਇਹ ਕੁੱਕੜ ਦਾ ਬਿਮਾਰੀ ਨਾਲ ਮਰ ਜਾਣਾ ਇੱਕ ਦੁਰਘਟਨਾ ਹੈ ਅਤੇ ਰਾਜੀ ਬਾਜੀ ਝਟਕਾਏ ਜਾਣਾ ਇੱਕ ਜਸ਼ਨ ਹੈ। ਅਸੀਂ ਪੂਰੀ ਉਮਰ ਭੋਗ ਕੇ ਅਤੇ ਪੋਤਰਿਆਂ ਦਾ ਹੋ ਕੇ ਮਰ ਗਏ ਬੁੱਢੇ ਪੁਰਖ ਜਾਂ ਇਸਤਰੀ ਦੀ ਮੌਤ ਨੂੰ ਵੀ ਇੱਕ ਜਸ਼ਨ ਹੀ ਬਣਾ ਲੈਂਦੇ ਹਾਂ ਅਤੇ ਸਾਥੋਂ ਇੱਕ ਹੋਰ ਜਾਂ ਸ਼ਾਇਦ ਕਈ ਹੋਰ ਕਦਮ ਅੱਗੇ ਜਾਂ ਪਿੱਛੇ ਜਾ ਕੇ ਦੱਖਣੀ ਅਫਰੀਕਾ ਦਾ ਹਬਸ਼ੀ ਆਪਣੀ ਮੋਈ ਮਾਂ ਨੂੰ ਤਾਂ ਖਾ ਅਤੇ ਆਪਣੇ ਮਿੱਤਰ ਭਾਈ ਬੰਦਾ ਨੂੰ ਖੁਆ ਕੇ ਜਸ਼ਨ ਮਨਾ ਲੈਂਦਾ। ਕਿ ਇਹ ਫਿਰ ਫਰਕ ਆਪਣੇ ਮੂਲ ਰੂਪ 'ਚ ਆਰਥਿਕ ਹੀ ਹੈ? ਉਹਦਾ ਮਨ ਇਹ ਮੰਨਣ ਤੋਂ ਸੰਕੋਚ ਕਰਦਾ ਸੀ। ਜਿਉਂ ਜਿਉਂ ਦਵਿੰਦਰ ਸਿੰਘ ਨੇ ਰਾਤ ਲੰਘਾਈ, ਉਹਨੇ ਇਹ ਤੋਂ ਭੈੜੀਆਂ ਅਤੇ ਕਠੋਰ ਰਾਤਾਂ ਲੰਘਾਈਆਂ ਹੋਈਆਂ ਸਨ, ਜਦੋਂ ਉਹਦੇ ਘਰ ਇੱਕ ਕੁੱਕੜੀ ਨੇ ਇੱਕ ਮਨੁੱਖਾ ਜੀਵ ਦਮ ਤੋੜ ਰਿਹਾ ਹੁੰਦਾ ਸੀ ਅਤੇ ਜਦੋਂ ਉਹਨੇ ਸਵੇਰੇ ਉੱਠ ਕੇ ਕੁੱਕੜਾਂ ਦੇ ਖੁੱਡੇ 'ਚ ਝਾਤ ਮਾਰੀ ਤਾਂ ਕੁੱਕੜ ਨੂੰ
ਦਰਵਾਜ਼ੇ ਦੀ ਤਾਕੀ ਲਾਗੇ ਚਪਾੜ ਲੰਮਾ ਸਾਹ ਸੱਤ ਹੀਣ ਪਿਆ ਵੇਖਿਆ ਤੇ ਕੁੱਕੜੀ ਨੂੰ ਜ਼ਰਾ ਪਿਛੇਰੇ ਕਰਕੇ ਗਰਦਨ ਸੁੱਟੀ ਮੋਈ ਪਈ। ਸ਼ੇਰ ਮਰਦ ਭਾਵੇਂ ਆਪਣੀ ਪ੍ਰੀਤਮਾ ਨੂੰ ਪਿੱਠ ਪਿੱਛੇ ਲੁਕਾ ਕੇ ਦਰਵਾਜ਼ੇ ਉੱਤੇ ਮੌਤ ਨਾਲ ਘੋਲ ਕਰਦਾ ਹੀ ਮਰ ਗਿਆ। ਉਹਨੇ ਸੱਚੇ ਭਾਵ ਨਾਲ ਬਿਲਕੁਲ ਵਿਅੰਗਹੀਣ ਭਾਵ ਨਾਲ ਆਖਿਆ। ਫਿਰ ਉਹੀ ਦੁੱਧ ਚਿੱਟੇ ਖੰਭਾਂ ਉੱਤੇ ਉਹ ਹਰੇ ਨੀਲੇ ਛਿੱਟਿਆਂ ਦੀ ਗੱਲ ਉਹਦੇ ਮਨ 'ਚ ਆਈ, ਉਹਨਾਂ ਛਿੱਟਿਆਂ ਦੀ ਜਿਨ੍ਹਾਂ ਨੂੰ ਉਹਨੇ ਕੁੱਤੇ ਬਿੱਲੀ ਦੇ ਦੰਦਾਂ ਦੇ ਪ੍ਰਤੀਕ ਸਮਝਿਆ ਸੀ, ਹੁਣ ਉਹ ਇਸ ਅਰਥ ਦੇ ਪ੍ਰਤੀਕ ਨਹੀਂ ਰਹੇ ਸਨ। ਜੇ ਕਿਸੇ ਦੇ 25 ਰੁਪਏ ਗੁੰਮ ਹੋ ਜਾਣ ਤਾਂ ਕੋਈ ਏਡੀ ਦੁਖਾਂਤਕ ਘਟਨਾ ਨਹੀਂ, ਪਰ ਜੇ ਇੰਨੇ ਮੁੱਲ ਦੀਆਂ 4 ਕੁੱਕੜੀਆਂ ਅਤੇ 1 ਕੁੱਕੜ ਸਾਡੇ ਦੁੱਧ ਚਿੱਟੇ ਲੈਗ ਹੋਰਨ ਰੱਤੀਆਂ ਲਾਲ ਕਲਗੀਆਂ ਵਾਲੇ ਜਿਹੜੇ ਘਰ ਦਾ ਸ਼ਿੰਗਾਰ ਬਣੇ ਹੋਏ ਹੋਣ, ਇੱਕ ਨਹੀਂ ਦੋ ਨਹੀਂ 5 ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰੇ ਟੱਬਰ ਦੇ ਜੀਆਂ ਤੋਂ ਮਨੁੱਖਾਂ ਜਿਹੀ ਦਾਰੀ ਕਰਵਾ ਕੇ ਇੱਕ ਉਚੇਚੀ ਛੂਤ ਦੀ ਬਿਮਾਰੀ ਨਾਲ ਮਰ ਜਾਣ ਤਾਂ ਉਸ ਟੱਬਰ 'ਚ ਇੱਕ ਤਰ੍ਹਾਂ ਦਾ ਸੋਗ ਪੈ ਜਾਣਾ ਕੋਈ ਅਸੁਭਾਵਕ ਵੀ ਨਹੀਂ। ਪਰ ਇਸ ਵਿੱਚ ਕੇਵਲ ਦਵਿੰਦਰ ਸਿੰਘ ਦੇ ਟੱਬਰ ਦਾ ਹੀ ਜਿਨ੍ਹਾਂ ਪਾਸੇ ਕੁੱਕੜ ਆਏ ਅਤੇ ਮਹੀਨੇ ਦਾ ਕੋ ਘਰ 'ਚ ਰੌਣਕ ਲਾ ਕੇ ਕੁਝ ਥੋੜ੍ਹੇ ਅੰਡੇ ਵੀ ਖਵਾ ਕੇ ਇੱਕ ਹਫ਼ਤੇ ਦੇ ਅੰਦਰ ਅੰਦਰ ਚੱਲਦੇ ਬਣੇ ਵੇਖਣ ਵਾਲਾ ਪੱਖ ਨਹੀਂ, ਉਹਨਾਂ ਕੁੱਕੜਾਂ ਦਾ ਵੀ ਕੋਈ ਪੱਖ ਹੋ ਸਕਦਾ ਹੈ। ਪਰ ਨਹੀਂ, ਕੋਈ ਘਟਨਾ ਦੁਖਾਂਤਕ ਤਾਂ ਸ਼ਾਇਦ ਪਿੱਛੇ ਰਹਿ ਗਿਆ ਵੇਖਣ ਵਾਲਿਆਂ ਲਈ ਹੁੰਦੀ ਹੈ, ਮਰ ਗਿਆਂ ਲਈ ਸ਼ਾਇਦ ਨਹੀਂ ਹੁੰਦੀ। ਭਾਵੇਂ ਇਹ ਨਿਰਣਾ ਕਰਨਾ ਮਨੁੱਖਾ ਕੰਵਲ ਨੌ ਨਿਹਾਲ ਸਿੰਘ, ਮਹਾਰਾਜਾ ਸ਼ੇਰ ਸਿੰਘ, ਹੈਮਲੇਟ, ਕਾਰਡੇਲੀਆ ਅਤੇ ਉਥੈਲੋ ਜਿਹੇ ਅਤੇ 5 ਦੁੱਧ ਚਿੱਟੇ ਲੈਗ ਹੋਰ ਨਸਲ ਦੇ ਕੁੱਕੜਾਂ ਦੋਹਾਂ ਦੀ ਹਾਲਤ ਵਿੱਚ ਕੁਝ ਕਠਿਨ ਹੈ। ਧੰਨਵਾਦ। ਅਗਲੀ ਕਹਾਣੀ ਹੈ ਇਹ ਗੱਲ ਅਤੇ ਉਹ ਗੱਲ। ਬਾਹੂ ਆਨੰਦ ਸਰੂਪ ਨੂੰ ਮੁਲਾਜ਼ਮ ਹੋਇਆ ਕੋਈ 10 ਵਰੇ ਹੋ ਚੱਲੇ ਸਨ। ਉਸ ਵੇਲੇ ਉਹਨਾਂ ਦੀ ਉਮਰ 21 ਕੁ ਸਾਲ ਦੀ ਸੀ ਅਤੇ ਉਹਨਾਂ ਦੀ ਤਨਖਾਹ 120 ਰੁਪਏ ਤੋਂ ਸ਼ੁਰੂ ਹੋਈ ਸੀ। ਹੁਣ ਉਹਨਾਂ ਦੀ ਤਨਖਾਹ ਵੱਧ ਕੇ 220 ਹੋ ਗਈ ਸੀ। ਭਾਵੇਂ ਇਸ ਦੌਰਾਨ 'ਚ 3 ਬੱਚਿਆਂ ਦਾ ਵਾਧਾ ਹੋ ਜਾਣ ਕਰਕੇ ਉਹਨਾਂ ਦਾ ਜੀਵਨ ਪੱਧਰ 'ਚ ਤਨਖਾਹ ਦੇ ਇਸ ਵਾਧੇ ਨਾਲ ਕੋਈ ਫਰਕ ਨਹੀਂ ਸੀ ਪਿਆ। ਠੀਕ ਹੈ, ਉਸ ਸਮੇਂ ਵੀ ਉਹ ਇਕੱਲੇ ਤੀਵੀਂ ਪੁਰਖ ਹੀ ਨਹੀਂ ਸਨ। ਟੱਬਰ 'ਚ ਉਹਨਾਂ ਦੇ ਮੋਢਿਆਂ ਉੱਤੇ ਇੱਕ ਬੁੱਢੀ ਮਾਂ, ਛੋਟੇ ਭਰਾ ਦਾ ਵੀ ਬੋਝ ਸੀ। ਜਿਹੜੀ ਬੁੱਢੀ ਮਾਂ 5 ਕੁ ਸਾਲ ਹੋਏ ਮਰ ਕੇ ਉਹਨਾਂ ਨੂੰ ਛੱਡ ਗਈ ਸੀ ਅਤੇ ਛੋਟਾ ਭਰਾ 10 ਜਮਾਤਾਂ ਪੜ੍ਹ ਕੇ ਆਪਣੇ ਆਪ ਜੋਗਾ ਹੋ ਕੇ ਕਿਸੇ ਦਫ਼ਤਰ 'ਚ ਉਹਨਾਂ ਵਾਂਗਰ ਹੀ ਮੁਲਾਜ਼ਮ ਹੋ ਗਿਆ ਸੀ। ਪਰ ਭਾਅ ਵੀ ਕੁਝ ਚੜ੍ਹ ਚੁੱਕੇ ਸਨ, ਜਿਨ੍ਹਾਂ 10 ਸਾਲਾਂ 'ਚ ਅਤੇ ਫਿਰ ਵੱਡੇ ਹੋ ਰਹੇ ਆਪਣੇ ਬੱਚਿਆਂ ਦਾ ਖਰਚ ਇੱਕ ਬੁੱਢੀ ਮਾਂ ਅਤੇ ਛੋਟੇ ਭਰਾ ਦੇ ਖਰਚ ਨਾਲੋਂ ਤਾਂ ਕੁਝ ਵੱਧ ਹੀ ਹੁੰਦਾ ਹੈ। ਖੈਰ, ਇਸ ਸਭ ਕੁਝ ਦੇ ਬਾਵਜੂਦ ਬਾਊ ਆਨੰਦ ਸਰੂਪ ਦੀ ਆਰਥਿਕ ਦਸ਼ਾ ਕੁਝ ਅੱਗੇ ਨਾਲੋਂ ਚੰਗੇਰੀ ਸੀ। ਇਸ ਚੰਗੇਰੀ ਆਰਥਿਕ ਦਸ਼ਾ ਦਾ ਸਦਕਾ ਬਾਬੂ ਆਨੰਦ ਸਰੂਪ ਦੀ ਇੱਕ ਚਿਰਾਂ ਦੀ ਇੱਛਾ ਹੁਣ ਪੂਰੀ ਹੋਣ ਲੱਗੀ ਸੀ। ਭਾਵੇਂ ਉਹ ਆਪਣੇ ਛੋਟੇ ਜਿਹੇ ਕਿਰਾਏ ਦੇ ਘਰ 'ਚ ਹੁਣ ਤੱਕ ਵੀ ਇੱਕ ਡਰਾਇੰਗ ਰੂਮ ਬਣਾਈ ਰੱਖਦੇ ਸਨ, ਜਿਸ 'ਚ ਕੁਝ ਬੈਨ ਦੀਆਂ ਕੁਰਸੀਆਂ ਤੋਂ ਬਿਨਾਂ ਇੱਕ ਨਵਾਰੀ ਪਲੰਘ ਵੀ ਰੱਖਿਆ ਹੁੰਦਾ ਸੀ। ਪਰ ਉਹਨਾਂ ਦੇ ਘਰ ਕੋਈ ਖਾਣੇ ਵਾਲੀ ਮੇਜ਼ ਅਤੇ ਕੁਰਸੀਆਂ ਨਹੀਂ ਸਨ ਬਣੀਆਂ ਅਤੇ ਨਾ ਹੀ ਕਦੀ ਕੋਈ ਥਾਂ ਹੋਇਆ ਸੀ ਅਜਿਹਾ ਸਮਾਨ ਰੱਖਣ ਦਾ। ਹੁਣ ਇਸ ਨਵੇਂ ਸਾਲ ਦੀ ਤਰੱਕੀ ਮਿਲਣ ਨਾਲ ਉਹਨਾਂ ਦੇ ਸੁਭਾਗ 'ਚ ਇੱਕ ਇਹ ਵੀ ਵਾਧਾ ਹੋ ਗਿਆ ਕਿ ਉਹਨਾਂ ਨੂੰ ਇੱਕ ਨਵਾਂ ਘਰ ਮਿਲ ਗਿਆ, ਜਿਸ 'ਚ ਡਰਾਇੰਗ ਰੂਮ ਤੋਂ ਛੋਟੇ ਇੱਕ ਬੰਦ ਕੀਤਾ ਹੋਇਆ ਵਰਾਂਡਾ ਜਿਹਾ ਵੀ ਸੀ, ਜਿਹਨੂੰ ਉਹ ਖਾਣੇ ਵਾਲਾ ਕਮਰਾ ਬਣਾ ਸਕਦੇ ਸੀ। ਇਸ ਮਤਲਬ ਲਈ ਉਹਨਾਂ ਨੇ 6 ਮਹੀਨਿਆਂ ਦੀਆਂ ਕਿਸ਼ਤਾਂ 'ਤੇ ਖਾਣੇ ਵਾਲੀ ਮੇਜ਼ 'ਤੇ ਕੁਰਸੀਆਂ ਵੀ ਲੈ ਆਉਂਦੀਆਂ। ਉਹਨਾਂ ਦੇ ਜੀਵਨ ਢੰਗ 'ਚ ਇਸ ਵਾਧੇ ਨਾਲ ਬਾਊ ਆਨੰਦ ਸਰੂਪ ਨੂੰ ਹੀ ਨਹੀਂ ਸਾਰੇ ਟੱਬਰ ਨੂੰ ਬੜੀ ਖੁਸ਼ੀ ਹੋ ਰਹੀ ਸੀ। ਉਹਨਾਂ ਦੀ ਪਤਨੀ ਸੁਭਦਰਾ ਖਾਣੇ ਵਾਲੀਆਂ ਕੁਰਸੀਆਂ ਤੋਂ ਉੱਠ ਕੇ ਕਸੀਦਾ, ਨਿਟਿੰਗ ਆਦਿ ਕਰਕੇ ਚੰਗੀ ਖੁਸ਼ੀ ਪ੍ਰਾਪਤ ਕਰਦੀ ਸੀ ਅਤੇ ਬੱਚੇ ਉੱਥੇ ਬੈਠ ਕੇ ਆਪਣੇ ਸਕੂਲ ਦਾ ਕੰਮ ਕਰ ਲਿਆ ਕਰਦੇ ਸੀ।
ਬਾਬੂ ਆਨੰਦ ਸਰੂਪ ਨੇ ਵਾਧੂ ਖਰਚੇ ਤੋਂ ਡਰਦੇ ਹਾਲੀ ਕਿਸੇ ਦੋਸਤ ਮਿੱਤਰ ਨੂੰ ਇਹਨਾਂ ਮੇਜ਼ ਕੁਰਸੀਆਂ ਨਾਲ ਸਜੇ ਖਾਣ ਵਾਲੇ ਕਮਰੇ 'ਚ ਸੱਦ ਕੇ ਰੋਟੀ ਨਹੀਂ ਸੀ ਖੁਆਈ, ਪਰ ਅਜਿਹਾ ਮੌਕਾ ਵੀ ਉਹਨਾਂ ਦੇ ਆਨੰਦ 'ਚ ਵਾਧਾ ਕਰਨ ਲਈ ਛੇਤੀ ਪ੍ਰਾਪਤ ਹੋ ਗਿਆ। ਉਹਨਾਂ ਦੇ ਇੱਕ ਅਫਸਰ ਜਿਨ੍ਹਾਂ ਦਾ ਵਤੀਰਾ ਬਾਬੂ ਆਨੰਦ ਸਰੂਪ ਵੱਲ ਸਦਾ ਬਹੁਤ ਚੰਗਾ ਰਿਹਾ ਸੀ, ਕੋਈ 3 ਸਾਲ ਪਹਿਲਾਂ ਬਦਲ ਕੇ ਕਿਸੇ ਹੋਰ ਸ਼ਹਿਰ ਚਲੇ ਗਏ ਅਤੇ ਹੁਣ ਉਹ ਸਿਆਲ ਦੀਆਂ ਛੁੱਟੀਆਂ ਕੱਟਣ ਵਾਪਸ ਬਾਬੂ ਆਨੰਦ ਸਰੂਪ ਦੇ ਸ਼ਹਿਰ ਆਏ ਸੀ। ਬਾਬੂ ਆਨੰਦ ਸਰੂਪ ਨੇ ਉਹਨਾਂ ਨੂੰ ਰੋਟੀ ਲਈ ਹਰ ਹਾਲਤ 'ਚ ਬੁਲਾਉਣਾ ਹੀ ਸੀ, ਪਰ ਹੁਣ ਉਹਨਾਂ ਦੇ ਮਨ 'ਚ ਇਹਦਾ ਬੜਾ ਚਾਅ ਸੀ। ਉਹ ਅਫਸਰ ਪਰ ਪਤਾ ਨਹੀਂ ਕਿੰਨੇ ਕੁ ਰੁਝੇਵੇਂ ਲੈ ਕੇ ਸ਼ਹਿਰ 'ਚ ਆਇਆ ਸੀ ਕਿ ਪੂਰਾ 1 ਹਫ਼ਤਾ ਪਿੱਛੇ ਕਰਵਾ ਕੇ ਉਹਨੇ ਅੱਜ ਬਾਬੂ ਆਨੰਦ ਸਰੂਪ ਦੇ ਘਰ ਖਾਣੇ 'ਤੇ ਆਉਣਾ ਪ੍ਰਵਾਨ ਕੀਤਾ ਸੀ। ਖਾਣੇ ਦਾ ਵਕਤ 1 ਵਜੇ ਬਾਅਦ ਦੇ ਦੁਪਹਿਰ ਦਾ ਮਿੱਥਿਆ ਸੀ, ਤਾਂ ਵੀ ਬਾਬੂ ਆਨੰਦ ਸਰੂਪ ਉਸ ਅਫਸਰ ਪ੍ਰਾਹੁਣੇ ਨੂੰ ਲੈਣ ਲਈ 10 ਵਜੇ ਹੀ ਉਹਦੇ ਦੁਆਲੇ ਜਾ ਹੋਏ ਸਨ। ਇਹ ਘਰ ਜਿਸ ਵਿੱਚ ਆ ਕੇ ਬਾਬੂ ਆਨੰਦ ਸਰੂਪ ਦਾ ਟੱਬਰ ਇੰਨਾ ਖੁਸ਼ ਸੀ, ਜਿਹਦੇ ਖਾਣੇ ਵਾਲੇ ਕਮਰੇ 'ਚ ਆਪਣੇ ਅਫਸਰ ਮਿੱਤਰ ਨੂੰ ਰੋਟੀ ਖਵਾਉਣ ਦਾ ਉਹਨਾਂ ਨੂੰ ਇੰਨਾ ਚਾਅ ਸੀ, ਚੰਗਾ ਸੋਹਣਾ ਅਤੇ ਸ਼ਹਿਰੀ ਨੀਵੀਂ ਮੱਧ ਸ਼੍ਰੇਣੀ ਦੇ ਮਾਪਾਂ ਅਨੁਸਾਰ ਖਾਸਾ ਖੁੱਲ੍ਹਾ ਘਰ ਸੀ, ਪਰ ਇਸ 'ਚ ਇੱਕ ਘਾਟਾ ਸੀ। ਉਹ ਇਹ ਕਿ ਇਹਦੇ ਇੱਕ ਪਾਸੇ ਤਾਂ ਇੱਕ ਚੁੱਖੀ ਚੌੜੀ ਗਲੀ ਸੀ, ਦੂਜੇ ਪਾਸੇ ਲਗਾਤਾਰ 4-5 ਘਰ ਚੂੜਿਆਂ ਦੇ ਸਨ। ਇਸ ਤਰ੍ਹਾਂ ਬਾਬੂ ਆਨੰਦ ਸਰੂਪ ਦੀ ਪਤਨੀ ਲਈ ਇੱਥੇ ਆਪਣੀ ਜ਼ਾਤ ਬਰਾਦਰੀ ਦਾ ਕੋਈ ਗੁਆਂਢੀ ਨਹੀਂ ਸੀ ਅਤੇ ਉਹਨਾਂ ਦੇ ਬੱਚਿਆਂ ਲਈ ਕੋਈ ਖਾਸ ਖੇਡਣ ਦੇ ਸਾਥੀ ਵੀ ਨਹੀਂ ਸੀ, ਪਰ ਸੁਭਦਰਾ ਕੁਝ ਅਜਿਹੇ ਖੁੱਲ੍ਹੇ ਖੁਲਾਸੇ ਸੁਭਾਅ ਵਾਲੀ ਸੀ ਕਿ ਉਹਨਾਂ ਨੂੰ ਇਹ ਗੱਲ ਤਾਂ ਕੋਈ ਖੇਦ ਨਹੀਂ ਸੀ, ਸਗੋਂ ਗੁਆਂਢਣਾਂ ਵਿੱਚੋਂ 1-2 ਦਲਿਤਾਂ ਨਾਲ ਤਾਂ ਉਹਨੂੰ ਇੱਕ ਪ੍ਰਕਾਰ ਦਾ ਸਨੇਹ ਹੋ ਗਿਆ ਸੀ। ਹੈਰਾਨੀ ਦੀ ਗੱਲ ਇਹ ਕਿ ਬਾਬੂ ਆਨੰਦ ਸਰੂਪ ਨੇ ਵੀ ਆਪਣੇ ਨਵੇਂ ਘਰ ਦੇ ਇਸ ਨੁਕਸ ਨੂੰ ਅਨੁਭਵ ਨਹੀਂ ਸੀ ਕੀਤਾ। ਬਾਬੂ ਆਨੰਦ ਸਰੂਪ ਦੇ ਆਪਣੇ ਅਫਸਰ ਮਿੱਤਰ ਨੂੰ ਬੁਲਾਉਣ ਜਾਣ ਤੋਂ 15 ਕੁ ਮਿੰਟ ਪਿੱਛੋਂ ਇੱਕ ਗੁਆਂਢਣ ਦਲਿਤ ਸੱਤੋ ਉਹਨਾਂ ਦੇ ਘਰ ਸੁਭਦਰਾ ਪਾਸ ਆ ਗਈ ਅਤੇ 1-2 ਗੱਲਾਂ ਪਿੱਛੋਂ ਪਤਾ ਨਹੀਂ ਕਿਉਂ ਉਹਨੇ ਵੀ ਇਸ ਘਰ ਦੇ ਉਪਰੋਕਤ ਨੁਕਸ ਦਾ ਜ਼ਿਕਰ ਸੁਭਦਰਾ ਪਾਸ ਕੀਤਾ। ਬੀਬੀ ਜੀ, ਘਰ ਤਾਂ ਤੁਹਾਡਾ ਸੋਹਣਾ ਖੁੱਲ੍ਹਾ ਹੈ ਪਰ ਇਸ ਵਿੱਚ ਘਾਟਾ ਹੈ। ਉਹ ਕੀ? ਸੁਭਦਰਾ ਨੇ ਬਹੁਤ ਹੈਰਾਨ ਹੋਣ ਤੋਂ ਪਿੱਛੇ ਪੁੱਛੇ। ਤੁਹਾਡਾ ਗੁਆਂਢ ਕੁਛ ਨਹੀਂ, ਸੱਤੋ ਬੋਲੀ। ਸਾਡਾ ਦਲਿਤਾਂ ਦਾ ਕਾਹਦਾ ਗੁਆਂਢ ਹੈ ਤੁਹਾਡੇ ਜੇ ਮਹਾਜਨ ਲੋਕਾਂ ਲਈ? ਲੈ, ਇਹ ਕਿਹੜੀ ਗੱਲ ਹੋਈ ਸੱਤੋ, ਸਾਨੂੰ ਕੋਈ ਐਸੀ ਵਿਚਾਰ ਨਹੀਂ। ਆਹੋ, ਉਂਝ ਤਾਂ ਅੱਜ ਕੱਲ੍ਹ ਕੋਈ ਬਹੁਤੀ ਵਿਚਾਰ ਨਹੀਂ, ਸੱਤੋ ਨੇ ਸੁਭਦਰਾ ਨਾਲ ਸਹਿਮਤ ਹੋ ਕੇ ਆਖਿਆ, ਪਰ ਤਾਂ ਵੀ ਆਪਣੀ ਜ਼ਾਤ ਬਰਾਦਰੀ ਅਤੇ ਗੁਆਂਢ ਦਾ ਸੁੱਖ ਜ਼ਿਆਦਾ ਹੁੰਦਾ। ਕੋਈ ਨਹੀਂ, ਮੈਨੂੰ ਨਹੀਂ ਇਹ ਗੱਲ ਚੁੱਭਦੀ, ਮੇਰੇ ਤਾਂ ਪੇਕੇ ਘਰ ਵੀ ਸਾਡਾ ਗੁਆਂਢ ਦਲਿਤਾਂ ਦਾ ਹੀ ਹੈ। ਸੁਭਦਰਾ ਨੇ ਹੱਸ ਕੇ ਆਖਿਆ, ਸਾਨੂੰ ਸਗੋਂ ਉਹਨਾਂ ਦਲਿਤਾਂ ਦਾ ਤਕੜਾ ਸੁੱਖ ਸੀ, ਅਸੀਂ ਕਦੇ ਕਿਸੇ ਕੰਮ ਲਈ ਔਖੇ ਨਹੀਂ ਸੀ ਹੋਏ। ਸੁਭਦਰਾ ਇੱਕ ਪਿੰਡ 'ਚ ਜੰਮੀ ਪਲੀ ਸੀ ਜਿੱਥੇ ਦਲਿਤਾਂ ਦੇ ਗੁਆਂਢ ਦਾ ਠੀਕ ਹੀ ਉਹਨਾਂ ਨੂੰ ਚੋਖਾ ਸੁੱਖ ਰਿਹਾ ਸੀ। ਗਊ ਮੱਝ ਲਈ ਪੱਠੇ ਲਿਆਉਣੇ, ਵੇਲੇ ਕੁ ਵੇਲੇ ਕੋਈ ਚੀਜ਼ ਦੂਰੋਂ ਨੇੜਿਓਂ ਲਿਆ ਦੇਣੀ, ਸਫਾਈ ਪੋਚੇ ਲਿਪਾਈ ਵਾਸਤੇ ਕਾਸੇ ਬਾਰੇ ਉਹਨਾਂ ਨੂੰ ਦਲਿਤਾਂ ਦੀ ਸੇਵਾ ਸੌਖੀ ਅਤੇ ਗੁਆਂਢ ਦੇ ਆਦਰ ਭਾਵ ਨਾਲ ਮਿਲ ਜਾਂਦੀ ਸੀ। ਸੋ ਉਹਨੇ ਵੀ ਆਖ ਦਿੱਤਾ, ਸਗੋਂ ਤੁਹਾਡਾ ਸਾਨੂੰ ਵਧੇਰੇ ਸੁੱਖ ਰਹੇਗਾ, ਸਾਡੇ ਘਰ ਗੰਦ ਨਹੀਂ ਪੈਣ ਦਊਂਗੀਆਂ ਅਤੇ ਅੜੇ ਥੋੜ੍ਹੇ ਕੋਈ ਕੰਮ ਵੀ ਕਰ ਦਿਆ ਕਰੂੰਗੀਆਂ। ਮੇਰੇ ਨਾਲ ਕੀ ਲੋੜ ਪੈ ਗਈ ਤੈਨੂੰ ਸੱਤੋ? ਇਹੋ 1-8 ਆਨੇ ਦੇ ਪੈਸੇ ਚਾਹੀਦੇ ਸੀ ਬੀਬੀ ਜੀ, ਪਰਸੋਂ ਨੂੰ ਤਨਖਾਹ ਮਿਲਣਗੀਆਂ ਤਾਂ ਮੋੜ ਦਿਆਂਗੇ, ਸੱਤੋ ਅੱਤ ਨਿਮਰਤਾ ਨਾਲ ਕਹਿਣ ਲੱਗੀ। ਗੱਲ ਤਾਂ ਕੁਝ ਨਹੀਂ ਸੱਤੋ, ਮੈਂ ਤੈਨੂੰ 10 ਵਾਰੀ 8 ਆਨੇ ਦੇ ਦੇਵਾਂ, ਪਰ ਮਹੀਨੇ ਦਾ ਅਖੀਰ ਏ, ਪੈਸੇ ਮੇਰੇ ਕੋਲ ਵੀ ਕੋਈ ਨਹੀਂ। ਸੱਤੋ ਦਾ ਮੂੰਹ ਇਹ ਗੱਲ ਸੁਣ ਕੇ ਡਿੱਗ ਪਿਆ ਤੇ ਮੁੜਨ ਨਹੀਂ ਲੱਗੀ ਸੀ। ਸੁਭਦਰਾ ਬੋਲੇ, ਕੋਈ ਨਾ, ਬਾਊ ਜੀ ਆਉਂਦੇ ਹਨ ਤਾਂ ਤੂੰ ਕਿਸੇ ਨਿਆਣੇ ਨੂੰ ਭੇਜ ਦੇਈਂ, ਉਹਨਾਂ ਤੋਂ ਲੈ ਦਿਆਂਗੇ। ਸੱਤੋ ਨੂੰ ਤਸੱਲੀ ਹੋ ਗਈ, ਚੰਗਾ ਬੀਬੀ ਮੈਂ ਕੁੜੀ ਨੂੰ ਭੇਜਾਂਗੀ ਥੋੜ੍ਹੇ ਚਿਰ ਤਾਈਂ, ਆਹੋ ਭੇਜ ਦੇਈਂ, ਕਹਿ ਕੇ ਸੁਭਦਰਾ ਨੇ
ਸੱਤੋ ਨੂੰ ਦਿਲ ਜਮੀ ਨਾਲ ਘਰ ਤੋਂ ਤੋਰਿਆ ਤੇ ਆਪ ਅੰਦਰ ਰਸੋਈ ਦੇ ਕੰਮ ਚ ਰੁੱਝ ਗਈ। 11 ਕੁ ਵਜੇ ਤੋਂ ਹੀ ਸੱਤੋ ਦੀ 8 ਕੁ ਸਾਲ ਦੀ ਕੁੜੀ ਬਾਊ ਆਨੰਦ ਸਰੂਪ ਦੇ ਦਰਵਾਜ਼ੇ 'ਚ ਆ ਕੇ ਬੈਠ ਗਈ। ਮਿੱਟੀ 'ਚ ਲੀਕਾਂ ਕੱਢ ਕੇ ਖੇਡ 'ਚ ਵਕਤ ਗੁਜ਼ਾਰਨ ਲੱਗੀ। ਕੋਈ 12:30 ਵਜੇ ਬਾਊ ਆਨੰਦ ਸਰੂਪ ਆਪਣੇ ਅਫਸਰ ਮਿੱਤਰ ਨੂੰ ਨਾਲ ਲੈ ਕੇ ਘਰ ਆ ਗਏ। ਹਾਲੇ ਖਾਣਾ ਪੂਰੀ ਤਰ੍ਹਾਂ ਤਿਆਰ ਨਹੀਂ ਸੀ ਤੇ ਨਾ ਹੀ ਹਾਲੇ ਖਾਣੇ 'ਤੇ ਬੈਠਣ ਦਾ ਪ੍ਰੋਗਰਾਮ ਸੀ। ਅੱਧਾ ਘੰਟਾ ਤਾਂ ਬਾਊ ਆਨੰਦ ਸਰੂਪ ਨੇ ਆਪਣੇ ਅਫਸਰ ਮਿੱਤਰ ਨੂੰ ਆਪਣੇ ਡਰਾਇੰਗ ਰੂਮ 'ਚ ਬਿਠਾ ਕੇ ਗੱਲਾਂ ਬਾਤਾਂ ਕਰਨ ਲਈ ਨਿਯਤ ਕੀਤਾ ਸੀ। ਸੋ ਦੋਵੇਂ ਮਿੱਤਰ ਆ ਕੇ ਡਰਾਇੰਗ ਰੂਮ 'ਚ ਬੈਠ ਗਏ ਤੇ ਅੱਗੇ ਪਿੱਛੇ ਹੀ ਗੱਲਾਂ ਕਰਨ ਲੱਗੇ। 15 ਕੁ ਮਿੰਟ ਉਡੀਕ ਕੇ ਸੱਤੋ ਦੀ ਕੁੜੀ ਨੇ ਆਵਾਜ਼ ਦਿੱਤੀ, ਬੀਬੀ ਜੀ ਬੀਬੀ ਜੀ। ਪਰਸੋਂ ਭਦਰਾ ਰਸੋਈ 'ਚ ਰੁੱਝੀ ਸੀ, ਉਹਨੂੰ ਕੁੜੀ ਦੀਆਂ ਆਵਾਜ਼ਾਂ ਸੁਣਾਈ ਨਹੀਂ ਸੀ ਦੇ ਰਹੀਆਂ। ਕੁੜੀ ਨੇ ਜਿਵੇਂ ਸਮਝਿਆ ਹੋਏ ਕਿ ਜੇ ਉਹ ਆਪਣੀ ਸਾਰੀ ਗੱਲ ਆਵਾਜ਼ ਰਾਹੀਂ ਪ੍ਰਗਟ ਕਰ ਦੇ ਤਾਂ ਖਬਰੇ ਸੁਭਦਰਾ ਸੁਣ ਹੀ ਲਏਗੀ। ਉੱਚੀ ਆਵਾਜ਼ ਕਹਿਣ ਲੱਗੀ, ਬੀਬੀ ਜੀ ਮੇਰੀ ਮਾਂ ਕਹਿੰਦੀ ਹੈ ਸਾਨੂੰ ਇੱਕ ਠਿਆਨੀ ਦਿਓ, ਅਸੀਂ ਪਰਸੋਂ ਤੱਕ ਮੋੜ ਦਿਆਂਗੇ। ਸੁਭਦਰਾ ਨੂੰ ਤਾਂ ਆਵਾਜ਼ ਵੀ ਨਾ ਸੁਣੀ, ਪਰ ਡਰਾਇੰਗ ਰੂਮ 'ਚ ਬੈਠੇ ਬਾਊ ਆਨੰਦ ਸਰੂਪ ਨੂੰ ਤੇ ਉਹਦੇ ਮਿੱਤਰ ਅਫਸਰ ਦੇ ਕੰਨ ਬਲੇਲ ਕੁੱਝ ਪੈਣ ਲੱਗੀ। ਇਹ ਕੋਈ ਗੁਆਂਢਣ ਕੁੜੀ ਤੁਹਾਡੀ ਮਿਸਿਜ਼ ਨੂੰ ਬੁਲਾ ਰਹੀ ਜਾਪਦੀ ਹੈ, ਅਫਸਰ ਮਿੱਤਰ ਨੇ ਬਾਊ ਆਨੰਦ ਸਰੂਪ ਨੂੰ ਕਿਹਾ। ਬੁਲਾਉਂਦੀ ਹੋਏਗੀ ਆ ਕੇ, ਬਾਊ ਆਨੰਦ ਸਰੂਪ ਨੇ ਆਪਣੇ ਮਿੱਤਰ ਦਾ ਧਿਆਨ ਉਸ ਪਾਸੇ ਤੋਂ ਮੋੜਨਾ ਚਾਹਿਆ। ਇੰਨੇ ਨੂੰ ਕੁੜੀ ਨੇ ਫਿਰ ਆਵਾਜ਼ ਦਿੱਤੀ, ਬੇਬੀ ਜੀ ਮੇਰੀ ਮਾਂ ਇੱਕ ਠਿਆਨੀ ਮੰਗਦੀ ਹੈ, ਸਾਨੂੰ ਲੋੜੀਂਦੀ ਹੈ, ਅਸੀਂ ਤੁਹਾਨੂੰ ਪਰਸੋਂ ਤੱਕ ਮੋੜ ਦਿਆਂਗੇ। ਸੁਭਦਰਾ ਰਸੋਈ 'ਚ ਸੀ, ਉਸ ਤੱਕ ਰਸੋਈ ਦਾ ਡਰਾਇੰਗ ਰੂਮ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਸੀ। ਇਹ ਰਸਤਾ ਬਾਊ ਆਨੰਦ ਸਰੂਪ ਤੇ ਉਹਨਾਂ ਦਾ ਅਫਸਰ ਮਿੱਤਰ ਰੋਕੀ ਬੈਠੇ ਸੀ। ਕੁੜੀ ਬੜੀ ਹੈਰਾਨ ਹੋ ਰਹੀ ਸੀ, ਪਰ ਉਹ ਅਜਿਹੀ ਜਾਤੀ ਦਾ ਜੀਵ ਸੀ ਜਿਹਦੀ ਆਸ ਨੂੰ ਭਾਵੀ ਜਾਂ ਸਮਾਜ ਪਿਛਲੇ 5000 ਵਰੇ ਤੋਂ ਮਾਰ ਨਹੀਂ ਸੀ ਸਕੇ। ਸੋਹਣੇ ਫੇਰ ਆਵਾਜ਼ ਦਿੱਤੀ, ਬੀਬੀ ਜੀ ਮੇਰੀ ਮਾਂ ਕਹਿੰਦੀ ਹੈ ਠਿਆਨੀ ਦਿਓ, ਅਸੀਂ ਪਰਸੋਂ ਤੱਕ ਮੋੜ ਦਿਆਂਗੇ ਤਨਖਾਹ ਮਿਲਣ ਤੋਂ। ਹੁਣ ਬਾਊ ਆਨੰਦ ਸਰੂਪ ਤੋਂ ਹੋਰ ਸਬਰ ਨਾ ਹੋ ਸਕਿਆ ਤੇ ਉੱਤੋਂ ਉਹਨਾਂ ਦੇ ਅਫਸਰ ਮਿੱਤਰ ਨੇ ਵੀ ਅਜਿਹੀ ਤੁਖਣੀ ਦਿੱਤੀ, ਕੋਈ ਗੁਆਂਢੀਆਂ ਦਾ ਬਾਲ ਏ, ਕੁਝ ਮੰਗਦਾ ਹੈ ਰੁਪਿਆ ਧੇਲੀ ਮਿਸਿਜ਼ ਪਾਸ। ਗੁਆਂਢ ਕੌਣ ਹੋਣਾ ਹੈ ਅਠਿਆਨੀ ਮੰਗਣ ਵਾਲਾ, ਇਹ ਦਲਿਤ ਹੋਣਗੇ, ਬਾਊ ਆਨੰਦ ਸਰੂਪ ਨੇ ਖਿੱਚ ਕੇ ਆਖਿਆ ਤੇ ਉੱਠ ਕੇ ਦਰਵਾਜ਼ੇ ਵੱਲ ਨੂੰ ਆ ਗਏ। ਕੀ ਆਖਨੀ ਹੈ ਕੁੜੀਏ, ਉਹਨਾਂ ਨੇ ਕੜਕ ਕੇ ਕੁੜੀ ਨੂੰ ਪੁੱਛਿਆ। ਕੁੜੀ ਕੁਝ ਕਹਿਣ ਹੀ ਲੱਗੀ ਸੀ ਕਿ ਉਹਦਾ ਝਟਪਟ ਆਖ ਦਿੱਤਾ, ਜਾਂ ਫਿਰ ਆਵੇਂ ਰੋਟੀ ਪਿੱਛੋ। ਇਹ ਬਾਊ ਆਨੰਦ ਸਰੂਪ ਦੀ ਉਦਾਰਤਾ ਸੀ ਕਿ ਉਹਨਾਂ ਨੇ ਕੁੜੀ ਨੂੰ ਕੋਈ ਕੌੜਾ ਤੇ ਨਿਰਾਸ਼ ਕਰ ਦੇਣ ਵਾਲਾ ਜਵਾਬ ਨਾ ਦਿੱਤਾ। ਪਰ ਉਹਨਾਂ ਦਾ ਅਫਸਰ ਮਿੱਤਰ ਇਸ ਨਿੱਕੀ ਜਿਹੀ ਘਟਨਾ ਉੱਤੇ ਹੀ ਹੈਰਾਨ ਹੋ ਰਿਹਾ ਸੀ। ਸ਼ਾਇਦ ਉਹਨੂੰ ਇੱਕ ਬਾਲ ਦਾ ਇੱਕ ਮੱਧ ਸ਼੍ਰੇਣੀ ਘਰ ਤੋਂ ਇਸ ਤਰ੍ਹਾਂ ਆ ਕੇ 2 ਦਿਨਾਂ ਦੇ ਉਧਾਰ ਉੱਤੇ ਇਕੱਠਿਆਨੀ ਮੰਗਣਾ ਅਚੰਭਾ ਪ੍ਰਤੀਤ ਹੋ ਰਿਹਾ ਸੀ। ਬਾਊ ਆਨੰਦ ਸਰੂਪ ਨੇ ਉਹਦੀ ਇਸ ਸੰਭਵ ਹੈਰਾਨੀ ਨੂੰ ਦੂਰ ਕਰਨ ਲਈ ਦੱਸਣਾ ਸ਼ੁਰੂ ਕੀਤਾ, ਇਹ ਜੀ ਸਾਡੇ ਗੁਆਂਢ ਕੁਝ ਦਲਿਤ ਰਹਿੰਦੇ ਨੇ, ਇਸ ਘਰ 'ਚ ਇਹੋ ਨੁਕਸੇ, ਇਹ ਕੋਈ ਦਲਿਤਾਂ ਦੀ ਕੁੜੀ ਸੀ। ਦਲਿਤਾਂ ਦੀ ਕੁੜੀ ਸੀ ਤਾਂ ਕੀ, ਅਫਸਰ ਮਿੱਤਰ ਨੇ ਸਧਾਰਨ ਭਾਂਤ ਪੁੱਛਿਆ, ਹੋਣਾ ਕੀ ਸੀ ਇਹ ਮੇਰੀ ਸ਼੍ਰੀਮਤੀ, ਸੱਚ ਪੁੱਛੋ ਤਾਂ ਇਹ ਅੱਧੀ ਦਲਿਤ ਹੈ, ਇਹਦਾ ਸਾਰੇ ਮੁਹੱਲੇ ਦੀਆਂ ਦਲਿਤਾਂ ਨਾਲ ਸੇਲ ਪਾਉਣਾ, ਅਸਲ 'ਚ ਇਹਦੇ ਪੇਕੇ ਘਰ ਕੋਲ ਵੀ ਦਲਿਤਾਂ ਦੇ ਘਰ ਸੀ, ਇਸ ਲਈ ਇਹਨੂੰ ਇਹਨਾਂ ਤੋਂ ਚੂਕ ਨਹੀਂ ਆਉਂਦੀ। ਫਿਰ ਤੁਹਾਨੂੰ ਆਉਂਦੀ ਹੈ ਜਾਂ ਤਾਂ ਤੁਸੀਂ ਇਹ ਘਰ ਕਿਉਂ ਕਿਰਾਏ 'ਤੇ ਲਿਆ, ਅਫਸਰ ਮਿੱਤਰ ਨੇ ਨਿਰਭਾਅ ਵੀ ਆਖ ਦਿੱਤਾ। ਉਹ ਵੀ ਸੁਣ ਲਓ, ਮੈਂ ਇਹ ਘਰ ਲੈਣ ਦੇ ਹੱਕ 'ਚ ਨਹੀਂ ਸੀ, ਪਰ ਇਹ ਇਹਨੂੰ ਦੇਖ ਕੇ ਅਜਿਹਾ ਪਸਰੀ ਕਿ ਮੈਂ ਮਜਬੂਰ ਹੋ ਗਿਆ। ਪਰ ਦਲਿਤਾਂ ਤਾਂ ਹਰੇਕ ਘਰ ਆਉਂਦੀਆਂ ਨੇ ਅਤੇ ਪੈਸੇ ਵੀ 98 ਰੁਪਿਆ ਇਹਨਾਂ ਨੂੰ ਦੇਣੇ ਪੈਂਦੇ ਨੇ, ਇਹ ਪੈਸੇ ਮੰਗਣ ਵਾਲੇ ਉਹ ਦਲਿਤ ਨਹੀਂ, ਇਹ ਸ਼੍ਰੀਮਤੀ ਦੀ ਗੁਆਂਢਣ ਹੈ ਜਿਹਨੇ ਇੱਕ 98 ਮੰਗ ਭੇਜੀ ਹੈ, ਜਿਵੇਂ ਅਸੀਂ ਇਸੇ ਕੰਮ ਲਈ ਬੈਠੇ ਹਾਂ ਇੱਥੇ। ਇਹਨੇ ਨੂੰ ਸੁਭਦਰਾ ਨੂੰ ਵੀ ਇਸ ਗੱਲ ਦਾ ਕੁਝ ਹਿੱਸਾ ਸੁਣ ਗਿਆ, ਉਹਨੂੰ ਇਸ ਨਾਲ ਆਪਣੇ 2 ਘੰਟਾ ਪਹਿਲਾਂ ਉਸ ਦਲਿਤ ਨਾਲ ਕੀਤਾ ਇਕਰਾਰ ਯਾਦ ਆ ਗਿਆ।
ਉਹ ਝੱਟ ਡਰਾਇੰਗ ਰੂਮ ਦੇ ਦਰਵਾਜ਼ੇ 'ਤੇ ਆ ਗਈ ਅਤੇ ਪੁੱਛਣ ਲੱਗੀ, ਇਹ ਸੱਤੋ ਦੀ ਧੀ ਸੀ? ਆਹੋ ਉਹ ਸੀ ਕਿਉਂ? ਬਾਬੂ ਆਨੰਦ ਸਰੂਪ ਨੇ ਖਿੱਚ ਕੇ ਕਿਹਾ, ਉਹਨਾਂ ਨੂੰ ਹੀ ਕਠਿਆਨੀ ਚਾਹੀਦੀ ਸੀ ਵਿਚਾਰੀ ਨੂੰ, ਕਿੱਥੇ ਵੀ ਉਹ ਕੁੜੀ ਹੁਣ ਚਲੀ ਗਈ ਹੋਏਗੀ। ਉਹ ਮੈਨੂੰ ਕੀ ਪਤਾ ਉਹ ਕਾਹਦੇ ਲਈ ਆਈ ਸੀ, ਕਾਹਦੇ ਲਈ ਆਈ ਸੀ ਉਹਨੇ ਦੱਸਿਆ ਨਹੀਂ? ਤੁਸੀਂ ਐਵੇਂ ਝਿੜਕ ਦਿੱਤੀ ਹੋਏਗੀ ਵਿਚਾਰੀ। ਇਹ ਆ ਕੇ ਸੁਭਦਰਾ ਝੱਟ ਡਰਾਇੰਗ ਰੂਮ ਵਿੱਚੋਂ ਲੰਘ ਕੇ ਬਾਹਰ ਆਈ ਅਤੇ ਨੀ ਸੱਤੋ ਦੀ ਇਹ ਧੀਏ ਆ ਕੇ ਵਾਜਾਂ ਦੇਣ ਲੱਗੀ। ਸੱਤੋ ਦੀ ਧੀ ਹਾਲੀ ਦਰਵਾਜ਼ੇ 'ਤੇ ਹੀ ਲਮਕ ਰਹੀ ਸੀ। ਉਹ ਕਿਸੇ ਚੌਧਰੀ ਦੀ ਬੱਚੀ ਨਹੀਂ ਸੀ ਜੋ ਇੱਕ ਝਿੜਕ ਖਾ ਕੇ ਘਰ ਨੂੰ ਮੁੜ ਜਾਂਦੀ। ਉਹਦੀ ਹਜ਼ਾਰਾਂ ਵਰ੍ਹਿਆਂ ਸਿਆਂ ਪੁਸ਼ਤਾਂ ਦੀ ਸਹਿਣਸ਼ੀਲਤਾ ਇੰਨੀ ਛੇਤੀ ਖਿੱਚ ਜਾਣ ਵਾਲੀ ਨਹੀਂ ਸੀ। ਆਵਾਜ਼ ਸੁਣ ਕੇ ਝੱਟ ਸੁਭਦਰਾ ਕੋਲ ਆ ਗਏ। ਸੁਭਦਰਾ ਪਾਸ ਅਠਿਆਨੀ ਹਾਲੀ ਵੀ ਨਹੀਂ ਸੀ, ਸੋ ਉਹਨੇ ਇਹ ਅਠਿਆਨੀ ਹੁਣ ਬਾਊ ਜੀ ਪਾਸੋਂ ਮੰਗਣੀ ਪਈ। ਖੈਰ ਕੁੜੀ ਦਾ ਕੰਮ ਕਰਕੇ ਉਹ ਝੱਟ ਫਿਰ ਡਰਾਇੰਗ ਰੂਮ ਰਾਹੀਂ ਰਸੋਈ 'ਚ ਵਾਪਸ ਚਲੀ ਗਈ। ਬਾਊ ਆਨੰਦ ਸਰੂਪ ਬੁੜਬੁੜ ਕਰ ਰਹੇ ਸੀ, ਇਹਨਾਂ ਪੇਂਡੂ ਤੀਵੀਆਂ ਨਾਲ ਵੀ ਰੱਬ ਕਿਸੇ ਦਾ ਵਾਹ ਨਾ ਪਾਵੇ, ਉਹਨਾਂ ਦੇ ਮੂੰਹੋਂ ਹੀ ਨਿਕਲਿਆ। ਅਫਸਰ ਮਿੱਤਰ ਇਹ ਸਭ ਦੇਖ ਕੇ ਹੈਰਾਨ ਹੋ ਰਿਹਾ ਸੀ। ਜਿੱਥੇ ਉਹ ਸੁਭਦਰਾ ਦੀ ਇਸ ਖੁੱਲ੍ਹ ਦਿਲੀ ਦੀ ਅੰਦਰੇ ਅੰਦਰ ਪ੍ਰਸ਼ੰਸਾ ਕਰ ਰਿਹਾ ਸੀ, ਉੱਥੇ ਬਾਊ ਆਨੰਦ ਸਰੂਪ ਨੂੰ ਝਾੜ ਪਾ ਦੇਣ ਦਾ ਵੀ ਉਹਦਾ ਜਿਗਰਾ ਨਹੀਂ ਸੀ ਪੈਂਦਾ, ਤਾਂ ਵੀ ਉਸ ਪਾਸੋਂ ਰਿਹਾ ਨਾ ਗਿਆ। ਆਨੰਦ ਸਰੂਪ ਜੀ, ਤੁਸੀਂ ਕੁਝ ਵਧੇਰੇ ਹੀ ਘਬਰਾ ਗਏ ਹੋ ਇਸ ਨਿੱਕੀ ਜਿਹੀ ਗੱਲ 'ਤੇ। ਗੱਲ ਤਾਂ ਨਿੱਕੀ ਜੀ ਠੀਕ ਹੈ ਜੀ, ਪਰ ਇਹਨਾਂ ਦਲਿਤਾਂ ਵੀ ਸਾਨੂੰ ਤੰਗ ਕਰ ਮਾਰਿਆ ਅਤੇ ਸ਼੍ਰੀਮਤੀ ਜੀ ਹਨ ਕਿ ਇਹਨਾਂ ਨੂੰ ਕੁਝ ਸੂਝ ਹੀ ਨਹੀਂ। ਸੂਝ ਸਮਝਦੀ ਕੀ ਗੱਲ ਹੈ ਆਨੰਦ ਸਰੂਪ ਜੀ, ਦਲਿਤਾਂ ਦੇ ਗੁਆਂਢ ਤੋਂ ਵੀ ਇੰਨਾ ਘਬਰਾਉਣ ਦੀ ਕੀ ਲੋੜ ਹੈ? ਮਹਾਤਮਾ ਗਾਂਧੀ ਜਦੋਂ ਦਿੱਲੀ ਆਉਂਦੇ ਸੀ ਤਾਂ ਕਹਿੰਦੇ ਰਹਿੰਦੇ ਹੀ ਇਹਨਾਂ ਦੀ ਬਸਤੀ 'ਚ ਸੀ ਜੀ। ਉਹ ਹੋਰ ਗੱਲ ਸੀ, ਬਾਬੂ ਆਨੰਦ ਸਰੂਪ ਨੇ ਫਰਮਾਤਾ। ਇਸੇ ਪਲ ਰਸੋਈ 'ਚ ਸੁਭਦਰਾ ਨੇ ਰੋਟੀ ਦਾ ਇੱਕ ਥਾਲ ਲਿਆਂਦਾ ਅਤੇ ਅਫਸਰ ਮਿੱਤਰ ਦੇ ਸਾਹਮਣੇ ਰੱਖ ਕੇ ਦੂਜਾ ਲੈਣ ਚਲੀ ਗਈ ਅਤੇ ਇਸ ਤਰ੍ਹਾਂ ਇਹ ਗੱਲ ਕੀ ਸੀ, ਉਹ ਗੱਲ ਕੀ, ਇਹ ਸਾਰਾ ਮਾਮਲਾ ਬਗੈਰ ਕਿਸੇ ਅੰਤਮ ਨਿਰਣੇ ਦੇ ਖਤਮ ਹੋ ਗਿਆ। ਅਗਲੀ ਕਹਾਣੀ ਹੈ ਸੂਟਕੇਸ। ਉਰਦੂ ਦਾ ਇੱਕ ਸ਼ੇਅਰ ਹੈ, ਕੈਸ ਜੰਗਲ ਮੇਂ ਅਕੇਲਾ ਹੈ ਮੁਝੇ ਜਾਣੇ ਦੋ, ਖੂਬ ਗੁਜ਼ਰੇਗੀ ਜੋ ਮਿਲੇਂਗੇ, ਮਿਲ ਬੈਠੇਂਗੇ ਦੀਵਾਨੇ ਦੋ। ਅਤੇ ਦੀਵਾਨੇ ਸਾਡੇ ਅਜੋਕੇ ਸਮਾਜ 'ਚ ਜਾਂ ਪ੍ਰੇਮੀ ਹੁੰਦੇ ਆ ਅਤੇ ਜਾਂ ਕਵੀ। ਇਹ ਕਹਾਣੀ ਜਿਹੜੀ ਦੋ ਜਾਂ ਸ਼ਾਇਦ ਵਧੇਰੇ ਦੀਵਾਨਿਆਂ ਦੀ ਕਹਾਣੀ ਹੈ, ਦੋ ਪ੍ਰੇਮੀਆਂ ਦੀ ਨਹੀਂ, ਕਵੀਆਂ ਦੀ ਕਹਾਣੀ ਹੈ। ਦੋ ਕਵੀ ਜਲੰਧਰ ਤੋਂ ਚੱਲ ਕੇ ਅੰਬਾਲੇ ਵੱਲ ਨੂੰ ਕਿਸੇ ਕਵੀ ਦਰਬਾਰ ਜੇ ਉਤਸਵ 'ਤੇ ਜਾ ਰਹੇ ਸੀ। ਵਾਸਤਵ 'ਚ ਦੋ ਇੱਕ ਕਵੀ ਅਤੇ ਇੱਕ ਕਵਿਤਰੀ ਹਨ, ਅਤੇ ਉਪਰੋਕਤ ਸ਼ੇਅਰ 'ਚ ਵੀ ਜਿਹਨਾਂ ਦੋ ਦੀਵਾਨਿਆਂ ਵਾਲੇ ਇਸ਼ਾਰਾ ਹੈ ਉਹ ਇੱਕ ਪੁਰਖ ਕੈਸ ਅਤੇ ਇੱਕ ਇਸਤਰੀ ਲੈਲਾ ਹਨ। ਪਰ ਜਿਸ ਤਰ੍ਹਾਂ ਉੱਪਰ ਦੱਸਿਆ ਜਾ ਚੁੱਕਾ ਹੈ, ਅੰਬਾਲੇ ਵੱਲ ਕਿਸੇ ਉਤਸਵ ਉੱਤੇ ਜਾ ਰਹੇ ਦੀਵਾਨੇ ਪ੍ਰੇਮੀ ਅਤੇ ਪ੍ਰੇਮਿਕਾ ਨਹੀਂ ਸਨ, ਇੱਕ ਕਵੀ ਅਤੇ ਇੱਕ ਕਵਿਤਰੀ ਸਨ। ਪਰ ਦੋ ਕਵੀ, ਇੱਕ ਕਵੀ ਅਤੇ ਇੱਕ ਕਵਿਤਰੀ ਸ਼ਾਇਦ ਦੋ ਪ੍ਰੇਮੀਆਂ ਪੁਰਖ ਅਤੇ ਇਸਤਰੀ ਜਿੰਨੇ ਦੀਵਾਨੇ ਨਹੀਂ ਹੋ ਸਕਦੇ। ਇਸ ਲਈ ਜਾਂ ਖਬਰੇ ਉਹਨੂੰ ਕੁਝ ਹੋਰ ਮਨਜ਼ੂਰ ਸੀ। ਵਿਧਾਤਾ ਨੇ ਜਦੋਂ ਇਹਨਾਂ ਦੀ ਬੱਸ ਨੇ ਲੁਧਿਆਣੇ ਆ ਕੇ ਪੜਾਅ ਕੀਤਾ, ਇਹਨਾਂ 'ਚੋਂ ਇੱਕ ਤੀਜਾ ਹੋਰ ਮਿਲਾਇਆ ਜੋ ਕਵੀ ਤਾਂ ਭਾਵੇਂ ਨਹੀਂ ਸੀ, ਕਵੀਆਂ ਜਿਹਾ ਜ਼ਰੂਰ ਸੀ, ਜਾਂ ਇਉਂ ਕਹਿ ਲਓ ਕਿ ਨਾਟਕਕਾਰ ਸੀ। ਇਹ ਤਿੰਨੇ ਪਹਿਲੇ ਦੋ ਅਤੇ ਇਹ ਤੀਜਾ ਦੇਵਨੇ ਅਤੇ ਮੋਟਰ ਬੱਸ ਦੇ ਅੱਡੇ 'ਤੇ ਇਕੱਠੇ ਹੋ ਗਏ। ਵਾਹ ਬਈ ਵਾਹ, ਆਹ ਮੈਂ ਕੀ ਦੇਖ ਰਿਹਾ, ਤੀਜੇ ਕਵੀ ਜੇ ਨੇ ਆਉਂਦੀਆਂ ਹੀ ਪਹਿਲੇ ਦੋਵਾਂ ਨੂੰ ਦੇਖ ਕੇ ਆਖਿਆ, ਇੰਨੇ ਵੱਡੇ ਦੋ ਕਵੀ ਕਿਸੇ ਨੂੰ ਇੱਕੋ ਵਕਤ ਇਕੱਠੇ ਮਿਲ ਜਾਣ ਤਾਂ ਉਸ ਜਿੰਨਾ ਸੁਭਾਗਾ ਕੌਣ ਹੋ ਸਕਦਾ ਹੈ। ਜ਼ਮੀਨ ਅਸਮਾਨ ਦੇ ਕੁਲਾਬੇ ਮਿਲਣਾ ਇਸੇ ਨੂੰ ਤਾਂ ਆਖਦੇ ਹੈ। ਤੀਜੇ ਆਉਣ ਵਾਲੇ ਦੀ ਇਸ ਪਹਿਲੀ ਗੱਲ ਤੋਂ ਹੀ ਕਿਸੇ ਜਾਣਕਾਰ ਨੂੰ ਪਤਾ ਲੱਗ ਸਕਦਾ ਸੀ ਕਿ ਕਿਸੇ ਦੋ ਦੀਵਾਨਿਆਂ ਨਾਲ ਤੀਜਾ ਮਿਲ ਕੇ ਜੰਗਲ ਜਾਂ ਸ਼ਹਿਰ ਜਾਂ ਮੋਟਰ ਬੱਸ ਦੀ ਰੌਣਕ ਚੰਗੀ ਵਧਾ ਸਕਦਾ। ਆਈਏ ਆਈਏ, ਪਹਿਲੇ ਦੋ 'ਚੋਂ
ਉਹਨੇ ਜਿਹੜਾ ਕਵੀ ਸੀ ਬਗੈਰ ਇਸ ਤੀਜੇ ਆਉਣ ਵਾਲੇ ਦੇ ਇਹਨਾਂ ਸ਼ਬਦਾਂ ਨੂੰ ਸੁਣਦੇ ਆਖਿਆ, ਕੇਵਲ ਤੁਹਾਡੀ ਕਮੀ ਸੀ, ਕਿੱਧਰ ਜਾ ਰਹੇ ਹੋ? ਜਿੱਧਰ ਤੁਸੀਂ ਜਾ ਰਹੇ ਹੋ। ਉਹਨੇ ਹੱਥ ਜੋੜ ਕੇ ਕਵਿੱਤਰੀ ਜੀ ਨੂੰ ਪ੍ਰਣਾਮ ਕਰਕੇ ਉੱਤਰ ਦਿੱਤਾ, ਇੱਕੋ ਅੱਡੇ ਉੱਤੇ ਮਿਲਣ ਵਾਲੇ ਇੱਕ ਪਾਸੇ ਹੀ ਜਾ ਰਹੇ ਹੁੰਦੇ ਹਨ। ਅੱਛਾ, ਤਾਂ ਤੁਸੀਂ ਵੀ ਅੰਬਾਲੇ ਜਾ ਰਹੇ ਹੋ ਕਵੀ ਦਰਬਾਰ 'ਤੇ? ਕਵਿੱਤਰੀ ਨੇ ਕੁਝ ਵਾਰਤਕ ਜਿਹੀ ਹੋ ਕੇ ਕਿਹਾ, ਨਹੀਂ ਜੀ, ਮੈਂ ਕਵੀ ਦਰਬਾਰ ਉੱਤੇ ਕਾਹਦੇ ਲਈ ਜਾਣਾ ਸੀ? ਮੈਂ ਕੋਈ ਕਵੀ ਹਾਂ? ਕੀ ਪਤਾ, ਆਦਮੀ ਇਸ ਜਨਮ 'ਚ ਕਈ ਭੇਸ ਬਦਲਦਾ। ਮੈਨੂੰ ਤਾਂ ਸਦਾ ਸ਼ੱਕ ਰਿਹਾ ਕਿ ਤੂੰ ਕਿਸੇ ਦਿਨ ਕਵੀ ਬਣ ਹੀ ਜਾਣਾ। ਕਵੀ ਨੇ ਗੱਲ ਵਧਾਈ, ਤੇਰਾ ਸ਼ੱਕ ਸ਼ਾਇਦ ਵਜ੍ਹਾ ਹੋਵੇ। ਤੀਜੇ ਨੇ, ਜੋ ਇੱਕ ਐਸਾ ਵੈਸਾ ਨਾਵਲਕਾਰ ਸੀ, ਫਿਰ ਉੱਤਰ ਦਿੱਤਾ, ਪਰ ਕੋਈ ਕਿੰਨੇ ਹੀ ਭੇਸ ਕਿਉਂ ਨਾ ਬਦਲ ਸਕਦਾ ਹੋਵੇ, ਉਹਨੂੰ ਇਹ ਪਤਾ ਨਹੀਂ ਲੱਗ ਸਕਦਾ ਕਿ ਇੱਕ ਨਿਯਤ ਸਮੇਂ ਇੱਕ ਬੱਸ ਵਿੱਚ ਦੋ ਦੂਰ ਦੂਰ ਦੇ ਇਕੱਠੇ ਹੋਏ ਕਵੀ ਜਾਂ ਕਵੀ ਅਤੇ ਕਵਿੱਤਰੀ ਉਹਨੂੰ ਮਿਲ ਪੈਣਗੇ। ਤਾਂ ਵੀ ਫਿਰ ਜਾ ਕਿੱਥੇ ਰਹੇ ਹੋ ਤੁਸੀਂ? ਕਵਿੱਤਰੀ ਨੇ ਕੁਝ ਬੇਸਬਰੀ ਜਿਹੀ ਨਾਲ ਪੁੱਛਿਆ। ਮੈਂ ਪਟਿਆਲੇ ਜਾ ਰਿਹਾ, ਉਹਨੇ ਸਧਾਰਨ ਪੱਧਰ ਉੱਤੇ ਆ ਕੇ ਦੱਸਿਆ। ਉੱਥੇ ਕੀ ਕੰਮ ਹੈ? ਕਵੀ ਜੀ ਨੇ ਵੀ ਉਸੇ ਪੱਧਰ ਉੱਤੇ ਆ ਕੇ ਪੁੱਛਿਆ। ਉੱਥੇ ਮੇਰਾ ਲੈਕਚਰ ਹੈ ਵਿਦਿਆਰਥੀ ਸਭਾ ਅੱਗੇ ਅੱਜ ਸ਼ਾਮ ਨੂੰ। ਮੈਂ ਵੀ ਉੱਥੋਂ ਹੋ ਕੇ ਹੀ ਰਾਤ ਨੂੰ ਅੰਬਾਲੇ ਪੁੱਜਣਾ ਹੈ। ਮੇਰਾ ਵੀ ਉੱਥੇ ਪੰਜਾਬੀ ਸਾਹਿਤ ਕੇਂਦਰ ਅੱਗੇ ਵਿਖਿਆਨ ਦਾ ਸਮਾਂ ਅੱਜ ਸ਼ਾਮ ਨੂੰ ਨਿਯਤ ਹੈ। ਪਰ ਇਹ ਕਵਿੱਤਰੀ ਜੀ ਵੱਲ ਇਸ਼ਾਰਾ ਕਰਕੇ ਮੈਨੂੰ ਉੱਥੇ ਜਾਣਾ ਛੱਡ ਕੇ ਆਪਣੇ ਨਾਲ ਅੰਬਾਲੇ ਕਵੀ ਦਰਬਾਰ ਉੱਤੇ ਸਿੱਧੇ ਚੱਲਣ ਦੀ ਪ੍ਰੇਰਨਾ ਕਰ ਰਹੇ ਨੇ। ਹਾਂਜੀ, ਕਵੀ ਦਰਬਾਰ ਵਾਲਿਆਂ ਨੇ ਮੇਰੀ ਡਿਊਟੀ ਲਗਾਈ ਹੈ ਕਿ ਇਹਨਾਂ ਨੂੰ, ਕਵੀ ਜੀ ਵੱਲ ਇਸ਼ਾਰਾ ਕਰਕੇ, ਕਵੀ ਦਰਬਾਰ ਉੱਤੇ ਲੈ ਜਾਵਾਂ। ਅਤੇ ਪੰਜਾਬੀ ਸਾਹਿਤ ਕੇਂਦਰ ਵਾਲਿਆਂ ਨੇ ਮੇਰੀ ਡਿਊਟੀ ਲਾਈ ਹੈ ਕਿ ਮੈਂ ਇਹਨਾਂ ਨੂੰ ਪੰਜਾਬੀ ਸਾਹਿਤ ਕੇਂਦਰ ਦੀ ਅੱਜ ਦੀ ਇਕੱਤਰਤਾ ਵਿੱਚ ਲੈ ਜਾਵਾਂ। ਤੀਜੇ ਨੇ ਆਪਣੇ ਕੋਲੋਂ ਹੀ ਆਖ ਦਿੱਤਾ। ਅਸੀਂ ਜੀ ਹੁਣ ਦੋ ਹੋ ਗਏ, ਕਵੀ ਜੀ ਨੇ ਨਵਾਂ ਹੌਸਲਾ ਧਾਰ ਕੇ ਆਖਿਆ। ਅਤੇ ਭਾਵੇਂ ਇੱਕ ਨਾਲ ਇੱਕ ਦੇ ਮੁਕਾਬਲੇ 'ਚ ਪੁਰਖ ਇਸਤਰੀ ਅੱਗੇ ਹੇਚ ਹੁੰਦਾ, ਦੋ ਪੁਰਖ ਤਾਂ ਕੁਝ ਹੋ ਹੀ ਸਕਦੇ ਹਨ। ਤੁਸੀਂ ਤਾਂ ਇਕੱਲੇ ਹੀ ਬਥੇਰੇ ਤਕੜੇ ਸੀ, ਹੁਣ ਤਾਂ ਯੱਕ ਨਾ ਸ਼ੁੱਧ ਦੋ ਸ਼ੁੱਧ। ਕਵਿੱਤਰੀ ਜੀ ਨੇ ਹਾਰ ਮੰਨ ਲਈ। ਅਤੇ ਤੁਸੀਂ ਵੀ ਸਾਡੇ ਨਾਲ ਪਟਿਆਲੇ ਹੀ ਚੱਲੋ, ਤੀਜੇ ਨੇ ਹੁਣ ਉਤਸ਼ਾਹਤ ਹੋ ਕੇ ਆਖਿਆ। ਪੰਜਾਬੀ ਸਾਹਿਤ ਕੇਂਦਰ ਵਾਲਿਆਂ ਨੂੰ ਕਿਹੜੀ ਤੁਹਾਡੀ ਕਿਸੇ ਕਵੀ ਦਰਬਾਰ ਵਾਲਿਆਂ ਨਾਲੋਂ ਘੱਟ ਲੋੜ ਹੈ? ਲੋੜ ਭਾਵੇਂ ਘੱਟ ਹੋਵੇ ਭਾਵੇਂ ਵੱਧ, ਚੱਲਾਂਗੀ ਮੈਂ ਵੀ ਪਟਿਆਲੇ। ਉੱਥੇ ਤੁਹਾਡੇ ਦੋਹਾਂ ਦੇ ਭਾਸ਼ਣ ਖਤਮ ਹੋਣ 'ਤੇ ਤੁਹਾਨੂੰ ਅੰਬਾਲੇ ਲੈ ਚੱਲਾਂਗੇ। ਵਾਹ ਬਈ ਵਾਹ, ਇਹ ਮਨਜ਼ੂਰ ਹੈ। ਭਾਵੇਂ ਘੜੀ ਦੀ ਘੜੀ ਮੈਨੂੰ ਵੀ ਕਵੀ ਕਿਉਂ ਨਾ ਬਣਨਾ ਪਵੇ? ਤੀਜੇ ਨੇ, ਜੋ ਕਵੀ ਨਹੀਂ ਸੀ ਪਰ ਕਵੀ ਜਿਹਾ ਜ਼ਰੂਰ ਸੀ, ਖੁਸ਼ ਹੋ ਕੇ ਕਿਹਾ। ਸੋ ਇਹਨਾਂ ਤਿੰਨਾਂ ਦਾ ਅੰਬਾਲੇ ਜਾਣ ਤੋਂ ਪਹਿਲਾਂ ਪਟਿਆਲੇ ਜਾਣ ਦਾ ਫੈਸਲਾ ਹੋ ਗਿਆ। ਆਖਰ ਅੰਬਾਲਾ ਹੋਇਆ ਕਿ ਪਟਿਆਲਾ, ਫਰਕ ਤਾਂ ਦੋ ਅੱਖਰਾਂ ਅਤੇ 30 ਮੀਲਾਂ ਦਾ ਹੀ ਹੈ ਨਾ। ਬੱਸ 'ਤੇ ਚੱਲਣ ਦਾ ਸਮਾਂ ਹੋ ਗਿਆ ਅਤੇ ਡਰਾਈਵਰ ਦੇ ਹੌਰਨ ਦੇਣ ਉੱਤੇ ਇਹ ਤਿੰਨੇ ਬੱਸ 'ਚ ਚੜ੍ਹ ਗਏ। ਪਹਿਲੇ ਦੋ ਆਪਣੀਆਂ ਪਹਿਲੀਆਂ ਸੀਟਾਂ 'ਤੇ, ਕਵਿੱਤਰੀ ਜੀ ਬਾਰੀ ਨਾਲ ਅਤੇ ਕਵੀ ਜੀ ਵਿਚਕਾਰਲੀ ਸੀਟ 'ਤੇ ਜਾ ਬੈਠੇ। ਅਤੇ ਤੀਜੇ ਨੂੰ ਉਹਨਾਂ ਤੀਜੀ ਸੀਟ ਉੱਤੇ, ਜੋ ਸ਼ਾਇਦ ਹੁਣ ਤੱਕ ਖਾਲੀ ਚੱਲੀ ਆ ਰਹੀ ਸੀ, ਬਿਠਾ ਲਿਆ। ਇਹ ਤਰਤੀਬ ਸ਼ਾਇਦ ਕੁਝ ਐਟੀਕੇਟ ਦੇ ਉਲਟ ਸੀ, ਜਿਸ ਅਨੁਸਾਰ ਵਿਚਕਾਰਲੀ ਸੀਟ ਉੱਤੇ ਕਵਿੱਤਰੀ ਜੀ ਨੂੰ ਬੈਠਣਾ ਚਾਹੀਦਾ ਸੀ। ਪਰ ਤੀਜੇ ਦੀਵਾਨੇ ਨੇ ਇਸ 'ਚ ਕਵੀ ਜੀ ਦੀ ਥੋੜ੍ਹੀ ਜਿਹੀ ਖਿਮਾ ਕਰਨ ਯੋਗ ਖੁਦਗਰਜ਼ੀ ਸਮਝ ਕੇ ਭੁਲਾ ਛੱਡਿਆ। ਕੰਡਕਟਰ, ਮੇਰਾ ਸੂਟਕੇਸ ਦੇਖ ਉੱਤੇ ਹੈ ਨਾ, ਕੋਈ ਮੁਸਾਫਿਰ ਹੀ ਉਤਰਨ ਲੱਗਾ, ਨਾਲ ਤਾਂ ਨਹੀਂ ਲੈ ਗਿਆ? ਕਵਿੱਤਰੀ ਜੀ ਨੇ ਸੋਹਣੇ ਜਿਹੇ ਮਜ਼ਾਕ ਨਾਲ ਆਖਿਆ। ਠੀਕ ਹੈ ਬੀਬੀ ਜੀ, ਸਭ ਕੁਝ, ਫਿਕਰ ਨਾ ਕਰੋ ਤੁਸੀਂ। ਭਾਈ ਤਾਂ ਵੀ ਦੇਖ ਲੈ ਉੱਠ ਕੇ, ਉਹ ਹੀ ਹੈ ਨਾ ਚਮੜੇ ਦਾ ਸੂਟਕੇਸ, ਇੱਕੋ ਹੀ ਤਾਂ ਹੈ ਉੱਪਰ। ਹਾਂ ਉਹੀ, ਬਿਹਤਰ ਹੋਏ ਜੇ ਤੁਸੀਂ ਜਾਂ ਕਵੀ ਜੀ ਉੱਠ ਕੇ ਦੇਖ ਲੈਣ। ਉਹ ਕਵੀ ਥੋੜ੍ਹੀ ਜਿਹੀ ਸ਼ਰਾਰਤ ਨਾਲ ਆਖਿਆ, ਤੁਸੀਂ ਵੇਖ ਕੇ ਆਓ। ਕਵੀ ਜੀ ਨੇ ਉੱਤਰ ਦਿੱਤਾ, ਇੱਕੋ ਹੀ ਤਾਂ ਹੈ ਚਮੜੇ ਦਾ ਸੂਟਕੇਸ ਉੱਪਰ। ਤੂੰ ਯਾਰ ਮੇਰੇ ਨਾਲੋਂ ਵੀ ਥੱਕਿਆ ਹੋਇਆ ਜਾਪਦਾ। ਮੈਂ ਤਾਂ ਹਾਂ ਹੀ ਥੱਕਿਆ ਹੋਇਆ।
ਪਰ ਚੰਗਾ ਮੈਂ ਦੇਖ ਆਉਣਾ ਅਤੇ ਤੀਜਾ ਉੱਠ ਕੇ ਬੱਸ ਦੇ ਪਿਛਲੇ ਪਾਸੇ ਜਾ ਕੇ ਉੱਤਰ ਕੇ ਉੱਪਰ ਪਏ ਸੂਟ ਕੇਸ ਨੂੰ ਵੇਖ ਆਇਆ। ਉੱਥੇ ਤਾਂ ਦੋ ਨੇ ਚਮੜੇ ਦੇ ਸੂਟ ਕੇਸ, ਦੂਜਾ ਕੋਈ ਉਤਰਨ ਲੱਗਾ ਮੁਸਾਫਰ ਤਾਂ ਨਹੀਂ ਭੁੱਲ ਗਿਆ, ਉਹਨੇ ਹਲਕੇ ਜਿਹੇ ਮਜ਼ਾਕ ਨਾਲ ਆਖਿਆ। ਨਹੀਂ ਜੀ, ਇੱਕੋ ਹੋਏਗਾ, ਦੋ ਕਿੱਥੋਂ ਹੋਵੇ, ਕੰਡਕਟਰ ਨੇ ਝੂਠਾ ਜਿਹਾ ਹੋ ਕੇ ਕਿਹਾ, ਕਿਸੇ ਹੋਰ ਦਾ ਵੀ ਹੋਏਗਾ। ਭਾਈ, ਚਮੜੇ ਦਾ ਸੂਟ ਕੇਸ ਇਸ ਬੱਸ 'ਚ ਕਿਉਂ ਜੀ? ਇਹ ਕਿਹਦਾ ਸੂਟ ਕੇਸ ਹੈ ਚਮੜੇ ਦਾ ਛੱਤ ਉੱਤੇ? ਕੰਡਕਟਰ ਨੇ ਪੱਕ ਕਰਨ ਲਈ ਪੁਕਾਰਿਆ। ਵੀ ਭਾਈ, ਮੇਰਾ ਵੀ ਇਹ ਇੱਕ ਸੂਟ ਕੇਸ ਚਮੜੇ ਦਾ ਛੱਤ ਉੱਤੇ, ਇੱਕ ਇਸਤਰੀ ਬੱਸ ਦੇ ਪਿਛਲੇ ਪਾਸੇ ਤੋਂ ਬੋਲ ਉੱਠੀ ਅਤੇ ਕਈ ਮੁਸਾਫਰ ਹੱਸ ਪਏ। ਕੰਡਕਟਰ ਜਿਹੜਾ ਇੱਕ ਪਲ ਪਹਿਲਾਂ ਆਖਦਾ ਸੀ ਕਿ ਬੱਸ ਦੀ ਛੱਤ 'ਤੇ ਕੇਵਲ ਇੱਕੋ ਚਮੜੇ ਦਾ ਸੂਟ ਕੇਸ ਹੀ ਸ਼ਰਮਿੰਦਾ ਜਿਹਾ ਹੋ ਗਿਆ। ਸੁੱਖ, ਹੁਣ ਅੱਗੋਂ ਤੋਂ ਇਹ ਖਿਆਲ ਰੱਖਿਓ ਵੀ ਦੋ ਸੂਟ ਕੇਸ ਨੇ ਚਮੜੇ ਦੇ ਛੱਤ ਉੱਤੇ, ਕਵਿਤਰੀ ਨੇ ਗੱਲ ਮੁਕਾਉਣ ਲਈ ਆਖਿਆ ਅਤੇ ਬੱਸ ਲੁਧਿਆਣੇ ਤੋਂ ਤੁਰ ਪਈ। ਬੱਸ ਦਾ ਅਗਲਾ ਵਿਸ਼ਰਾਮ ਖੰਨੇ ਜਾ ਕੇ ਹੋਣਾ ਸੀ, ਜਿਹੜਾ ਪੰਧ ਕੋਈ ਪੌਣੇ ਕੁ ਘੰਟੇ ਦਾ ਸੀ। ਇਸ ਪੌਣੇ ਘੰਟੇ 'ਚ ਪਟਿਆਲੇ ਅਤੇ ਅੰਬਾਲੇ 'ਚ ਕਾਰਿਆਕ੍ਰਮ ਦੀ ਵੰਡ ਤੋਂ ਉਪਰੰਤ ਹੋਰ ਗੱਲ ਬਹੁਤ ਘੱਟ ਹੋਈ। ਹਾਂ, ਨਾਟਕਕਾਰ ਵੱਲੋਂ ਇੱਕ ਅਜਿਹਾ ਕਥਨ ਸੁਭਾਵਕ ਹੀ ਹੋ ਗਿਆ ਜਿਹਨੂੰ ਕਵਿਤਰੀ ਜੀ ਨੇ ਇੱਕ ਨਾਟਕ ਦਾ ਮੁੱਢ ਆਖ ਕੇ ਸਤਿਕਾਰਿਆ। ਉਂਝ ਕਹਿਣਾ ਤਾਂ ਨਹੀਂ ਚਾਹੀਦਾ ਕਿਸੇ ਨੂੰ, ਪਰ ਤੁਸੀਂ ਅੱਗੇ ਨਾਲੋਂ ਕੁਝ ਪਤਲੇ ਹੋ ਗਏ ਹੋ, ਨਾਟਕਕਾਰ ਨੇ ਕਵਿਤਰੀ ਜੀ ਨੂੰ ਆਖਿਆ। ਉਹਦਾ ਭਾਵ ਇਸ ਕਥਨ ਨਾਲ ਕਵਿਤਰੀ ਜੀ ਦੀ ਸਿਹਤ 'ਚ ਕੁਝ ਘਾਟਾ ਨਹੀਂ, ਸਗੋਂ ਉਹਦੇ ਰੂਪ ਵਿੱਚ ਕੁਝ ਵਾਧਾ ਦਰਸਾਉਣਾ ਸੀ। ਕਵਿਤਰੀ ਜੀ ਨੇ ਵੀ ਇਸ ਕਥਨ ਨੂੰ ਇਸੇ ਭਾਵ 'ਚ ਲਿਆ, ਪਰ ਪਹਿਲਾਂ ਇਹ ਆਖ ਕੇ ਕਿ ਤੁਸੀਂ ਆਪਣੇ ਨਾਟਕਾਂ ਦਾ ਮੁੱਢ ਇਸ ਤਰ੍ਹਾਂ ਕਰਦੇ ਹੋਵੋਗੇ, ਕਿਹਾ ਨਾਟਕੀ ਢੰਗ ਹੈ ਕਹਿਣ ਦਾ। ਮੈਨੂੰ ਤਾਂ ਇਸ ਕਥਨ 'ਚ ਵੀ ਇਹ ਥੱਕੇਵਾਂ ਹੀ ਪ੍ਰਤੀਤ ਹੁੰਦਾ ਕਿ ਤੁਸੀਂ ਇਹ ਥੱਕਿਆ ਹੋਇਆ ਵਾਲੀ ਗੱਲ ਨਹੀਂ ਕੀਤੀ, ਕਵੀ ਜੀ ਨੇ ਆਪਣੀ ਅਣਥੱਕ ਹੋਣ ਦੇ ਰੂਪ 'ਚ ਆਖਿਆ। ਠੀਕ ਠੀਕ ਆਖਦੇ ਹੋਵੋਗੇ, ਪਰ ਹੈ ਇਹ ਕਥਨ ਨਾਟਕੀ, ਕਵਿਤਰੀ ਜੀ ਨੇ ਹੱਟ ਕੀਤਾ। ਤਾਂ ਮੈਂ ਇਸ ਮੁੱਢ ਵਾਲੇ ਨਾਟਕ ਨੂੰ ਥੱਕੇ ਹੋਏ ਦਾ ਨਾਮ ਦਿਆਂਗਾ, ਨਾਟਕਕਾਰ ਨੇ ਖੁਸ਼ ਹੋ ਕੇ ਆਖਿਆ। ਖੰਨਾ ਆ ਗਿਆ, ਬੱਸ ਖੜ੍ਹੀ ਹੋ ਗਈ, ਕੁਝ ਮੁਸਾਫਰ ਉਤਰ ਗਏ ਅਤੇ ਹੋਰ ਉਹਨਾਂ ਦੀ ਥਾਂ ਚੜ੍ਹਨ ਲੱਗੇ। ਕਵਿਤਰੀ ਜੀ ਨੇ ਫਿਰ ਆਵਾਜ਼ ਦਿੱਤੀ, ਮੇਰੇ ਸੂਟਕੇਸ ਦਾ ਖਿਆਲ ਰੱਖੀ ਕੰਡਕਟਰ। ਕੰਡਕਟਰ ਨੇ ਤਾਂ ਕੀ ਖਿਆਲ ਰੱਖਣਾ, ਅਸੀਂ ਰੱਖਾਂਗੇ, ਕਵੀ ਜੀ ਨੇ ਕਿਹਾ। ਪਰ ਉਹ ਆਪਣੀ ਥਾਂ ਤੋਂ ਨਾ ਉੱਠੇ, ਹਾਂ ਬਾਰੀ ਵਿੱਚੋਂ ਬਾਹਰ ਨੂੰ ਵੇਖਣ ਲੱਗ ਪਏ, ਤਾਂ ਜੇ ਕੋਈ ਉੱਤਰ ਦਾ ਮੁਸਾਫਰ ਉਹ ਸੂਟਕੇਸ ਨੂੰ ਲਈ ਜਾਂਦਾ ਹੋਵੇ ਤਾਂ ਰੋਕ ਲੈਣ। 3 ਕੁ ਮਿੰਟ ਵਿਸ਼ਰਾਮ ਪਿੱਛੋਂ ਬੱਸ ਦੇ ਡਰਾਈਵਰ ਨੇ ਹੌਰਨ ਦਿੱਤਾ। ਕਵਿਤਰੀ ਜੀ ਨੇ ਪੱਕ ਕਰਨ ਲਈ ਫਿਰ ਕੰਡਕਟਰ ਨੂੰ ਪੁਕਾਰਿਆ। ਕੰਡਕਟਰ ਨੇ ਉਹਨਾਂ ਨੂੰ ਤਸੱਲੀ ਕਰਾਈ ਕਿ ਸੂਟਕੇਸ ਸਹੀ ਸਲਾਮਤ ਛੱਤ ਉੱਤੇ ਪਿਆ। ਪਟਿਆਲੇ ਆਉਣ ਤੋਂ ਪਹਿਲਾਂ ਹੁਣ 2 ਵਿਸ਼ਰਾਮ ਹੋਰ ਸਨ, ਸਰਹੰਦ ਅਤੇ ਰਾਜਪੁਰੇ ਦਾ। ਸਰਹੰਦ ਦਾ ਵਿਸ਼ਰਾਮ ਕੋਈ ਏਡਾ ਵੱਡਾ ਨਹੀਂ ਸੀ, ਉੱਥੇ ਕੇਵਲ 1-2 ਮੁਸਾਫਰ ਉਤਰੇ ਅਤੇ ਚੜ੍ਹੇ, ਸ਼ਾਇਦ ਕੋਈ ਵੀ ਨਾ। ਪਰ ਰਾਜਪੁਰੇ ਆ ਕੇ ਉਤਰਨ ਵਾਲੇ ਮੁਸਾਫਰਾਂ ਦੀ ਗਿਣਤੀ ਚੌਖੀ ਸੀ, ਇਸ ਕਰਕੇ ਕਵਿਤਰੀ ਜੀ ਨੂੰ ਸੂਟਕੇਸ ਬਾਰੇ ਵਧੇਰੇ ਚਿੰਤਾ ਹੋਣੀ ਸੁਭਾਵਕ ਸੀ। ਇੱਥੇ ਤਾਂ ਹੁਣ ਤੁਹਾਨੂੰ ਉਤਰਨਾ ਹੀ ਪਏਗਾ, ਨਾਟਕਕਾਰ ਨੇ ਕਵੀ ਜੀ ਨੂੰ ਆਖਿਆ। ਇੱਕ ਤਾਂ ਤੁਹਾਡੀ ਵਾਰੀ ਹੈ, ਦੂਜਾ ਇੱਥੇ ਮੁਸਾਫਰ ਇੰਨੇ ਉਤਰੇ ਨੇ। ਕਵੀ ਜੀ ਨੂੰ ਸੀਟ ਛੱਡਣੀ ਔਖੀ ਤਾਂ ਬਹੁਤ ਪ੍ਰਤੀਤ ਹੋ ਰਹੀ ਸੀ, ਪਰ ਐਤਕੀ ਉਹਨਾਂ ਨੂੰ ਉੱਠਣਾ ਹੀ ਪਿਆ। ਇਸ ਕਾਰਨ ਕਵੀ ਜੀ ਅਤੇ ਨਾਟਕਕਾਰ 'ਚ ਸੀਟਾਂ ਦੀ ਬਦਲੀ ਹੋ ਗਈ, ਜਿਸ ਉੱਤੇ ਸਾਰੇ ਜਣੇ ਮੁਸਕਰਾ ਦਿੱਤੇ। ਪਟਿਆਲਾ ਆ ਗਿਆ, ਪਰ ਅੰਤਿਮ ਵਿਸ਼ਰਾਮ ਤੋਂ ਪਹਿਲਾਂ ਬੱਸ ਨੂੰ ਚੁੰਗੀ ਦੀ ਚੌਂਕੀ ਉੱਤੇ ਆ ਕੇ ਖਲੋਣਾ ਪਿਆ। ਐਤਕੀ ਮੈਂ ਆਪ ਵੇਖ ਕੇ ਆਉਂਦੀ ਹਾਂ, ਆਖ ਕੇ ਕਵਿਤਰੀ ਜੀ ਦੋਵਾਂ ਸਾਥੀਆਂ ਪਾਸੋਂ ਲੰਘ ਕੇ ਬੱਸ ਤੋਂ ਉਤਰ ਗਏ। ਉਹਨਾਂ ਨੇ ਕੰਡਕਟਰ ਨੂੰ ਬੁਲਾ ਕੇ ਸੂਟਕੇਸ ਉਤਾਰ ਕੇ ਕੁਝ ਪੜਤਾਲ ਵੀ ਕੀਤੀ ਅਤੇ ਸੂਟਕੇਸ ਮੁੜ ਛੱਤ 'ਤੇ ਰਖਵਾ ਦਿੱਤਾ। ਹੁਣ ਉਹ ਮੁੜ ਕੇ ਬੱਸ 'ਚ ਆਏ ਤਾਂ ਉਹਨਾਂ ਕਵੀ ਜੀ ਨੂੰ ਅਤੇ ਨਾਟਕਕਾਰ ਨੂੰ ਹੋਰ ਅੱਗੇ ਖਿਸਕਣਾ ਪਿਆ ਅਤੇ ਕਵਿਤਰੀ ਜੀ 3 ਸੀਟ 'ਤੇ ਬੈਠ ਗਏ। ਅੰਤਿਮ ਵਿਸ਼ਰਾਮ ਉੱਤੇ ਜਦੋਂ ਸਾਰੇ ਉਤਰੇ, ਨਾਟਕਕਾਰ ਦਾ ਅਟੈਚੀ ਕੇਸ ਗੁੰਮ ਸੀ। ਮੇਰਾ ਅਟੈਚੀ ਕੇਸ? ਨਾਟਕਕਾਰ ਨੇ ਘਬਰਾ ਕੇ ਆਖਿਆ। ਤੁਹਾਡਾ ਅਟੈਚੀ ਕੇਸ? ਕਵਿਤਰੀ ਜੀ ਨੇ ਹੈਰਾਨ ਹੋ ਕੇ ਦੁਹਰਾਇਆ। ਚੁੱਕਿਆ ਗਿਆ ਭਾਵੇਂ, ਕਵੀ ਜੀ ਇਸ ਬਾਰੇ
ਥੱਕਿਆ ਹੋਇਆ ਵਾਕਰ ਬੋਲੇ, ਅਟੈਚੀ ਕੇ ਸਾਰੀ ਬੱਸ 'ਚ ਕਿਧਰੇ ਨਹੀਂ ਸੀ ਦਿਸਦਾ। ਉਹਨਾਂ ਨੇ ਉੱਤਰ ਦੇ ਅਤੇ ਉੱਤਰ ਕੇ ਜਾ ਰਹੇ ਮੁਸਾਫਰਾਂ ਵੱਲ ਤੱਕਿਆ, ਪਰ ਕਿਸੇ ਪਾਸੋਂ ਅਟੈਚੀ ਕੇਸ ਨਜ਼ਰ ਨਾ ਆਇਆ। ਕਿੰਨਾ ਕੁ ਨੁਕਸਾਨ ਹੋ ਗਿਆ, ਕਵਿਤਰੀ ਜੀ ਨੇ ਚਿੰਤਾਤੁਰ ਹੋ ਕੇ ਪੁੱਛਿਆ। ਮੇਰੇ ਸੂਟਕੇਸ ਦਾ ਖਿਆਲ ਰੱਖਦੇ ਰੱਖਦੇ ਆਪਣੇ ਅਟੈਚੀ ਕੇਸ ਦਾ ਖਿਆਲ ਹੀ ਭੁਲਾ ਬੈਠੇ। ਕੀ ਕੁਝ ਸੀ ਅਟੈਚੀ 'ਚ? ਹੋਰ ਤਾਂ ਕੋਈ ਐਡੀ ਚੀਜ਼ ਨਹੀਂ ਸੀ, ਪਹਿਨਣ ਵਾਲੇ ਇੱਕ ਦੋ ਕੱਪੜੇ, ਚੱਪਲਾਂ, ਦਾਤਣ ਦਾ ਸਮਾਨ ਸੀ, ਪਰ ਨਾਲ ਦੋ ਚੰਗੇ ਮੁੱਲ ਦੀਆਂ ਪੁਸਤਕਾਂ ਅਤੇ ਇੱਕ ਨਾਟਕ ਦਾ ਖਰੜਾ ਸੀ। ਨਾਟਕਕਾਰ ਨੇ ਆਪਣੀ ਉਦਾਸੀ ਨੂੰ ਦਬਾਉਣ ਦਾ ਯਤਨ ਕਰਦੇ ਕਿਹਾ, ਨਾਟਕ ਦਾ ਨਾਂ ਕੀ ਸੀ? ਕਵੀ ਜੀ ਨੇ ਖਿਮਾ ਯੋਗ ਸ਼ਰਾਰਤ ਨਾਲ ਪੁੱਛਿਆ। ਥੱਕੇ ਹੋਏ? ਥੱਕੇ ਹੋਏ ਤਾਂ ਹਾਲੇ ਲਿਖਣਾ ਹੈ, ਇਹ ਤਾਂ ਇੱਕ ਇਤਿਹਾਸਕ ਨਾਟਕ ਸੀ। ਚਲੋ ਕੋਈ ਨਹੀਂ, ਇਹ ਨਾਟਕ ਗੁੰਮ ਹੋ ਗਿਆ ਤਾਂ ਇੱਕ ਮਿਲ ਵੀ ਗਿਆ ਨਾ, ਜੇ ਨਾ ਥੱਕੇ ਹੋਏ। ਇਹ ਸ਼ਾਇਦ ਤੁਹਾਡੇ ਇਤਿਹਾਸਕ ਨਾਟਕ ਨਾਲੋਂ ਚੰਗੇਰਾ ਨਾਟਕ ਬਣੇਗਾ। ਕਵੀ ਜੀ ਨੇ ਉਸੇ ਬੋਲ 'ਚ ਗੱਲ ਜਾਰੀ ਰੱਖੀ। ਉਂਝ ਤਾਂ ਇੱਕ ਕਹਾਣੀ ਵੀ ਮਿਲ ਗਈ ਨਫੇ ਵਿੱਚ। ਨਾਟਕਕਾਰ ਨੇ ਅਟੈਚੀ ਕੇਸ ਦੇ ਗੁੰਮ ਹੋ ਜਾਣ ਦੀ ਚਿੰਤਾ ਨੂੰ ਦੂਰ ਕਰਕੇ ਹਾਸੇ ਜਿਹੇ ਨਾਲ ਆਖਿਆ, ਕਹਾਣੀ ਦਾ ਕੀ ਨਾਂ ਹੋਏਗਾ? ਸੂਟਕੇਸ। ਨਾਟਕਕਾਰ ਨੇ ਜਵਾਬ ਦਿੱਤਾ ਅਤੇ ਤਿੰਨੇ ਜਣੇ ਹੱਸ ਪਏ। ਮੈਨੂੰ ਤੁਹਾਡੇ ਨਾਟਕ ਦੇ ਖਰੜੇ ਦੇ ਗੁੰਮ ਹੋ ਜਾਣ ਦਾ ਤਾਂ ਸ਼ੌਕ ਹੈ, ਹੋਰ ਤਾਂ ਕੋਈ ਗੱਲ ਨਹੀਂ। ਕਵਿਤਰੀ ਜੀ ਨੇ ਗੱਲ ਨੂੰ ਜਿਵੇਂ ਨਵੇਂ ਸਿਰੇ ਤੋਂ ਚਾਲੂ ਕੀਤਾ। ਸੁੱਖ ਹੈ ਤੁਹਾਡਾ ਸੂਟਕੇਸ ਨਹੀਂ ਗੁਆਚਾ। ਨਾਟਕਕਾਰ ਨੇ ਆ ਕੇ ਕਵਿਤਰੀ ਦੇ ਸੂਟਕੇਸ ਵੱਲ ਵੇਖਿਆ, ਜਾਣੋ ਤਾੜ ਰਿਹਾ ਹੋਵੇ ਕਿ ਉਸ 'ਚ ਕਿੰਨੀਆਂ ਕੁ ਵਡਮੁੱਲੀਆਂ ਵਸਤਾਂ ਹਨ। ਫਿਰ ਪੁੱਛਿਆ, ਕਿੰਨਾ ਕੁ ਮਾਲ ਹੈ ਇਸ 'ਚ? ਗਹਿਣਾ ਗੱਟਾ ਵੀ ਹੋਏਗਾ? ਨਹੀਂ, ਕੁਝ ਵੀ ਨਹੀਂ। ਕਵਿਤਰੀ ਨੇ ਹਲਕਾ ਜਿਹਾ ਹੱਸ ਕੇ ਦੱਸਿਆ, ਕੇਵਲ ਰਾਤ ਨੂੰ ਪਹਿਨਣ ਦਾ ਕੱਪੜਿਆਂ ਦਾ ਜੋੜਾ, ਇੱਕ ਚੱਪਲ ਅਤੇ ਕੁਝ ਐਸਾ ਵੈਸਾ ਸਮਾਨ, ਪਾਊਡਰ, ਸੁਰਖੀ ਬਿੰਦੀ ਆਦਿ। ਕਵੀ ਜੀ ਨੇ ਕੋਲੋਂ ਵਧਾ ਦਿੱਤਾ। ਮੈਨੂੰ ਬੜਾ ਅਫਸੋਸ ਹੈ, ਕਵਿਤਰੀ ਨੇ ਫਿਰ ਸ਼ੋਕਮਾਨ ਹੋ ਕੇ ਆਖਿਆ। ਅੱਛਾ, ਹੁਣ ਅਫਸੋਸ ਕਰਨ ਦਾ ਤਾਂ ਕੋਈ ਫਾਇਦਾ ਨਹੀਂ। ਨਾਟਕਕਾਰ ਨੇ ਆਖਿਆ, ਹੁਣ ਚੱਲਣਾ ਕਿੱਧਰ ਨੂੰ ਹੈ? ਜੇ ਪਹਿਲਾਂ ਮੇਰਾ ਖਿਆਲ ਹੈ ਮੈਂ ਅੰਬਾਲੇ ਨੂੰ ਹੀ ਚਲੀ ਜਾਵਾਂ। ਜੇ ਤੁਹਾਡੇ ਪ੍ਰੋਗਰਾਮਾਂ ਮੁਤਾਬਕ ਠਹਿਰਾਂਗੀ ਤਾਂ ਅੰਬਾਲੇ ਕਵੀ ਦਰਬਾਰ ਦਾ ਸਮਾਂ ਬੀਤ ਜਾਏਗਾ। ਕਵਿਤਰੀ ਜੀ ਨੇ ਆ ਕੇ ਦੂਜਿਆਂ ਨੂੰ ਹੈਰਾਨ ਕਰ ਦਿੱਤਾ। ਤੁਸੀਂ ਹੁਣ ਸਾਡੇ ਨਾਲ ਨਹੀਂ ਜਾਓਗੇ? ਕਵੀ ਜੀ ਨੇ ਹੈਰਾਨ ਹੋ ਕੇ ਪੁੱਛਿਆ। ਸਾਨੂੰ ਨਹੀਂ ਨਾਲ ਲੈ ਚੱਲਣਾ ਅੰਬਾਲੇ? ਤੁਹਾਨੂੰ ਨਾਲ ਲੈ ਜਾਣ ਦਾ ਤਾਂ ਬਥੇਰਾ ਯਤਨ ਕੀਤਾ, ਪਰ ਤੁਸੀਂ ਆਪਣਾ ਇੱਥੋਂ ਦਾ ਪ੍ਰੋਗਰਾਮ ਨਾ ਖੁੰਝਾਓ। ਅਸੀਂ ਅੰਬਾਲੇ ਵੇਲੇ ਸਿਰ ਕਦੀ ਵੀ ਨਹੀਂ ਪਹੁੰਚ ਸਕਦੇ, ਸੋ ਮੈਂ ਹੁਣ ਇਹੋ ਸੋਚਿਆ ਕਿ ਮੈਂ ਅੰਬਾਲੇ ਨੂੰ ਜਾਵਾਂ ਅਤੇ ਤੁਹਾਨੂੰ ਪਟਿਆਲੇ ਨੂੰ ਨਿਹਾਲ ਕਰਨ ਲਈ ਛੱਡ ਜਾਵਾਂ। ਇਹ ਆ ਕੇ ਕਵਿਤਰੀ ਜੀ ਆਪਣੇ ਸੁਭਾਅ ਅਨੁਸਾਰ ਫਿਰ ਜ਼ਰਾ ਕੁ ਮੁਸਕਰਾਏ। ਇਹ ਫੈਸਲਾ ਭਾਵੇਂ ਉਦੋਂ ਕੀਤਾ ਜੀ ਜਦੋਂ ਚੁੰਗੀ ਦੀ ਚੌਕੀ ਦੇ ਬੱਸ ਵਿੱਚ ਉਤਰੇ ਸੀ। ਹਾਂ, ਪਰ ਮੈਂ ਪਹਿਲਾਂ ਵੀ ਸੋਚਦੀ ਸੀ ਫੈਸਲਾ ਸ਼ਾਇਦ ਉਦੋਂ ਹੀ ਕਰ ਸਕੀ ਜਦੋਂ ਕਵੀ ਜੀ ਦੇ ਪਾਸੋਂ ਉੱਠ ਕੇ ਇਹਨਾਂ ਦੇ ਜਾਦੂ ਦੇ ਘੇਰੇ ਵਿੱਚੋਂ ਨਿਕਲ ਗਈ ਅਤੇ ਅੰਬਾਲੇ ਦੀ ਬੱਸ ਦੇਖਣ ਦਾ ਵੀ ਕੁਝ ਪ੍ਰਭਾਵ ਪਿਆ। ਕਵਿਤਰੀ ਜੀ ਨੇ ਸਭ ਕੁਝ ਸੁਹਾਣੇ ਜਿਹੇ ਮਜ਼ਾਕ ਨਾਲ ਆਖ ਦਿੱਤਾ। ਅੰਬਾਲੇ ਜਾਣ ਵਾਲੀ ਬੱਸ ਵੀ ਤਿਆਰ ਖੜ੍ਹੀ ਹੈ। ਮੇਰਾ ਖਿਆਲ 'ਚ ਇਹੋ ਸਿਆਣਾ ਫੈਸਲਾ ਹੈ, ਨਾਟਕਕਾਰ ਨੇ ਸੋਚ ਵਿਚਾਰ ਕੇ ਸੰਮਤੀ ਦਿੱਤੀ। ਸਾਨੂੰ ਐਡੇ ਖੁਦਗਰਜ਼ ਨਹੀਂ ਹੋਣਾ ਚਾਹੀਦਾ ਕਿ ਅੰਬਾਲੇ ਦੇ ਕਵੀ ਦਰਬਾਰ ਨੂੰ ਤੁਹਾਡੀ ਕਵਿਤਾ ਤੋਂ ਮਰਹੂਮ ਰੱਖੀਏ। ਪਰ ਮੈਂ ਤੁਹਾਡੀ ਬਹੁਤ ਦੇਣਦਾਰ ਹਾਂ। ਮੇਰੇ ਸੂਟਕੇਸ ਨਹੀਂ, ਤੁਹਾਡਾ ਅਟੈਚੀ ਕੇਸ ਗੁਆਇਆ। ਛੱਡੋ ਜੀ, ਭੁੱਲ ਜਾਓ ਹੁਣ ਮੇਰੇ ਅਟੈਚੀ ਕੇਸ ਨੂੰ। ਨਹੀਂ, ਮੈਂ ਭੁੱਲ ਨਹੀਂ ਸਕਾਂਗੀ, ਕਵਿਤਰੀ ਜੀ ਨੇ ਉਪਰੀ ਜੀ ਉਪਭਾਵਤਾ ਨਾਲ ਆਖਿਆ। ਅੰਬਾਲੇ ਜਾਣ ਵਾਲੀ ਬੱਸ ਨੇ ਹੌਰਨ ਦਿੱਤਾ। ਆਪਣੇ ਸਾਥੀਆਂ ਪਾਸੋਂ ਰੁਖਸਤ ਲੈ ਕੇ ਕਵਿਤਰੀ ਜੀ ਉਸ 'ਚ ਜਾ ਬੈਠੇ। ਥੋੜ੍ਹੇ ਦਿਨਾਂ ਪਿੱਛੋਂ ਨਾਟਕਕਾਰ ਨੂੰ ਕਵਿਤਰੀ ਜੀ ਵੱਲੋਂ ਇੱਕ ਚੌਖੇ ਆਕਾਰ ਦਾ ਪਾਰਸਲ ਮਿਲਿਆ, ਜਿਸ ਵਿੱਚ ਉਹਨਾਂ ਦਾ ਉਹੀ ਅਟੈਚੀ ਕੇਸ ਸੀ ਜੋ ਉਹਨਾਂ ਭਾਣੇ ਪਟਿਆਲੇ ਦੇ ਸਫ਼ਰ 'ਚ ਗੁੰਮ ਹੋ ਗਿਆ ਸੀ। ਇਸ ਅਟੈਚੀ ਕੇਸ ਵਿੱਚ ਉਹਨਾਂ ਦੇ ਨਾਟਕ ਦੇ ਖਰੜੇ ਤੋਂ ਉਪਰੰਤ ਇੱਕ ਦੱਥਾ ਕਵਿਤਰੀ ਜੀ ਦੀਆਂ ਕਵਿਤਾਵਾਂ ਦਾ ਵੀ ਸੀ। ਮੈਂ ਤੁਹਾਡੇ ਨਾਟਕ ਦਾ ਖਰੜਾ ਪੜ੍ਹਿਆ ਹੈ ਅਤੇ ਤੁਹਾਨੂੰ ਉਹਦੇ ਬਦਲੇ ਹੁਣ ਮੇਰੀਆਂ ਕਵਿਤਾਵਾਂ ਪੜ੍ਹਨੀਆਂ ਪੈਣਗੀਆਂ।
ਧੰਨਵਾਦ। ਅਗਲੀ ਕਹਾਣੀ ਹੈ ਹੁਣ ਮੈਂ ਉਸਨੂੰ ਜਾਣਦਾ ਹਾਂ। ਉਦੋਂ ਮੈਂ ਉਹਨੂੰ ਜਾਣਦਾ ਨਹੀਂ ਸੀ। ਉਹ ਹਾਲੇ ਮਸਾਂ 6 ਵਰਿਆਂ ਦਾ ਹੋਇਆ ਸੀ। ਮੇਰੇ ਆਪਣੇ ਇੱਕੋ ਇੱਕ ਪੁੱਤਰ ਦਾ ਹਾਣੀ, ਪਰ ਇਸ ਤੋਂ ਵੀ ਵੱਧ ਮੇਰੇ ਮਨ 'ਚ ਉਸ ਲਈ ਸਨੇਹ ਸ਼ਾਇਦ ਉਹਦੇ ਪਿਤਾ ਕਰਕੇ ਸੀ, ਜੋ ਮੇਰੀ ਚੜ੍ਹਦੀ ਜਵਾਨੀ ਸਮੇਂ ਇੱਕ ਜਵਾਨ 13 ਸਾਲ ਦਾ ਅਲੂਆਂ ਜਿਹਾ ਮੁੰਡਾ ਸੀ, ਜਿਹੜਾ ਇੱਕ ਦਿਨ ਜਿਹੜੀ ਹਵੇਲੀ 'ਚ ਮੈਂ ਉਤਰਿਆ ਹੋਇਆ ਸਾਂ ਉਸ 'ਚ ਕਬੂਤਰ ਪਕੜਨ ਆਇਆ ਸੀ। ਉਸ ਹਵੇਲੀ ਦੇ ਵਧੇਰੇ ਵਾਸੀ ਦੇਸ਼ ਪ੍ਰਦੇਸ਼ ਰੁਜ਼ਗਾਰ ਦੀ ਭਾਲ 'ਚ ਪਿੰਡ ਖਿੰਡ ਪੁੰਡ ਚੁੱਕੇ ਸਨ। ਕੇਵਲ ਇੱਕ ਬੁੱਢੀ ਅਤੇ ਬੁੱਢਾ ਉੱਥੇ 2 ਕਮਰਿਆਂ 'ਚ ਰਹਿੰਦੇ ਸਨ ਅਤੇ ਬਾਕੀ ਸਾਰੀ ਹਵੇਲੀ 'ਚ ਕਬੂਤਰ ਗੁਟਰਗੂੰ ਕਰਦੇ ਸੁਣੇ ਜਾ ਸਕਦੇ ਸੀ। ਇਹਨਾਂ ਕਬੂਤਰਾਂ ਨੂੰ ਉਸ ਦਿਨ ਉਹ ਮੁੰਡਾ ਫੜਨ ਦੇ ਯਤਨ ਕਰ ਰਿਹਾ ਸੀ। ਇਸ ਲਈ ਨਹੀਂ ਕਿ ਉਹਨੇ ਉਹ ਕਬੂਤਰ ਫੜ ਕੇ ਆਪ ਖਾਣੇ ਸਨ ਜਾਂ ਹੋਰ ਕਿਸੇ ਖਾਣ ਵਾਲੇ ਕੋਲ ਵੇਚਣੇ ਸਨ। ਉਹਦਾ ਮੰਤਵ ਪੱਕੀ ਤਰ੍ਹਾਂ ਨਾਲ ਉਹਨਾਂ ਕਬੂਤਰਾਂ ਨੂੰ ਪਕੜਨਾ ਵੀ ਨਹੀਂ ਸੀ। ਉਹ ਕੇਵਲ ਉਹਨਾਂ ਨੂੰ ਪਕੜਨ ਖੇਡਦਾ ਸੀ ਅਤੇ ਇਸ ਖੇਡ ਵਿੱਚ ਉਹਦੀ ਹੀ ਉਮਰ ਦੀ ਇੱਕ ਗੁਆਂਢ ਦੀ ਕੁੜੀ ਉਹਦੀ ਸਹਾਇਕ ਸੀ। ਫਿਰ ਉਸ ਮੁੰਡੇ ਅਤੇ ਉਸ ਕੁੜੀ ਦਾ ਵਿਆਹ ਹੋ ਗਿਆ, ਕਿਉਂਕਿ ਉਹ ਕੁੜੀ ਉਸ ਮੁੰਡੇ ਦੇ ਪਿੰਡ ਦੀ ਜਾਂ ਗੋਤ ਦੀ ਨਹੀਂ ਸੀ। ਉਹਦੇ ਗੁਆਂਢ ਵਿੱਚ ਬਾਹਰੋਂ ਰਿਸ਼ਤੇਦਾਰੀ 'ਚ ਆਪਣੀ ਭੂਆ ਕੋਲ ਸ਼ਾਇਦ ਪੜ੍ਹਨ ਆਈ ਹੋਈ ਸੀ। ਪਰ ਇਹਨਾਂ ਦੋਹਾਂ ਦਾ ਵਿਆਹ ਇਸ ਛੋਟੀ ਉਮਰ ਦੇ ਸੇਲਪੁਣੇ ਵਿੱਚੋਂ ਉਤਪੰਨ ਹੋਏ ਕਿਸੇ ਰੋਮਾਂਚਿਕ ਪ੍ਰੇਮ ਦਾ ਫਲ ਰੂਪ ਨਹੀਂ ਸੀ। ਭਾਵੇਂ ਜੇ ਇਉਂ ਹੋਇਆ ਹੁੰਦਾ ਤਾਂ ਕੋਈ ਅਲੌਕਿਕ ਅਸਮਾਜਿਕ ਜਾਂ ਮਰਿਆਦਾ ਵਿਰੋਧੀ ਗੱਲ ਨਹੀਂ ਸੀ ਹੋਈ, ਨਾ ਹੀ ਇਸ ਵਿਆਹ ਦੇ ਪਿੱਛੋਂ ਕੋਈ ਅਜਿਹਾ ਰੋਮਾਂਚਿਕ ਹੋਏ ਸੀ। ਕੇਵਲ ਦੋਹਾਂ ਦੇ ਮਾਪਿਆਂ ਨੇ ਕੁਝ ਸਾਲਾਂ ਪਿੱਛੋਂ ਦੋਹਾਂ ਨੂੰ ਹਾਣ ਪ੍ਰਵਾਨ ਸਮਝ ਕੇ ਅਤੇ ਪੁਰਾਣੀਆਂ ਰਿਸ਼ਤੇਦਾਰੀਆਂ ਦੇ ਅਨੁਕੂਲ ਉਹਨਾਂ ਦਾ ਸੰਯੋਗ ਕਰ ਦਿੱਤਾ। ਫਿਰ ਇਹ ਮੁੰਡਾ ਜਵਾਨ ਹੋ ਕੇ ਫੌਜ 'ਚ ਭਰਤੀ ਹੋ ਗਿਆ, ਅੰਗਰੇਜ਼ੀ ਸਾਮਰਾਜ ਦੀ ਭਾਰਤੀ ਸੈਨਾ ਵਿੱਚ। ਪਰ ਜਦੋਂ 1941 'ਚ ਦੂਜੇ ਸੰਸਾਰ ਯੁੱਧ ਦੇ ਦੌਰਾਨ ਉਹਦੇ ਰਸਾਲੇ ਨੂੰ ਸਮੁੰਦਰੋਂ ਪਾਰ ਜਾਣ ਦਾ ਹੁਕਮ ਹੋਇਆ ਤਾਂ ਇਹ ਮੁੰਡਾ ਉਹਨਾਂ ਵਿੱਚ ਸੀ ਜਿਨ੍ਹਾਂ ਨੇ ਜਹਾਜ਼ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਇਹ ਮੁੰਡਾ ਮੇਰੇ ਮਾਨਸਿਕ ਸੰਸਾਰ 'ਚ ਇੱਕ ਯੋਧਾ ਬਣ ਗਿਆ ਸੀ ਅਤੇ ਮੇਰਾ ਉਸ ਨਾਲ ਪਿਆਰ ਅਗਿਆਤ ਹੀ ਵੱਧ ਗਿਆ ਸੀ। ਇਸ ਮੁੰਡੇ ਨੂੰ ਉਸ ਇਨਕਾਰ ਦੇ ਅਪਰਾਧ 'ਚ 5 ਸਾਲ ਕੈਦ ਸਖ਼ਤ ਦੀ ਸਜ਼ਾ ਮਿਲੀ ਸੀ ਅਤੇ ਉਹ 47 ਦੀ ਆਜ਼ਾਦੀ ਤੋਂ ਥੋੜ੍ਹਾ ਚਿਰ ਪਹਿਲਾਂ ਹੀ ਰਿਹਾਅ ਹੋ ਕੇ ਆਇਆ ਸੀ। ਹੁਣ ਇਸ ਮੁੰਡੇ ਦਾ ਇੱਕੋ ਇੱਕ ਪੁੱਤਰ 6 ਵਰਿਆਂ ਦਾ ਮੇਰੇ ਇੱਕੋ ਇੱਕ ਪੁੱਤਰ ਜਿਹੜਾ ਸੀ, ਪਰ ਮੈਂ ਉਸ 6 ਸਾਲ ਦੇ ਦੂਜੇ ਮੁੰਡੇ ਨੂੰ ਇੰਨਾ ਕੁਝ ਜਾਣਦਾ ਹੋਇਆ ਵੀ ਨਹੀਂ ਸੀ ਜਾਣਦਾ। ਕਿਸੇ ਬੰਦੇ ਨੂੰ ਜਾਣਨ ਲਈ ਉਸ ਉਮਰੇ ਕਿੰਨਾ ਕੁਝ ਜਾਣਨਾ ਪੈਂਦਾ, ਉਹਦਾ ਜਨਮ ਗੋਤ, ਉਹਦੇ ਪਿਤਾ ਦਾ ਜਨਮ ਅਤੇ ਗੋਤ, ਉਹਦੀ ਮਾਤਾ ਦਾ ਜਨਮ ਅਤੇ ਗੋਤ ਅਤੇ ਉਹਨਾਂ ਦੀ ਸੰਯੋਗ ਦੀ ਪਿੱਠ ਭੂਮੀ ਦੀ ਮਰਿਆਦਾ ਜਾਂ ਰੋਮਾਂਸ ਅਤੇ ਇਸ ਤੋਂ ਕਈ ਕੁਝ ਵੱਧ, ਤਾਂ ਜਾ ਕੇ ਕਿਸੇ ਬੰਦੇ ਨੂੰ ਥੋੜ੍ਹਾ ਬਹੁਤ ਜਾਣਨ ਲੱਗੀਦਾ। ਇੱਕ ਗੱਲ ਹੋਰ ਜਿਹੜੀ ਮੈਨੂੰ ਇਸ ਮੇਰੇ ਨਵੇਂ ਮਿੱਤਰ ਬਾਰੇ ਪਤਾ ਲੱਗੀ ਹੈ ਉਹ ਇਹ ਹੈ, ਇਹਦੇ ਪਿਤਾ ਦੇ 2 ਭਾਈ ਬੰਦ ਖੇਤੀ ਕਰਦੇ ਸੀ। ਆਪਣੀ ਮਾਲਕੀ ਦੀ ਭੋਏ ਘੱਟ ਹੋਣ ਕਰਕੇ ਉਹ ਕੁਝ ਭੋਏ ਵਟਾਈ ਉੱਤੇ ਵੀ ਲੈ ਲੈਂਦੇ। ਪਿਛਲੀਆਂ ਹਾੜੀਆਂ ਸਮੇਂ ਮੈਨੂੰ ਉਹਦੇ ਇੱਕ ਤਾਏ ਨੇ ਕਦੀ ਫੇਰ ਜਾ ਕੇ ਦੱਸਿਆ ਕਿ ਉਹ ਵਟਾਈ ਵਾਲੇ ਘਰ ਦੀ ਕਣਕ ਦਾ ਗੱਡਾ ਲੱਦ ਕੇ ਉਹਦੇ ਘਰ ਛੱਡਣ ਗਏ ਅਤੇ ਇਹ ਮੁੰਡਾ ਵੀ ਉਹਨਾਂ ਨਾਲ ਉੱਥੇ ਚਲਾ ਗਿਆ। ਤਾਇਆ ਜੀ, ਆਪਾਂ ਆਪਣੀ ਕਣਕ ਇਹਨਾਂ ਦੇ ਘਰ ਕਿਉਂ ਸਿੱਟਦੇ ਹਾਂ, ਉਹਨੇ ਪੁੱਛਿਆ ਅਤੇ ਤਾਏ ਨੇ ਭਾਵੇਂ ਇਸ ਸਵਾਲ ਦਾ ਕੁਝ ਉੱਤਰ ਦਿੱਤਾ ਪਰ ਇਸ ਨਾਲ ਭਾਵੇਂ ਉਹਦੇ ਬੋਲ ਚੁੱਪ ਕਰ ਗਏ। ਉਹਦੀਆਂ ਅੱਖਾਂ ਹੰਝੂ ਨਾਲ ਭਰ ਆਈਆਂ। ਆਪਣੀ ਦਾਤਰੀ ਨਾਲ ਵੱਢੀ, ਆਪਣੇ ਬਲਦਾਂ ਨਾਲ ਗਾਈ, ਆਪਣੇ ਪਿਤਾ ਤਾਏ ਚਾਚੇ ਦੀਆਂ ਛੱਜਲੀਆਂ ਨਾਲ ਉਡਾਈ ਛੱਟੀ ਕਣਕ ਆਪਣੇ ਗੱਡੇ 'ਚ ਲੱਦ ਕੇ ਕਿਸੇ ਹੋਰ ਦੇ ਘਰ ਸੁੱਟਣ ਜਾਣਾ ਕਿੱਡੀ ਖੇਦ ਵਾਲੀ ਗੱਲ ਹੈ। ਕੀ ਇਹ ਮੁੰਡਾ ਮੈਨੂੰ ਇਸ ਕਰਕੇ ਤਾਂ ਨਹੀਂ ਪਿਆਰਾ ਲੱਗਦਾ ਕਿ ਇਹਦੀ ਆਯੂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਾਬਾ ਫਤਿਹ ਸਿੰਘ ਜਿੰਨੀ ਹੈ, ਜਿਹੜਾ ਸਿਦਕ ਧਾਰ ਕੇ ਖਿੜੇ ਮੱਥੇ ਸਰਹੰਦ ਸ਼ਹਿਰ ਦੀ ਇੱਕ ਦੀਵਾਰ 'ਚ ਜਿਉਂਦਾ ਚਿਣਿਆ ਗਿਆ।
ਕਿਉਂਕਿ ਉਹਨੇ ਕੁਝ ਲੋਕਾਂ ਦੀ ਕਮਾਈ ਹੋਈ ਕਣਕ ਦੂਜਿਆਂ ਦੇ ਘਰ 'ਚ ਜਾਂਦੀ ਵੇਖ ਕੇ ਖੇਦ ਕੀਤਾ ਸੀ ਅਤੇ ਉਹਦੇ ਪਿਤਾ ਨੇ ਕਿਸੇ ਸਾਮਰਾਜ ਦੀ ਸੈਨਾ 'ਚ ਭਰਤੀ ਹੋਣਾ ਪ੍ਰਵਾਨ ਨਹੀਂ ਸੀ ਕੀਤਾ। ਕੋਈ ਐਵੇਂ ਹੀ ਨਹੀਂ ਪਿਆਰਾ ਲੱਗਣ ਲੱਗ ਜਾਂਦਾ। ਉਹਦੇ ਲਈ ਤੁਹਾਡੇ ਆਪਣੇ ਇੱਕੋ ਇੱਕ ਪੁੱਤਰ ਦਾ ਹਾਣੀ ਹੋਣਾ ਲੋੜੀਂਦਾ ਅਤੇ ਬਾਬਾ ਫਤਿਹ ਸਿੰਘ ਦੀ ਉਮਰ ਦਾ ਹੋਣਾ ਲੋੜੀਂਦਾ ਅਤੇ ਹੋਰ ਬਹੁਤ ਕੁਝ ਕਰਨਾ ਲੋੜੀਂਦਾ, ਕਰ ਗੁਜ਼ਰਨਾ ਲੋੜੀਂਦਾ। ਮੈਂ ਉਸ ਮੁੰਡੇ ਦੇ ਪਿੰਡ ਦੇ ਨੇੜੇ ਦੀ ਪੱਕੀ ਸੜਕ ਉੱਤੇ ਮੋਟਰ ਬੱਸ 'ਚ ਬਹੁਤ ਵਾਰੀ ਲੰਘਦਾ। ਇੱਥੇ ਇੱਕ ਚੁਰਸਤਾ ਹੈ ਜਿੱਥੇ ਮੋਟਰ ਬੱਸ ਥੋੜ੍ਹਾ ਚਿਰ ਪੜਾਅ ਕਰਦੀ ਹੈ। ਇੱਥੇ ਇੱਕ ਪੱਕਾ ਟੋਟਾ ਸੜਕ ਦਾ ਰੇਲ ਦੇ ਸਟੇਸ਼ਨ ਨੂੰ ਵੀ ਜਾਂਦਾ। ਉਸ ਪਿੰਡ ਦੇ ਲੋਕ ਬਾਹਰ ਆਉਣਾ ਜਾਣਾ ਹੋਵੇ ਤਾਂ ਇਸ ਚੁਰਸਤੇ ਉੱਤੋਂ ਲੰਘ ਕੇ ਮੋਟਰ ਚੜ੍ਹਦੇ ਆ। ਕਿਸੇ ਇਸਤਰੀ ਨੇ ਆਪਣੇ ਪੇਕਿਆਂ ਨੂੰ ਜਾਣਾ ਹੋਵੇ ਜਿਹੜੇ ਉਸ ਪਿੰਡ ਦੇ ਬਹੁਤ ਨੇੜੇ ਸੜਕ ਤੋਂ ਦੂਜੇ ਪਾਸੇ ਨਾ ਹੋਣ ਤਾਂ ਕਿਸੇ ਨੇ ਲੁਧਿਆਣੇ ਨੂੰ ਕਿਸੇ ਕੰਮ ਆਉਣਾ ਹੋਵੇ ਤਾਂ ਅਤੇ ਕਿਸੇ ਨੇ ਕੋਈ ਡੰਗਰ ਪਸ਼ੂ ਖਰੀਦਣ ਇੱਧਰਲੇ ਪਾਸੇ ਜਾਣਾ ਹੋਵੇ ਤਾਂ ਉਸ ਮੁੰਡੇ ਦੀ ਮਾਂ ਨੇ ਉਹੀ ਜੋ ਛੋਟੀ ਹੁੰਦੀ ਇਸ ਪਿੰਡ ਆਪਣੀ ਭੂਆ ਕੋਲ ਆਈ ਆਪਣੇ ਹੋਣ ਵਾਲੇ ਪਤੀ ਨਾਲ ਉਸ ਹਵੇਲੀ 'ਚ ਜਿਸਟ ਮੈਂ ਠਹਿਰਿਆ ਹੋਇਆ ਸਾਂ। ਕਈ ਸਾਲ ਪਹਿਲਾਂ 10 ਕੁ ਸਾਲ ਦੀ ਉਮਰ ਵਿੱਚ ਕਬੂਤਰ ਫੜਨ ਖੇਡਦੀ ਸੀ ਆਪਣੇ ਪੇਕੇ ਜਾਣਾ ਸੀ ਕਿਸੇ ਭਾਈ ਭਤੀਜੇ ਦੇ ਮੰਗਣੇ ਵਰਨੇ ਉੱਤੇ ਅਤੇ ਉਹਨੇ ਇਸ ਚੁਰਾਹੇ ਉੱਤੇ ਆ ਕੇ ਮੋਟਰ ਚੜ੍ਹਨਾ ਸੀ। ਉਸ ਮੁੰਡੇ ਦੇ ਪਿਓ ਦੇ ਨੇ ਲਾਗੇ ਦੇ ਕਿਸੇ ਪਿੰਡ 'ਚ ਕੋਈ ਲਵੇਰੀ ਮੱਝ ਜੀ ਦੀ 10 ਪਈ ਸੀ ਖਰੀਦਣ ਲਈ ਵੇਖਣ ਜਾਣਾ ਸੀ। ਚੁਰਸਤੇ ਤੱਕ ਵਹੁਟੀ ਗੱਭਰੂ ਇਕੱਠੇ ਬਾਈਸਾਈਕਲ 'ਤੇ ਆਏ। ਗੱਭਰੂ ਬਾਈਸਾਈਕਲ ਚਲਾਉਂਦਾ ਸੀ ਅਤੇ ਵਹੁਟੀ ਪਿੱਛੇ ਕੈਰੀਅਰ 'ਤੇ ਬੈਠੀ ਸੀ। ਨਾਲ ਉਹਨਾਂ ਦੇ 5 ਸਾਲ ਦਾ ਪੁੱਤਰ ਵੀ ਆਇਆ ਆਪਣੇ ਪਿਓ ਦੇ ਅੱਗੇ ਸਾਈਕਲ ਦੇ ਡੰਡੇ 'ਤੇ ਬੈਠ ਕੇ। ਉਹਨੇ ਚੁਰਸਤੇ ਉੱਤੇ ਆ ਕੇ ਕਿਸੇ ਨਾਲ ਜਾਣਾ ਸੀ। ਮਾਂ ਨਾਲ ਮੋਟਰ 'ਚ ਬੈਠ ਕੇ ਨਾਨਕੇ ਪਿੰਡ ਕੇ ਪਿਓ ਨਾਲ ਬਾਈਸਾਈਕਲ 'ਤੇ ਬੈਠ ਕੇ ਉਹ ਲਵੇਰੀ ਮੱਝ ਵੇਖਣ ਜੋ ਉਹਨਾਂ ਨੇ ਆ ਰਹੇ ਸਿਆਲ 'ਚ ਦੁੱਧ ਪੀਣ ਲਈ ਖਰੀਦ ਕੇ ਲਿਆਉਣੀ ਸੀ। ਇਸ ਗੱਲ ਦਾ ਫੈਸਲਾ ਹਾਲੇ ਨਹੀਂ ਸੀ ਹੋਇਆ। ਵੇਲੇ ਦੇ ਵੇਲੇ ਜਦੋਂ ਮਾਂ ਮੋਟਰ 'ਚ ਬੈਠਣ ਲੱਗੇਗੀ ਇਹਦਾ ਫੈਸਲਾ ਕੀਤਾ ਜਾ ਸਕੇਗਾ। ਬੱਚੇ ਪਹਿਲਾਂ ਕੀਤੇ ਫੈਸਲੇ ਉੱਤੇ ਵਧੇਰੇ ਪੱਕੇ ਹੋ ਜਾਇਆ ਕਰਦੇ ਨੇ। ਸਿਆਣਿਆਂ ਨਾਲੋਂ ਤਾਂ ਫਿਰ ਇਹਨਾਂ ਫੈਸਲਿਆਂ ਨੂੰ ਬਦਲਣਾ ਔਖਾ ਹੋ ਜਾਇਆ ਕਰਦਾ ਹੈ। ਚੁਰਸਤੇ ਉੱਤੇ ਆ ਗਏ ਤਾਂ ਮੋਟਰ ਦੇ ਆਉਣ 'ਚ ਕੁਝ ਮਿੰਟਾਂ ਦੀ ਦੇਰ ਸੀ। ਮੁੰਡੇ ਦਾ ਪਿਓ ਸੜਕ ਦੇ ਦੂਜੇ ਪਾਸੇ ਖਲੋਤੇ ਆਦਮੀਆਂ 'ਚ ਜਾ ਖਲੋਤਾ। ਉਸ ਲਈ ਆਪਣੀ ਵਹੁਟੀ ਪਾਸ ਖਲੋਤੇ ਰਹਿਣਾ ਔਖਾ ਸੀ, ਪਰ ਮੁੰਡਾ ਆਪਣੀ ਮਾਂ ਪਾਸ ਹੀ ਖਲੋਤਾ ਰਿਹਾ। ਪੁੱਤਰਾਂ ਲਈ ਮਾਵਾਂ ਦਾ ਸੰਗ ਛੋਟੀ ਉਮਰ 'ਚ ਪਤੀਆਂ ਲਈ ਪਤਨੀਆਂ ਦੇ ਕੁਝ ਸਮਾਂ ਲੰਘਣ ਪਿੱਛੋਂ ਸੰਗ ਨਾਲੋਂ ਵਧੇਰੇ ਰੋਚਕ ਹੁੰਦਾ ਹੈ। ਕੁਝ ਮਿੰਟਾਂ ਪਿੱਛੋਂ ਮੋਟਰ ਬੱਸ ਆ ਗਈ। ਮਾਂ ਬੱਸ 'ਚ ਚੜ੍ਹ ਗਈ। ਬੱਸ ਨੇ ਮਸਾਂ 1-1.5 ਮਿੰਟ ਇੱਥੇ ਖਲੋਣਾ ਸੀ ਅਤੇ ਉਸੇ ਵੇਲੇ ਮਾਂ ਨੇ ਫੈਸਲਾ ਦੇ ਦਿੱਤਾ ਕਿ ਪੁੱਤਰ ਪਿਓ ਨਾਲ ਸਾਈਕਲ 'ਤੇ ਬੈਠ ਕੇ ਮੱਝ ਵੇਖਣ ਜਾਏ ਅਤੇ ਪੁੱਤਰ ਨੂੰ ਨੱਸ ਕੇ ਸੜਕ ਦੇ ਦੂਜੇ ਪਾਸੇ ਪਿਓ ਕੋਲ ਜਾਣ ਲਈ ਮਨਾ ਲਿਆ। ਬੱਸ ਚੱਲ ਪੈਣ ਲੱਗੀ। ਮੁੰਡਾ ਨੱਸ ਕੇ ਸੜਕ ਦੇ ਦੂਜੇ ਪਾਸੇ ਨੂੰ ਹੋਇਆ ਅਤੇ ਦੂਜੇ ਪਾਸੇ 'ਤੇ ਇੱਕ ਫੌਜੀ ਮੋਟਰ ਗੱਡੀ ਵਿੱਚ ਜੋ ਇਸ ਚੁਰਸਤੇ ਉੱਤੋਂ ਚਾਲ ਧੀਮੀ ਕਰਨ ਤੋਂ ਬਿਨਾਂ ਚੱਲੀ ਆ ਰਹੀ ਸੀ ਉਲਝ ਗਿਆ। ਜਦ ਕੁਝ ਸਕਿੰਟ ਪੁੱਤਰ ਸੜਕ ਵਿੱਚੋਂ ਕਿਸੇ ਨੂੰ ਵੀ ਖਲੋਤਾ ਜਾਂ ਲੰਘਦਾ ਨਾ ਦਿਸਿਆ ਤਾਂ ਮਾਂ ਨੇ ਚੀਖ ਕੇ ਚੱਲਣ ਲੱਗੀ ਬੱਸ ਨੂੰ ਖੜ੍ਹਾ ਕਰਵਾ ਲਿਆ। ਫੌਜੀ ਮੋਟਰ ਗੱਡੀ ਵੀ ਕੋਈ 50 ਫੁੱਟ ਚੱਲ ਕੇ ਖੜ੍ਹੀ ਹੋ ਗਈ। ਮੁੰਡੇ ਦਾ ਪਿਓ ਅਤੇ ਮਾਂ ਕੁਝ ਹੋਰ ਬੰਦੇ ਉਸ ਮੋਟਰ ਗੱਡੀ ਵੱਲ ਨੂੰ ਦੌੜੇ ਅਤੇ ਉਹਦੇ ਫੁੱਟਬੋਰਡ ਹੇਠੋਂ ਬੇਹੋਸ਼ ਹੋਇਆ ਮੁੰਡਾ ਕੱਢ ਲਿਆ। ਫੌਜੀ ਡਰਾਈਵਰ ਦੀਆਂ ਅੱਖਾਂ 'ਚ ਹੰਝੂ ਸੀ। ਜੇ ਕੋਈ ਸਿਆਣਾ ਉਹਦੀ ਗੱਡੀ ਹੇਠਾਂ ਆ ਜਾਂਦਾ ਤਾਂ ਸ਼ਾਇਦ ਉਹਨੂੰ ਬਹੁਤ ਦੁੱਖ ਨਾ ਹੁੰਦਾ, ਪਰ ਇਸ ਗੱਲ ਦਾ ਉਹਨੂੰ ਖਿਆਲ ਨਹੀਂ ਸੀ ਆਇਆ ਕਿ ਬੇਪਰਵਾਹੀ ਨਾਲ ਚੱਲਦੀ ਜਾ ਰਹੀ ਗੱਡੀ ਹੇਠਾਂ ਕਦੀ ਕੋਈ ਨਿਆਣਾ ਵੀ ਆ ਸਕਦਾ। ਮੁੰਡੇ ਨੂੰ ਸੱਟਾਂ ਬਹੁਤੀਆਂ ਨਹੀਂ ਸੀ ਲੱਗੀਆਂ ਦਿਸਦੀਆਂ, ਭਾਵੇਂ ਉਹ ਬੇਹੋਸ਼ ਅਤੇ ਬੇਹਰਕਤ ਹੋਇਆ ਸੀ। ਇਸ ਲਈ ਮਾਪਿਆਂ ਦੇ ਮਨਾਂ 'ਚ ਆਸ ਦੀ ਡੋਰੀ ਹਾਲੇ ਤੱਕੜੀ ਸੀ। ਲੁਧਿਆਣੇ ਸਿਵਲ ਹਸਪਤਾਲ 'ਚੋਂ ਮੁੰਡੇ ਨੂੰ ਲੈ ਆਏ ਜਿੱਥੇ 2 ਦਿਨ ਉਹ ਰਹੇ, ਪਰ ਜਾਣ ਡਾਕਟਰ ਅਤੇ ਉਹਦੇ ਅਮਲੇ ਨੇ ਮੁੰਡੇ ਦਾ ਬਹੁਤਾ ਗੌਹੀ ਨਾ ਕੀਤਾ ਜਾਂ ਮਾਪਿਆਂ ਨੂੰ ਇਉਂ ਪ੍ਰਤੀਤ ਹੋਇਆ ਮੁੰਡੇ ਦੀ ਹਾਲਤ ਕੁਝ ਭੈੜੀ ਦਿਸਣ ਲੱਗ ਪਈ। ਇਸ ਲਈ 3 ਦਿਨ ਉਹ ਮੁੰਡੇ ਨੂੰ ਦੂਜੇ ਵੱਡੇ ਹਸਪਤਾਲ ਜੋ ਈਸਾਈ ਮਿਸ਼ਨਰੀਆਂ ਦਾ ਹਸਪਤਾਲ ਸੀ ਲੈ ਗਏ।
ਉੱਥੇ ਮੁੰਡੇ ਦਾ ਇਲਾਜ ਮਾਪਿਆਂ ਦੀ ਪੂਰੀ ਤਸੱਲੀ ਦਾ ਹੋਇਆ ਅਤੇ ਕਈ ਦਿਨ ਹੁੰਦਾ ਰਿਹਾ, ਪਰ ਮੁੰਡੇ ਨੂੰ ਹੋਸ਼ ਨਾ ਆਈ। ਇਸ ਤੀਜੇ ਚੌਥੇ ਦਿਨ ਮੇਰੀ ਪਤਨੀ ਨੇ, ਜੋ ਉਸ ਮੁੰਡੇ ਨੂੰ ਦੇਖਣ ਹਸਪਤਾਲ ਗਈ ਸੀ, ਘਰ ਆ ਕੇ ਮੈਨੂੰ ਇਸ ਦੁਰਘਟਨਾ ਬਾਰੇ ਦੱਸਿਆ ਅਤੇ ਉਸ ਮੁੰਡੇ ਨਾਲ ਮੇਰੀ ਪਹਿਲੀ ਵਾਰੀ ਜਾਣ ਪਛਾਣ ਕਰਾਈ। ਮੇਰੇ ਮਨ ਨੇ ਨਾ ਮੰਨਿਆ ਕਿ ਮੁੰਡਾ ਬਚ ਜਾਏਗਾ, ਸ਼ਾਇਦ ਇਸ ਲਈ ਜਾਂ ਸਧਾਰਨ ਰੁਝੇਵੇਂ ਕਾਰਨ ਜਾਂ ਸੁਭਾਵਕ ਉਪਰਾਮਤਾ ਦੇ ਭਾਵ ਦੇ ਅਧੀਨ ਮੈਂ ਉਹਦੀ ਖਬਰ ਨੂੰ ਹਸਪਤਾਲ ਨਾ ਜਾ ਸਕਿਆ। ਪਰ ਮੈਂ ਸਮਝ ਸਕਦਾ ਸਾਂ ਕਿ ਮਾਂ ਪਿਓ ਦੀ ਕੀ ਦਸ਼ਾ ਸੀ ਉਸ ਵੇਲੇ ਅਤੇ ਕੀ ਦਸ਼ਾ ਸੀ ਉਹਦੀ ਵੱਡੀ ਭੈਣ ਦੀ, 12 ਕੁ ਸਾਲ ਦੀ ਕੰਨਿਆਂ ਦੀ, ਜੋ 2-3 ਦਿਨਾਂ ਤੋਂ ਭਰਾ ਦੇ ਮੰਜੇ ਪਾਸ ਬੈਠੀ ਸੀ, ਜਿਹਦੀ ਨੀਂਦ ਉਚਾਟ ਹੋ ਗਈ ਸੀ, ਜਿਹਨੂੰ ਡਾਕਟਰ ਦੀ ਉਸ ਮੰਜੇ ਪਾਸੋਂ ਨਹੀਂ ਸਨ ਉਠਾ ਸਕੇ। ਉਹ ਬੱਚੀ ਸੀ ਅਤੇ ਪੁਰਾਤਨ ਸਮੇਂ ਦੇ ਬਚਾਅ ਭਾਵੀ ਮਨੁੱਖ ਵਾਂਗੂ ਸਮਝਦੀ ਸੀ ਕਿ ਤਪੱਸਿਆ ਨਾਲ ਘੋਰ ਹੱਟ ਤਪ ਨਾਲ ਦੇਵਤੇ ਨੂੰ ਰਜਾਇਆ ਜਾ ਸਕਦਾ ਹੈ ਅਤੇ ਉਸ ਪਾਸੋਂ ਰੱਛਿਆ ਪ੍ਰਾਪਤ ਕੀਤੀ ਜਾ ਸਕਦੀ ਹੈ। ਸ਼ੇਕਸਪੀਅਰ ਦੇ ਨਾਟਕ ਵਿੱਚ ਅਤੇ ਜੀਵਨ 'ਚ ਭਰਾ ਨੂੰ ਮੌਤ ਤੋਂ ਬਚਾਉਣ ਲਈ ਭੈਣ ਦੀ ਕੁਝ ਵਾਰ ਦੇਣ ਨੂੰ ਤਿਆਰ ਨਹੀਂ ਹੋ ਜਾਂਦੀ, ਪਰ ਕੀ ਇਸ ਤਰ੍ਹਾਂ ਭਰਾ ਦਾ ਬਚਾਅ ਹੋ ਜਾਂਦਾ? ਸ਼ੇਕਸਪੀਅਰ 'ਚ ਹੋ ਜਾਵੇ ਤਾਂ ਹੋ ਜਾਏ, ਜੀਵਨ 'ਚ ਨਹੀਂ ਹੁੰਦਾ। ਮੈਂ ਉਹਨਾਂ ਦਿਨਾਂ ਤੋਂ ਉਸ ਮੁੰਡੇ ਨੂੰ ਜਾਣਦਾ, ਪਹਿਲਾਂ ਨਹੀਂ ਸੀ ਜਾਣਦਾ, ਪਹਿਲਾਂ ਕੇਵਲ ਮੈਂ ਉਹਦੇ ਪਿਓ ਨੂੰ ਜਾਣਦਾ ਸੀ, ਹੁਣ ਮੈਂ ਉਹਨੂੰ ਜਾਣਦਾ ਕਿਉਂਕਿ ਉਹ ਮੇਰੀ ਆਤਮਾ 'ਚ ਮੇਰੇ ਮਨ ਅੰਤਰ ਦੀ ਪੀੜ ਬਣ ਕੇ ਵਸਿਆ ਹੋਇਆ। ਮੈਂ ਕਈ ਵਾਰ ਹੁਣ ਵੀ ਬੱਸ 'ਚ ਉਸ ਚੁਰਸਤੇ ਤੋਂ ਲੰਘਦਾ ਜਿੱਥੇ ਉਹ ਮੋਟਰ ਹੇਠ ਆ ਗਿਆ ਸੀ। ਲੋਕ ਮਰਨ ਨੂੰ ਚੜ੍ਹਾਈ ਕਰਨਾ ਆਖਦੇ ਆ ਕਿ ਚੰਗਾ ਹੁੰਦਾ ਜੇ ਉਹ ਮੁੰਡਾ ਵੀ ਉਸ ਮੋਟਰ ਦੇ ਹੇਠਾਂ ਆਉਣ ਦੀ ਥਾਂ ਉਸ ਉੱਤੇ ਚੜ੍ਹਾਈ ਕਰਦਾ। ਹੁਣ ਉਹਨੂੰ ਫੌਜੀ ਮੋਟਰ ਗੱਡੀ ਉੱਤੇ ਚੜ੍ਹਨ ਲਈ ਕਿਸੇ ਵਿਦੇਸ਼ੀ ਸਾਮਰਾਜ ਦੀ ਸੈਨਾ 'ਚ ਭਰਤੀ ਹੋ ਕੇ ਸਾਗਰੋਂ ਪਾਰ ਜਾ ਰਹੇ ਜਹਾਜ਼ ਉੱਤੇ ਚੜ੍ਹਨ ਤੋਂ ਇਨਕਾਰ ਕਰਨ ਦੀ ਲੋੜ ਨਹੀਂ ਸੀ ਪੈਣੀ। ਹੁਣ ਉਹਨੇ ਸਾਗਰਾਂ ਤੋਂ ਚੜ੍ਹ ਕੇ ਜਾਣੀ ਸੀ, ਸਾਮਰਾਜ ਦੀਆਂ ਜਿੱਤਾਂ ਜਿੱਤਣ ਲਈ ਨਹੀਂ, ਸਗੋਂ ਕੋਰੀਆ 'ਚ, ਹਿੰਦੀ ਚੀਨੀ 'ਚ, ਮਿਸਰ 'ਚ ਸ਼ਾਂਤੀ ਦੀ ਸਥਾਪਤੀ ਕਰਨ 'ਚ ਸਹਾਇਕ ਸੈਨਾ ਦਾ ਸੈਨਿਕ ਬਣ ਕੇ ਜਾਣਾ ਸੀ। ਪਰ ਉਹ ਮੋਟਰ ਜਾਂ ਜਹਾਜ਼ ਉੱਤੇ ਚੜ੍ਹਨ ਦੀ ਥਾਂ ਮੋਟਰ ਦੇ ਹੇਠਾਂ ਆ ਗਿਆ ਅਤੇ ਮੈਂ ਪੁੱਛਦਾ ਕਿੰਨਾ ਚਿਰ ਹੋਰ ਸਾਡੇ ਪੁੱਤਰ ਕੰਧਾਂ ਵਿੱਚ ਚਿਣੀਂਦੇ ਰਹਿਣਗੇ, ਵਧਾਈਆਂ ਦੇਣ ਉੱਤੇ ਅੱਖਾਂ ਭਰਦੇ ਰਹਿਣਗੇ, ਮੋਟਰਾਂ ਹੇਠ ਆਉਂਦੇ ਰਹਿਣਗੇ ਅਤੇ ਸਾਡੇ ਕਾਲਜਿਆਂ ਵਿੱਚ ਰੁੱਖ ਭਰਦੇ ਰਹਿਣਗੇ। ਧੰਨਵਾਦ।